ਤੁਰ ਗਿਆ ਹੈ, ਮਾਂ ਗਈ ਹੈ ਪਿੱਛੇ ਪਿੱਛੇ ਵੀਰ ਵੀ ਤੁਰ ਗਿਆ ਹੈ। ਸਾਡੇ ਵੀਰ ਨੇ ਮਾਂ ਨਾਲ ਡੇਰੇ ਲਾ ਲੈਣੇ, ਸਾਡੇ ਵੀਰਾਂ ਨੇ ਅੰਮਾ ਨਾਲ ਡੇਰੇ ਲਾ ਲੈਣੇ। ਸੱਜਣਾ ਵੀਰਾਂ ਨਾਲ ਬੜੇ ਮਕਾਮ ਆਉਂਦੇ ਨੇ, ਸੱਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ, ਸੱਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ। ਹਏ ਵੀਰ ਵੀਰਾਂ ਦੀ ਜਾਣ ਆਉਂਦੇ ਨੇ, ਅੱਜ ਸੁਣ ਜਾ ਵੀਰ ਦੀ ਸ਼ਾਨ। ਹਏ ਵੀਰ ਵੀਰਾਂ ਦੀ ਜਾਣ ਆਉਂਦੇ ਨੇ, ਹਏ ਵੀਰ ਵੀਰਾਂ ਦੀ ਆਣ ਆਉਂਦੇ ਨੇ, ਹਏ ਵੀਰ ਵੀਰਾਂ ਦੇ ਮਾਣ ਆਉਂਦੇ ਨੇ। ਸ਼ਬੀਰ ਅੱਜ ਬਾਜ਼ਾਰ ਲੜਾਈ ਲੱਗ ਜਾਏ, ਹਏ ਅੱਜ ਵੱਡਾ ਵੀ ਨਸ ਪੈਂਦਾ ਆਈ, ਅੱਜ ਛੋਟਾ ਵੀ ਦੌੜ ਪੈਂਦਾ ਏ। ਆਂਦਾ ਖਬਰਦਾਰ ਸਾਡੇ ਵੀਰ ਨੂੰ ਹੱਥ ਨਾ ਲਾਇਆ ਰੇ, ਖਬਰਦਾਰ ਸਾਡੇ ਪੀਰਾਂ ਦੇ ਹੱਥ ਨਾ ਚੁੱਕਿਆ ਰੇ। ਸੱਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ, ਸੱਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ। ਅੱਜ ਸ਼ਬੀਰ ਨਸੀਰ ਅੱਜ ਜਿਹੜਾ ਵੀਰ ਟੁਰ ਗਿਆ ਏ, ਅੱਜ ਕਬਰ ਤੇ ਚਲੇ ਜਾਇਆ ਜੇ, ਅੱਜ ਮਾਂ ਦੀ ਕਬਰ ਤੇ ਚਲੇ ਜਾਇਆ ਜੀ। ਹਰਫੇ ਕਾਬਾ ਦੀ ਕਸਮ ਹੈ ਲੋਕੋ, ਕਦੀ ਵੀਰਾਂ ਨਾਲ ਲੜਾਈ ਨਾ ਲਿਆ ਰੇ, ਕਦੀ ਵੀਰਾਂ ਨਾਲ ਝਗੜਾ ਨਾ ਕਰਿਆ ਰੇ, ਕਦੀ ਵੀਰਾਂ ਨਾਲ ਮਰਨ ਜਿਉਂ ਨਾ ਮਕਾਇਆ ਰੇ। ਹਜੇ ਦੇ ਨਾਲ ਵੀਰ ਆਉਂਦੇ ਨੇ, ਉਹਦੇ ਨਾਲ ਹੀ ਦੁਨੀਆ ਹੁੰਦੀ, ਜਿਹਦੇ ਨਾਲ ਵੀਰ ਉਹਦੇ ਨਾਲ ਰੱਬ। ਸੁਣਿਓ ਸੁਣਿਓ, ਮੈਂ ਮਕਾਨ ਲਗਾ। ਜਿਹਦੇ ਨਾਲ ਮਾਂ ਉਹਦੇ ਨਾਲ ਰੱਬ, ਨਬੀਆਂ ਦਾ ਇਮਾਮ। ਆਖਰੀ ਗੱਲ ਸੁਣਿਓ, ਮੇਰੇ ਨਬੀ ਅੰਮਾ ਨੂੰ ਜੱਫੇ ਮਾਰੇ ਨੇ, ਆਏ ਹਾਏ ਮੇਰੇ ਨਬੀ ਮਾਂ ਦੀਆਂ ਲੱਭਾਂ ਦੇ ਲੱਭ ਰੱਖੇ ਰੋਂਦੇ ਨੇ, ਆਂਦੇ ਨੀ ਮਾਏ ਬੀਆ ਬਾਣ ਵਿੱਚ ਛੱਡ ਚੱਲੀ, ਨੀ ਮਾਏ ਮੇਰਾ ਤੇ ਦਾਦਾ ਵੀ ਕੋਲ ਕੋਈ ਨਹੀਂ, ਨੀ ਮਾਏ ਮੇਰਾ ਤੇ ਚਾਚੂ ਵੀ ਕੋਲ ਕੋਈ ਨਹੀਂ। ਅੰਮੀ ਜੀ ਹੇ ਜੁਦਾਈਆਂ ਪਾ ਚੱਲਿਓ, ਹੋਏ ਅੱਜ ਜ਼ਮੀਨਾਂ ਪੱਥਰੀ ਦੀਆਂ ਜੀ ਪੁੱਤਰ ਛੱਡ ਚੱਲਿਓ। ਸ਼ਬੀਰ ਸਾਹਿਬ ਬੜਾ ਔਖਾ ਆਉਂਦਾ, ਆਪਣੀ ਮਾਂ ਦੀ ਮਈਅਤ ਚੁੱਕਣੀ ਬੜੀ ਔਖੀ ਆਉਂਦੀ ਆ, ਆਪਣੀ ਮਾਂ ਦੀ ਕਬਰ ਬਣਾਉਣੀ ਬੜੀ ਔਖੀ ਆਉਂਦੀ ਆ, ਆਪਣੀ ਮਾਂ ਨੂੰ ਕਬਰ 'ਚ ਰੱਖਣਾ ਬੜਾ ਔਖਾ ਆਉਂਦਾ। ਮੇਰੇ ਨਬੀ ਨੇ ਮਾਂ ਨੂੰ ਗੋਦ ਵਿੱਚ ਲੈ ਲਿਆ। ਆਖਰੀ ਜੁਮਲੇ ਤਕਰੀਰ ਛੱਡਣ ਲਗਾ, ਹੋਏ ਪੀਰ ਮਹਾਲੀ ਵਿੱਚ ਬਹਿਣ ਆ ਲਿਆ, ਮੇਰੇ ਨਬੀ ਨੇ ਮਾਂ ਨੂੰ ਗੋਦ ਵਿੱਚ ਬਿਠਾ ਲਿਆ, ਲਟਾ ਲਿਆ, ਹਰਜ ਕੀਤੀ ਅੰਮਾ ਕਿੱਥੇ ਚੱਲੇ, ਫਰਮਾਇਆ ਪੁੱਤਰਾ ਜਿੰਨੇ ਆਇਆ ਉਹਨੇ ਜਾਣਾ ਹੈ। ਹੇ ਮੇਰਾ ਮੁਹੰਮਦ ਪੁੱਤਰਾ, ਮੇਰੀ ਜੁਦਾਈ ਵਿੱਚ ਰੋਣਾ ਨਹੀਂ ਹੋ, ਤੇਰਾ ਬਾਪ ਵੀ ਸਿਰ ਦੇ ਕੋਈ ਨਹੀਂ, ਹੇ ਮੇਰਿਆ ਸ਼ਹਿਜ਼ਾਦਿਆ ਤੇਰਾ ਵੀਰ ਵੀ ਕੋਈ ਨਹੀਂ, ਹੇ ਮੇਰਿਆ ਸ਼ਹਿਜ਼ਾਦਿਆ ਤੇਰੀ ਹਮਸ਼ੀਰ ਵੀ ਕੋਈ ਨਹੀਂ। ਅੱਜ ਮਾਂ ਮਰ ਜਾਏ, ਅੱਜ ਚਾਚੇ ਸੀਨੇ ਲਾ ਲੈਂਦੇ ਨੇ, ਅੱਜ ਮਾਮੇ ਸੀਨੇ ਲਾ ਲੈਂਦੇ ਨੇ, ਅੱਜ ਤਾਏ ਸੀਨੇ ਲਾ ਲੈਂਦੇ ਨੇ, ਅੱਜ ਬਰਾਦਰੀ ਵਾਲੇ ਸੀਨੇ ਲਾ ਲੈਂਦੇ ਨੇ। ਆਂਦੇ ਨੇ ਨਸੀਰ ਰੋਵੀਂ, ਆਂਦੇ ਨੇ ਸ਼ਬੀਰ ਰੋਵੀਂ, ਹੋਏ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਸਿਰ ਤੇ ਸਾਇਆ ਬਣ ਜਾਵਾਂਗੇ। ਹੱਲਾ ਦੀ ਕਸਮ ਹੈ ਮੇਰਾ ਨਬੀ ਕੱਲਾ ਏ, ਹੋਏ ਮੇਰਾ ਨਬੀ ਕੱਲਾ ਜੇ, ਅੱਜ ਮਖਾਮੇ ਅਬਵਾਜੇ, ਅੱਜ ਮੇਰਾ ਨਬੀ ਮਾਂ ਤੂੰ ਸਿਰ ਪਿਆ ਜਮਦਾ ਏ। ਹੋਏ ਪੀਰ ਮਹੱਲ ਜ ਬਹਿਣ ਵਾਲਿਆ, ਅੱਜ ਜੁਮਲੇ ਜ਼ਾਇਆ ਨਾ ਕਰ ਜਾਇਆ ਰੇ।
ਅੱਲਾ ਦੀ ਕਸਮ ਬੜਾ ਵੱਡਾ ਤੇਰੇ ਮਜਮਾ ਰੋ ਪਿਆ ਚਿੱਟੀਆਂ ਦਾੜੀਆਂ ਵਾਲੇ ਬਾਬੇ ਰੋ ਪੈਣੇ ਮੇਰੇ ਨਬੀ ਮਾਂ ਦਾ ਮੱਥਾ ਚੁੰਮ ਦੇਣੇ ਹੰਮੀ ਜੀ ਅੱਖਾਂ ਬੰਦ ਨਾ ਕਰਿਆ ਹੰਮੀ ਜੀ ਅੱਖਾਂ ਬੰਦ ਨਾ ਕਰਿਆ ਹੈ ਰੋਣ ਵਾਲੇ ਆਖਰੀ ਵਾਰੀ ਜਨਾਬੇ ਆਮੀਨਾਨ ਆਪਣੇ ਪੁੱਤਰ ਮੁਹੰਮਦ ਨੂੰ ਵੇਖਿਆ ਏ ਫਰਮਾਇਆ ਸ਼ਹਿਜ਼ਾਦਿਆ ਮੈਂ ਤੁਰ ਚੱਲੀ ਹਾਂ ਹੇ ਮੇਰਿਆ ਪੁੱਤਰਾ ਮੈਂ ਜੁਦਾਈਆਂ ਪਾ ਚੱਲੀ ਹਾਂ ਹੇ ਮੇਰਿਆ ਸ਼ਹਿਜ਼ਾਦਿਆ ਮੈਂ ਤੇਰੇ ਨਾਲ ਮੱਕੇ ਨਹੀਂ ਜਾ ਸਕਦੀ ਹੇ ਰੋਣ ਵਾਲਿਆ ਮੇਰੇ ਨਬੀ ਦੀ ਗੋਦ ਵਿੱਚ ਮਾਂ ਦੀਆਂ ਅੱਖਾਂ ਬੰਦ ਹੋ ਗਈਆਂ ਮੇਰੇ ਨਬੀ ਰੋਂਦੇ ਪੈਣ ਹੁਮੇ ਐ ਬਣਾਉਂਦੇ ਨੇ ਮੈਂ ਹਜ਼ੂਰ ਨੂੰ ਚੁੱਪ ਕਰਾ ਰਹੀ ਹਾਂ ਮੈਂ ਮੁਹੰਮਦ ਨੂੰ ਸੀਨੇ ਲਾ ਰਹੀ ਹਾਂ ਮੈਂ ਕਿਹਾ ਸ਼ਹਿਜ਼ਾਦਿਆ ਨਾ ਰੋ ਹੁਮੇ ਐ ਮਨੋ ਮੇਰੇ ਨਬੀ ਹੱਥ ਜੋੜ ਦੇਣ ਆਂਦੇ ਨੇ ਅੰਮੀ ਜੀ ਮਾਂ ਠੁਰ ਗਈ ਜੇ ਹਜ ਮਹਾਂ ਜਦਾਈਆਂ ਪਾ ਗਈ ਜੇ ਹਜ ਮਹਾਂ ਤੁਰ ਗਈ ਜੇ ਤਾਈਓ ਤੇ ਰੂਮੀ ਕਸ਼ਮੀਰ ਬੋਲਿਆ ਏ ਤਾਈਓ ਤੇ ਮੀਆਂ ਮੁਹੰਮਦ ਬਖਸ਼ ਬੋਲਿਆ ਏ ਮੀਆਂ ਸਾ ਫਰਮਾ ਦੇਣੇ ਸਦਾ ਨਾ ਪਾਗੇ ਹੈ ਬਲ ਬਲ ਬੋਲੇ ਸੁਣੋ ਯਾਰ ਪੀਰ ਮਾਲਾ ਲਿਓ ਸਦਾ ਨਾ ਪਾਗੇ ਹੈ ਬੁਲ ਬੁਲ ਬੋਲੇ ਸਦਾ ਨਾ ਬਾਗ ਬਹਾਰਾਂ ਇਹ ਸਦਾ ਕੋਠੀਆਂ ਤੇਰੇ ਕੋਲ ਨਹੀਂ ਰਹਿਣੀਆਂ ਇਹ ਸਦਾ ਦੁਕਾਨਾਂ ਦਾ ਮਾਲਕ ਤੋਂ ਨਹੀਂ ਰਹਿਣਾ ਇਹ ਸਦਾ ਜ਼ਮੀਨਾਂ ਤੇਰੇ ਕੋਲ ਨਹੀਂ ਰਹਿਣੀਆਂ ਬਾਬਾ ਜੀ ਕਦੀ ਪਿਓ ਨੂੰ ਨਾ ਛੱਡਿਆ ਰੇ ਹੈ ਕਦੀ ਮਹਾਂ ਨੂੰ ਨਾ ਛੱਡਿਆ ਰੇ ਅੱਜ ਮਹਾਂ ਜ਼ਿੰਦਾ ਏ ਅੱਜ ਮਹਾਂ ਨੂੰ ਜੱਫਾ ਮਾਰ ਲੈਣਾ ਈ ਅੱਜ ਅੱਬਾ ਜ਼ਿੰਦਾ ਏ ਅੱਜ ਅੱਬੇ ਨੂੰ ਜੱਫਾ ਮਾਰ ਲੈਣਾ ਈ ਅੱਜ ਅੱਬੇ ਦੇ ਹੱਥ ਚੁੰਮਣੇ ਹਜੇ ਅੱਬੇ ਦੀ ਤਾੜੀ ਚੁੰਮਣੀ ਹਲਲ ਲਾਣਾ ਨਾ ਸਦਾ ਨਾ ਬਾਗੇ ਹੈ ਬੋਲੇ ਫੁੱਲ ਬੋਲੇ ਸਦਾ ਨਾ ਬਾਗ ਜੀ ਸੂਫੀ ਜੀ ਸਦਾ ਨਾ ਬਾਗੇ ਬਹਾਰਾਂ ਸਦਾ ਨਾ ਮਹਾਪੇ ਹੈ ਸਦਾ ਨਾ ਮਹਾਪੇ ਹੈ ਸਦਾ ਨਾ ਮਹਾਪੇ ਹੈ ਹੁਸੈਨ ਜਵਾਨੇ ਸਦਾ ਨਾ ਸੋਹਬਤ ਯਾਰਾ ਮਾਸ਼ਾਅੱਲਾ ਅੱਜ ਦੀ ਇਹ ਖੂਬਸੂਰਤ ਮਹਿਫਲ ਪਾਕ ਬਸਿਲਸਿਲਾ ਸਲਾਨਾ ਖਤਮ ਪਾ ਕੇ ਜਨਾਬੇ ਉਮਰ ਹਯਾਤ ਸਾਹਿਬ ਜਨਾਬੇ ਮੁਹੰਮਦ ਸ਼ਬੀਰ ਸਾਹਿਬ ਜਨਾਬੇ ਮੁਹੰਮਦ ਤਾਜ ਸਾਹਿਬ ਜਨਾਬੇ ਮੋਹਤਰਮ ਮੁਹੰਮਦ ਨਸੀਰ ਸਾਹਿਬ ਇਹਨਾਂ ਦੀ ਵਾਲਦਾ ਮੋਹਤਰਮਾ ਦਾ ਇਹ ਸਲਾਨਾ ਖਤਮੇ ਪਾਕ ਦੀ ਮਹਿਫਲ ਪਾ ਕੇ ਔਰ ਨਾਲ ਇਹਨਾਂ ਦੇ ਵੱਡੇ ਭਾਈ ਮੁਹੰਮਦ ਅਨਵਰ ਮਰਹੂਮ ਉਹਨਾਂ ਦੇ ਸਾਲੇ ਸਵਾਬ ਵਾਸਤੇ ਔਰ ਇਹਨਾਂ ਦੇ ਵਾਲਦ ਸਾਹਿਬ ਮੁਹੰਮਦ ਸਦੀਕ ਮਰਹੂਮ ਉਹਨਾਂ ਦੇ ਸਾਲੇ ਸਵਾਬ ਵਾਸਤੇ ਭਾਈ ਸ਼ਬੀਰ ਸਾਹਿਬ ਨੇ ਇਹਨਾਂ ਦੇ ਭਾਈਆਂ ਨੇ ਅੱਜ ਦੀ ਇਹ ਖੂਬਸੂਰਤ ਮਹਿਫਲ ਨੂੰ ਸਜਾਇਆ ਦੁਆ ਗੋਵਾਂ ਅੱਲਾਹ ਕਰੀਮ ਭਾਈ ਨਸੀਰ ਸਾਹਿਬ
ਭਾਈ ਸ਼ਬੀਰ ਸਾਹਿਬ ਅੱਲਾ ਕਰੀਮ ਤੁਹਾਡੇ ਵਾਲਦੈਨ ਦੀ ਕਾਮਿਲ ਬਖਸ਼ਿਸ਼ ਉਹ ਮਗਫਰਤ ਫਰਮਾਏ। ਹਜ਼ਰਤ ਜੀ ਵਕਾਰ ਮਾਸ਼ਾਅੱਲਾ ਰਬੀਉਲ ਅਵਲ ਸ਼ਰੀਫ ਦਾ ਵੀ ਚੰਨ ਚੜ ਗਿਆ ਤੇ ਜਿਹੜੇ ਆਸ਼ਿਕ ਬੈਠੇ ਨੇ ਉਹ ਬੋਲਣ ਇੱਕ ਵਾਰੀ ਸੁਬਹਾਨ ਅੱਲਾ। ਮੇਰੀ ਇਹ ਪਹਿਲੀ ਹਾਜ਼ਰੀ ਹੈ ਤੁਹਾਡੇ ਇਲਾਕੇ ਦੇ ਅੰਦਰ ਤੇ ਮੈਂ ਚਾਹੁੰਦਾ ਵਾਂ ਕਿ ਮੈਂ ਭਾਈ ਸ਼ਬੀਰ ਨੇ ਉਹਨਾਂ ਦੇ ਭਾਈਆਂ ਨੇ ਏਡੀ ਦੂਰੋਂ ਮੈਨੂੰ ਬੁਲਾਇਆ ਤੇ ਮੈਂ ਫੋਨ ਕਰਕੇ ਵੀ ਕਹਿ ਰਹੇ ਸਨ ਕਿ ਸੁਲਤਾਨੀ ਸਾਹਿਬ ਤੁਸੀਂ ਇੱਕ ਵਾਰੀ ਆਓ ਸਾਡੇ ਕੋਲ, ਇਨਸ਼ਾਅੱਲਾ ਤੁਸੀਂ ਯਾਦ ਕਰੋਗੇ ਤੇ ਸਾਡਾ ਮਜਮਾ ਵੀ ਮਾਸ਼ਾਅੱਲਾ ਖੂਬਸੂਰਤ ਮਜਮਾ। ਔਰ ਵਾਕਈ ਜਿਵੇਂ ਭਾਈ ਸ਼ਬੀਰ ਨੇ ਆਖਿਆ ਸੀ ਉਹ ਵਾਕਈ ਗੱਲ ਠੀਕ ਹੈ, ਮਜਮਾ ਵੀ ਸੋਹਣਾ ਹੈ ਤੇ ਜ਼ਿਕਰ ਵੀ ਸੋਹਣਾ ਤੇ ਮੈਨੂੰ ਪਤਾ ਲੱਗੇ ਮੈਂ ਸਿਆਲਕੋਟ ਵਾਪਸ ਜਾਵਾਂ ਤੇ ਮੈਨੂੰ ਪੁੱਛਣ ਸੁਲਤਾਨੀ ਸਾਹਿਬ ਰਾਤੀ ਕਿੱਥੇ ਸੋ ਤੇ ਮੈਂ ਕਿਹਾ ਵੀ ਪੀਰ ਮਲ ਗਿਆ ਸਾ ਤੇ ਵਾਕਈ ਉੱਥੇ ਪੀਰਾਂ ਨੂੰ ਮੰਨਣ ਵਾਲੇ ਬੈਠੇ ਹੋਏ ਸੀ। ਹਾਂ ਮਿਹਰਬਾਨੀ ਜਨਾਬ, ਔਰ ਮਾਸ਼ਾਅੱਲਾ ਕਦਵਾਈ ਸਾਊਂਡ ਸਿਸਟਮ ਪੂਰੇ ਨੈਟਵਰਕ ਦੇ ਨਾਲ ਮੌਜੂਦ ਹੈ, ਇਹ ਤਿੰਨ ਕੈਮਰੇ ਲੱਗੇ ਨੇ ਪੂਰੀ ਦੁਨੀਆ ਦੇ, ਸੁਬਾਹ ਇਹ ਬਿਆਨ ਚੱਲ ਜਾਣਾ ਤੇ ਮੈਂ ਦੁਆ ਕਰਾਂਗਾ ਕਿ ਅੱਲਾ ਕਰੀਮ ਜਿਨ੍ਹਾਂ ਜਿਨ੍ਹਾਂ ਦੀ ਇਹਨਾਂ ਮਹਿਫਲ ਸਜਾਈਏ ਅੱਲਾ ਕਰੀਮ ਉਹਨਾਂ ਦੀ ਕਾਮਿਲ ਬਖਸ਼ਿਸ਼ ਹੋ ਮਗਫਰਤ ਫਰਮਾਏ। ਕਿਬਲਾ ਮੁਫਤੀ ਲਿਆਕਤ ਅਲੀ ਸਈਦੀ ਸਾਹਿਬ ਖੂਬਸੂਰਤ ਇਨਸਾਨ ਨੇ, ਆਲਾ ਇਨਸਾਨ ਨੇ, ਹਾਵੀ ਤਸ਼ਰੀਫ ਫਰਮਾ ਨੇ। ਕਿਬਲਾ ਜ਼ੇਰੇ ਕਿਆਦਤ ਜਨਾਬ ਮੋਹਤਰਮ ਅਲਾਮਾ ਅੱਲਾ ਬਚਾਇਆ ਸਿਆਲਵੀ ਸਾਹਿਬ ਵੀ ਤਸ਼ਰੀਫ ਫਰਮਾ ਨੇ। ਬਾਬਾ ਜੀ ਤੁਸੀਂ ਜੁਮਲੇ ਸੁਣਨੇ ਨੇ ਤੇ ਆਲਾ ਐਲਾਨ ਮੈਂ ਤਕਰੀਰ ਸ਼ੁਰੂ ਕਰਨ ਲੱਗਾ। ਮੇਰਾ ਦਿਲ ਹੈ ਕਿ ਮੈਂ ਤੁਹਾਨੂੰ ਅੱਜ 2 ਘੰਟੇ ਤਕਰੀਰ ਸੁਣਾਉਂਗਾ। ਡਰਦ ਨਹੀਂ ਗੇ, ਸੁਣਨਾ ਚਾਹ ਰਹੇ ਹੋ? ਇੱਕ ਵਾਰੀ ਸੱਜਾ ਹੱਥ ਬੁਲੰਦ ਕਰਕੇ ਬੋਲਿਆ ਜੇ ਸੁਬਹਾਨ ਅੱਲਾ, ਫਿਰ ਇੱਕ ਵਾਰੀ ਸੱਜਾ ਹੱਥ ਬੁਲੰਦ ਕਰਕੇ ਬੋਲਿਆ ਜੇ ਸੁਬਹਾਨ ਅੱਲਾ, ਇੱਕ ਵਾਰੀ ਮਿਲਾਦ ਵਾਲੇ ਨਬੀ ਦੇ ਨਾਂ ਦੇ ਬੋਲਿਆ ਜੇ ਸੁਬਹਾਨ ਅੱਲਾ। ਮਾਸ਼ਾਅੱਲਾ, ਜ਼ੌਕ ਵਾਲੇ ਲੋਗ ਹੋ, ਮੁਹੱਬਤ ਵਾਲੇ ਲੋਗ ਹੋ। ਭਾਈ ਸ਼ਬੀਰ ਅੱਜ ਤੇਰੀ ਮਹਿਫਲ ਚ ਆਇਆ ਸੁਲਤਾਨੀ, ਹਲਲ ਐਲਾਨ ਪੂਰੀ ਦੁਨੀਆ ਨੂੰ ਇਹ ਪੈਗਾਮ ਦੇ ਕੇ ਚੱਲਿਆ। ਬਾਬਾ ਜੀ ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ, ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਵਾਲੀ ਮੁਮੀਨੀਨਾ ਯੌਮਾ ਯਕੂਮ ਅਲ ਹਿਸਾਬ। ਅੱਲਾ ਦਾ ਕੁਰਾਨ ਨਾ ਹੋਵੇ ਤੇ ਮੈਂ ਮੁਜਰਮ, ਮੁਸਤਫਾ ਦਾ ਫਰਮਾਨ ਨਾ ਹੋਵੇ ਤੇ ਮੈਂ ਮੁਜਰਮ। ਬਾਬਾ ਜੀ ਅੱਜ ਆ ਸਾਰੇ ਭਾਈ ਬੈਠੇ ਨੇ ਸਟੇਜ ਦੇ ਸਾਹਮਣੇ, ਸਾਰੇ ਇੱਥੇ ਰਿਸ਼ਤੇਦਾਰ ਬਰਾਦਰੀ ਵਾਲੇ ਬੈਠੇ ਨੇ, ਤਵੱਜੋ ਕਰਿਆ ਜੇ। ਮੈਂ ਅਲਲ ਐਲਾਨ ਅੱਜ ਸਟੇਜ ਤੋਂ ਐਲਾਨ ਕਰਨਾ ਚਾਹਨਾ। ਭਾਈ ਸ਼ਬੀਰ, ਭਾਈ ਨਸੀਰ ਇਹਨਾਂ ਦੇ ਦੂਸਰੇ ਭਾਈ, ਇਹਨਾਂ ਨੂੰ ਪੁੱਛੋ ਔਰ ਅਲਲ ਐਲਾਨ ਇਹ ਐਲਾਨ ਕਰਨਗੇ ਕਿ ਲੋਗੋ ਪੀਰ ਮਹੱਲ ਵਾਲਿਓ, ਸਾਨੂੰ ਜੋ ਕੁਝ ਮਿਲਿਆ ਤੇ ਜੋ ਕੁਝ ਮਿਲਣਾ ਇਹ ਸਾਨੂੰ ਮਾਂ ਦੀਆਂ ਦੁਆਵਾਂ ਦਾ ਸਦਕਾ ਪਿਆ ਮਿਲਦਾ ਹੈ। ਕਿਹਦੀਆਂ ਦੁਆਵਾਂ ਦਾ? ਮਾਂ ਦੀਆਂ ਦੁਆਵਾਂ ਦਾ ਸਦਕਾ, ਬਾਪ ਦੀਆਂ ਦੁਆਵਾਂ ਦਾ ਸਦਕਾ। ਬਾਬਾ ਜੀ ਰੱਬੇ ਕਾਬਾ ਦੀ ਕਸਮ ਉਠਾ ਗਿਆ ਨਾ, ਅਲਲ ਐਲਾਨ ਗੱਲ ਪਿਆ ਕਰਨਾ। ਮਾਂ ਬੜੀ ਵੱਡੀ ਚੀਜ਼ ਹੁੰਦੀ ਜੇ, ਬਾਪ ਬੜੀ ਵੱਡੀ ਚੀਜ਼ ਹੁੰਦੀ ਹੈ। ਤੇਰੀ ਮਹਿਫਲ ਦੇ ਅਥਰੂ ਨਾ ਕੇ ਤੇ ਗੱਲ ਕਰੀ, ਬਾਬਾ ਅੱਲਾ ਦਾ ਕੁਰਾਨ ਕਹਿ ਰਿਹਾ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ। ਜਦੋਂ ਬੰਦਾ ਨਮਾਜ਼ ਪੜ੍ਹਦਾ ਅੱਤਾ ਹੀ ਆ ਚ ਬਹਿੰਦਾ, ਬਾਬਾ ਜੀ ਪੀਰ ਮਹੱਲ ਵਾਲਿਆ ਜ਼ਰਾ ਮੇਰੀ ਅੱਖ ਚੱਕ ਫਾਣੀ ਆ, ਤੈਨੂੰ ਪਤਾ ਲੱਗੇਗਾ ਕੋਈ ਮੌਲਵੀ ਸੁਣ ਕੇ ਮੈਂ ਰਾਤੀ ਆਇਆ। ਬਾਬਾ ਜਦੋਂ ਬੰਦਾ ਅੱਧਾ ਹੀ ਆ ਚ ਬਹਿੰਦਾ ਤੇ ਬੰਦਾ ਆਂਦਾ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ, ਯਾ ਅੱਲਾ ਮੈਨੂੰ ਮਾਫ ਕਰ, ਯਾ ਅੱਲਾ ਮੇਰੀ ਮਾਂ ਨੂੰ ਮਾਫ ਕਰ, ਯਾ ਅੱਲਾ ਮੇਰੇ ਬਾਪ ਨੂੰ ਮਾਫ ਕਰ। ਹੋਏ ਪੀਰ ਮਹੱਲਾ ਲਿਓ,
ਇਹ ਵਾਲਿਦੈਨ ਐਸੀਆਂ ਹਸਤੀਆਂ ਨੇ ਜਿਨ੍ਹਾਂ ਦੀ ਦੁਆ ਦੇ ਬਾਰੇ ਅੱਲਾਹ ਦਾ ਕੁਰਾਨ ਕਹਿ ਰਿਹਾ, ਨਮਾਜ਼ ਵਿੱਚ ਬਿਠਾ ਕੇ, ਅੱਲਾਹ ਮਸਜਿਦ 'ਚ ਬਿਠਾ ਕੇ, ਅੱਲਾਹ ਫਰਮਾਉਂਦਾ ਮੰਗੋ ਦੁਆ, ਯਾ ਅੱਲਾਹ ਕਿਹਦੇ ਵਾਸਤੇ? ਫਰਮਾਇਆ ਅੰਮਾ ਵਾਸਤੇ ਵੀ ਦੁਆ ਕਰ ਤੇ ਅੱਪੇ ਵਾਸਤੇ ਵੀ ਦੁਆ ਕਰ। ਹਾਏ ਹਾਏ ਹਾਏ, ਅੰਮਾ ਵਾਸਤੇ ਵੀ ਦੁਆ ਕਰਦੀ, ਅੱਪੇ ਵਾਸਤੇ ਵੀ ਦੁਆ ਕਰ। ਇਹ ਅੱਲਾਹ ਦਾ ਕੁਰਾਨ ਹੈ। ਕੁਰ ਰੱਬੀ ਰਹਮ ਹੁਮਾ ਕਮਾ ਰੱਬਾ ਯਾਨੀ ਸਗੀਰਾ। ਇੱਥੇ ਮੈਂ ਜੁਮਲੇ ਬੋਲਨੇ ਨੇ, ਹਲਲ ਐਲਾਨ ਜੁਮਲੇ ਸਮਾਧ ਫਰਮਾਇਆ ਜੇ। ਬਾਬਾ ਰੂਮੀ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁਲਾਹ ਅਲੈ, ਆਪ ਨੇ ਬੜਾ ਵੱਡੀ ਇਹ ਤਰਜਮਾਨੀ ਪੇਸ਼ ਕੀਤੀ ਮਾਂ ਦੇ ਹਵਾਲੇ ਦੇ ਨਾਲ, ਬਾਪ ਦੇ ਹਵਾਲੇ ਦੇ ਨਾਲ। ਇੱਕ ਵਾਰੀ ਤੁਸੀਂ ਸੁਬਹਾਨ ਅੱਲਾਹ ਦੀ ਛਲ ਦਿਓ ਤੇ ਮੈਂ ਆਪਣਾ ਹਾਜ਼ਰੀ ਸ਼ੁਰੂ ਕਰਾਂ। ਨਾ ਨਾ, ਜਿਨ੍ਹਾਂ ਦੇ ਹੱਥ ਥੱਲੇ ਨੇ ਇੱਕ ਵਾਰੀ ਹੱਥ ਬੁਲੰਦ ਕਰਕੇ ਬੋਲਿਆ ਜੇ, ਫੇਰ ਗੱਜ ਕੇ ਜ਼ਰਾ ਬੋਲਿਆ ਜੇ ਸੁਬਹਾਨ ਅੱਲਾਹ। ਤੇ ਬਾਬਾ ਜੀ ਰੋਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁਲਾਹ ਅਲੈ, ਰੋਮੀਏ ਕਸ਼ਮੀਰ ਨੇ ਕਲਮ ਉਠਾਈ ਹੈ, ਤਰ ਦਾ ਬਾਦਸ਼ਾਹ ਬੋਲਿਆ, ਮੀਆਂ ਸ਼ਾਹ ਫਰਮਾਨੇ ਨੇ ਸਦਾ ਨਾ ਬਾਗੀ ਜੁਮਲੇ ਸੁਣਨੇ ਨੀ ਅੱਜ, ਹੈ ਸਦਾ ਨਾ ਬਾਗੀ ਹੈ ਬੁੱਲੇ ਬੁੱਲੇ ਬੋਲੇ, ਹੈ ਸਦਾ ਨਾ ਬਾਗ ਪਹਾੜਾ, ਹੈ ਸਦਾ ਨਾ ਮਹਾਪ ਸਜਣਾ, ਸਦਾ ਨਾ ਮਾਪ ਹੈ ਹੁਸੈਨ ਜਵਾਨੀ। ਅੱਜ ਸੁਣੀ ਜ਼ਰਾ, ਹੈ ਸਦਾ ਨਾ ਮਾਪ ਹੈ, ਸਦਾ ਨਾ ਮਾਪ ਹੈ ਹੁਸੈਨ ਜਵਾਨੀ, ਹੈ ਸਦਾ ਨਾ ਸੋਹਬਤ ਜੀ ਯਾਰਾ। ਅੱਲਾਹ ਦਾ ਕੁਰਾਨ ਐਲਾਨ ਫਰਮਾ ਰਿਹਾ ਹੈ, ਰੱਬਾ ਨਾ ਗਿ ਫਿਰ ਲਈ, ਇੱਧਰ ਵੇਖਣਾ ਹੀ, ਰੱਬਾ ਨਾ ਗਿ ਫਿਰ ਲਈ ਵਾਲੀ ਵਾਲੀ ਦਈਆ, ਵਾਲੀ ਵਾਲੀ ਦਈਆ, ਵਾਲੀ ਵਾਲੀ ਦਈਆ। ਹੈ ਸ਼ਬੀਰ ਅੱਲਾਹ ਦੀ ਕਸਮ ਹੈ, ਹੈ ਮਾਵਾਂ ਤੂੰ ਬਗੈਰ ਜ਼ਿੰਦਗੀਆਂ ਕੋਈ ਨਹੀਂ, ਹੈ ਮਾਵਾਂ ਤੂੰ ਬਗੈਰ ਵੇੜੇ ਸੁੰਝੇ ਹੋ ਜਾਂਦੇ ਨੇ, ਹੈ ਮਾਵਾਂ ਤੇ ਛਾਵਾਂ ਆਉਂਦੀਆਂ ਨੇ, ਆਏ ਹਾਏ, ਹੈ ਮਾਵਾਂ ਤੇ ਵੇੜੇ ਦਾ ਸਕੂਨ ਆਉਂਦੀਆਂ ਨੇ, ਹੈ ਮਾਵਾਂ ਤੇ ਵੇੜੇ ਦਾ ਚੈਨ ਆਉਂਦੀਆਂ ਨੇ। ਕਦੀ ਮਾਂ ਨੂੰ ਗਾਲੀ ਨਾ ਦਿਆ ਰੇ, ਕਦੀ ਮਾਂ ਨੂੰ ਛਿੜਕ ਨਾ ਮਾਰਿਆ ਜੇ, ਇੱਧਰ ਵੇਖੀ ਪੀਰ ਮਾਲਾ ਲਿਆ, ਅੱਜ ਮਾਂ ਆਵੇ ਤੇ ਛਾਂ ਆਉਂਦੀ ਹੈ, ਅੱਜ ਮਾਂ ਆਵੇ ਤੇ ਬਹਾਰ ਆਉਂਦੀ ਆ, ਜਿਹੜੀ ਰੋ ਰੋ ਕੇ ਦੁਆਵਾਂ ਮੰਗਦੀ ਹੈ। ਯਾਲਾ ਮੇਰੇ ਪੁੱਤਰਾਂ ਦੀ ਖੈਰ ਆਏ, ਯਾਲਾ ਮੇਰੇ ਸ਼ਹਿਜ਼ਾਦਿਆਂ ਦੀ ਖੈਰ ਆਏ, ਯਾਲਾ ਮੇਰੇ ਸ਼ਬੀਰ ਦੀ ਖੈਰ ਆਏ, ਯਾਲਾ ਮੇਰੇ ਨਸੀਰ ਦੀ ਖੈਰ ਆਏ। ਅੱਲਾ ਦੀ ਕਸਮ ਹੈ ਲੋਗੋ, ਕਦੀ ਮਾਂ ਦਾ ਦਿਲ ਨਾ ਦੁਖਾਇਆ ਰੇ, ਕਦੀ ਮਾਂ ਨੂੰ ਗਾਲੀ ਨਾ ਦਿਆ ਰੇ, ਕਦੀ ਮਾਂ ਨੂੰ ਛਿੜਕ ਨਾ ਮਾਰਿਆ ਰੇ। ਹੈ ਵੀਡੀਓ ਬਣ ਰਹੀ ਆ, ਹਲਲ ਐਲਾਨ ਸਾਡੀ ਦੁਨੀਆਂ ਨੂੰ ਪੈਗਾਮ ਦੇ ਕੇ ਕਹਿ ਰਿਹਾ, ਹੈ ਮਾਂ ਛਾਂ ਆਉਂਦੀ ਏ, ਹੈ ਮਾਂ ਤੇ ਵੇੜੇ ਦਾ ਸਕੂਨ ਆਉਂਦੀ ਏ, ਹੈ ਮਾਂ ਤੇ ਵੇੜੇ ਦਾ ਚੈਨ ਆਉਂਦੀ ਏ, ਜਿਹੜੀ ਦਿਨ ਰਾਤ ਮਾਵਾਂ ਮੰਗਦੀ ਏ। ਬਾਬਾ ਜੀ ਇੱਧਰ ਵੇਖਿਓ, ਆਉਂਦੀ ਏ ਮੌਲਾ ਮੇਰੇ ਜਮੀਆਂ ਦੀ ਖੈਰ ਆਏ, ਯਾਲਾ ਮੇਰੇ ਪੁੱਤਰਾਂ ਦੀ ਖੈਰ ਆਏ, ਯਾਲਾ ਮੇਰੀਆਂ ਧੀਆਂ ਦੀ ਖੈਰ ਆਏ,
ਅੱਜ ਮਹਾਂ ਨੂੰ ਛਿੜਕ ਮਾਰੀ ਆ, ਅੱਜ ਬਾਪ ਨੂੰ ਛਿੜਕ ਮਾਰੀ ਆ। ਅੱਲਾ ਦੀ ਕਸਮ ਸ਼ਬੀਰ, ਸਾਰੀ ਰਾਤ ਮਾਂ ਸੌਂਦੀ ਨਹੀਂ, ਸਾਰੀ ਰਾਤ ਮਾਂ ਦੀ ਅੱਖ ਨਹੀਂ ਲੱਗਦੀ, ਸਾਰੀ ਰਾਤ ਰੋਂਦੀ ਰਹਿੰਦੀ ਏ। ਆਂਦੀ ਏ ਮੌਲਾ ਮੈਂ ਬੜੇ ਔਖੇ ਜਮਾਨ ਕੀ ਦੇਣ, ਯਾਲਾ ਮੈਂ ਬੜੀਆਂ ਮੁਸ਼ਕਲਾਂ ਨਾਲ ਪੁੱਤਰ ਪਾ ਲੈਣ। ਮੈਨੂੰ ਸ਼ਬੀਰਾਂ ਦਾ ਸੁਲਤਾਨੀ ਸਾਹ, ਤੇਰੀਆਂ ਤਕਰੀਰਾਂ ਸੁਣਨੇ ਆ। ਸਾਡੇ ਬੱਚੇ ਵੀ ਰੋਂਦੇ ਨੇ, ਸਾਡੇ ਜੀ ਵੀ ਰੋਂਦੇ ਨੇ, ਸਜਣਾ ਯਾ ਲਲਗੀ ਲਾਣ ਕਹਿ ਚੱਲਾ। ਸਾਰੀ ਜ਼ਿੰਦਗੀ ਮਾਂ ਨੂੰ ਦੁੱਖ ਨਾ ਦਿਆਰ, ਸਾਰੀ ਜ਼ਿੰਦਗੀ ਅੱਬੇ ਨੂੰ ਦੁੱਖ ਨਾ ਦਿਆਰ, ਸਾਰੀ ਜ਼ਿੰਦਗੀ ਮਾਂ ਦਾ ਦਿਲ ਨਾ ਦੁਖਾਇਆ। ਅੱਲਾ ਦੀ ਕਸਮ ਲੋਗੋ, ਹੋਏ ਮਾਵਾਂ ਦੀਆਂ ਦੁਆਵਾਂ ਤਾਰ ਦਿੰਦੀਆਂ ਨੇ, ਹੋਏ ਪਿਓਵਾਂ ਦੀਆਂ ਦੁਆਵਾਂ ਤਾਰ ਦਿੰਦੀਆਂ ਨੇ। ਜਿਹਦੇ ਪਿੱਛੇ ਮਾਂ ਦੀ ਦੁਆ ਏ, ਜਿਹਦੇ ਪਿੱਛੇ ਤਵੱਜੋ, ਜਿਹਦੇ ਪਿੱਛੇ ਮਾਂ ਦੀ ਦੁਆ ਏ, ਉਹਦੇ ਪਿੱਛੇ ਅੱਲਾ ਦੀ ਰਹਿਮਤ ਏ। ਜਿਹਦੇ ਪਿੱਛੇ ਮਾਂ ਦੀ ਦੁਆ ਏ, ਉਹਦੇ ਪਿੱਛੇ ਅੱਲਾ ਦੀ ਰਹਿਮਤ ਏ। ਹਲਲ ਇਲਾਨ ਸੁਲਤਾਨੀ ਤੇਰੇ ਪਿੰਡ ਆ ਗਏ, ਅੱਜ ਸ਼ਹਿਰ ਪੀਰ ਮਹੱਲ ਵਿੱਚ ਆ ਗਏ। ਹਲਲ ਇਲਾਨ ਕਹਿ ਰਿਹਾ ਏ, ਹੈ ਜਿੰਨੇ ਮਾਂ ਨੂੰ ਸਤਾਇਆ, ਮੇਰੇ ਵੱਲ ਵੇਖਣਾ ਹੀ ਜ਼ਰਾ ਇੱਕ ਵਾਰੀ, ਜਿੰਨੇ ਮਾਂ ਨੂੰ ਸਤਾਇਆ, ਅੱਜ ਮਹਿਫਲ ਲੱਗ ਗਈ ਹੈ ਤੇਰੇ ਦਿਲ ਤੇ ਸੱਟ ਵੱਜੇਗੀ। ਹੈ ਜਿੰਨੇ ਮਾਂ ਨੂੰ ਸਤਾਇਆ, ਹੈ ਦਿਲ ਪਿਓ ਦਾ ਦੁਖਾਇਆ, ਹੈ ਜਿੰਨੇ ਮਾਂ ਨੂੰ ਸਤਾਇਆ। ਹੋਏ ਪੀਰ ਮਹੱਲ ਵਾਲੇ, ਹੈ ਜਿੰਨੇ ਮਾਂ ਨੂੰ ਸਤਾਇਆ, ਹੈ ਦਿਲ ਪਿਓ ਦਾ ਦੁਖਾਇਆ। ਇੱਧਰ ਵੇਖਣਾ ਹੀ, ਹੈ ਜਿੰਨੇ ਮਾਂ ਨੂੰ ਸਤਾਇਆ, ਅੱਜ ਮਾਂ ਦੀ ਮਹਿਫਲ ਸਜਾਈ ਹੋਈ ਆ। ਹੋਏ ਅੱਜ ਅੰਮਾ ਦੇ ਨਾਂ ਦੀ ਮਹਿਫਲ ਸਜਾਈ ਆ, ਅੱਜ ਸਾਰੀ ਦੁਨੀਆ ਵੇਖੇਗੀ। ਹੈ ਸਜਣਾ ਮਾਵਾਂ ਨਾਲ ਬਹਾਰਾਣੀ, ਹੈ ਸਜਣਾ ਮਾਵਾਂ ਨਾਲ ਰੌਣਕਾਣੀ, ਸਜਣਾ ਮਾਵਾਂ ਨਾਲ ਵੇੜੇ ਪਰਚੇ ਆਉਂਦੇ ਨੇ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ, ਹੈ ਜਿੰਨੇ ਮਾਂ ਨੂੰ ਸਤਾਇਆ, ਹੈ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ, ਉਹਨੇ ਅਰਸ਼ ਹੈ ਲਾਇਆ। ਇੱਧਰ ਵੇਖਣਾ ਹੀ, ਉਹਨੇ ਅਰਸ਼ ਹੈ ਲਾਇਆ, ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ। ਸ਼ਬੀਰ ਪਾੜੀ ਖੋਲ ਕੇ ਕੁਰਾਨ ਕਹਿੰਦਾ ਜੀ ਜੀ ਜੀ, ਹੋਏ ਨੌਜਵਾਨਾਂ ਅੱਲਾ ਤੈਨੂੰ ਸਲਾਮਤ ਰੱਖੇ। ਪਾੜੀ ਖੋਲ ਕੇ ਕੁਰਾਨ ਹੱਥ ਚੁੱਕ ਕੇ, ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿ, ਹਾਏ 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 ਕਿਆ ਬਾਤ ਹੈ ਪੀਰ ਮਹੱਲਾ ਲਿਓ। ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਫਰਮਾਨ ਵਖਰਾ ਸ਼ਾਨ ਸਭ ਦੀ ਯਾਰੋ ਆਪੋ ਆਪਣੇ ਤੇ ਮਾਪਿਆਂ ਦਾ ਸ਼ਾਨ ਵਖਰਾ ਵਖਰਾ, ਮਾਪਿਆਂ ਦਾ ਸ਼ਾਨ ਵਖਰਾ ਵਖਰਾ, ਮਾਪਿਆਂ ਦਾ ਸ਼ਾਨ ਵਖਰਾ। ਪਾੜੀ ਖੋਲ ਕੇ ਕੁਰਾਨ ਇੱਧਰ ਵੇਖਿਓ, ਪਾੜੀ ਖੋਲ ਕੇ ਕੁਰਾਨ ਰੱਬੀ ਰਹਿਮਾ ਕਮਾ ਰੱਬਾ ਯਾਨੀ ਸਗੀਰਾ, ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਰੱਬਾ ਨਗ ਫਿਰਲੀ ਕੁਰਾਨ 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 ਰੱਬਾ ਨਗ ਫਿਰਲੀ
वाली वाली दैया वाली वाली दैया वाली वाली दैया पाड़ी खोल के कोरान खेंदा रापे रहमान पाड़ी खोल के पीर माला लिया पाड़ी खोल के कोरान खेंदा रापे रहमान फरमान वखेरा शान साफे दिए यारो हाबो अपने ते मापे आदा शान वखेरा वखेरा आज सुल्तानी सियाल कोटुया के दस रे आए मापे आदा शान वखेरा एक बारी अपनी मां दे ना दे हाथ बुलंद करके मेरे ना गवाही देनी आ मापे आदा शान वखेरा वखेरा मापे आदा शान वखेरा वखेरा मापे आदा शान वखेरा जिन्ना तेनू चलना ते बोलना सिखाया आए हाय बापा अल्लाह तेरी पाक सलामत रखे आ सुनी मेरे गुलाज जिन्ना तेनू चलना ते बोलना सिखाया है भुलावा जिन्ना तेनू को दिखदाया है झुलावा जिन्ना तेनू को दिखदाया जुमला सुनने नहीं अंदरू जरा जे जिन्ना तेनू चलना ते बोलना सिखाया है भुलावा जिन्ना तेनू को दिखदाया है भुलावा जिन्ना तेनू को दिखदाया है धुप्पा विच ठंडी है छां बन जांदे ने मक्के ते मदीने वाली था हाथ थले नहीं रखना हाथ थले नहीं रखना मक्के ते मदीने वाली था बन जांदे आए हाय मक्के ते मदीने वाली था बन जांदे ने मक्के ते मदीने वाली था बन जांदे ने जी मक्के ते मदीने वाली था बन जांदे ने मंजा भूवे अग्गे डाया तू ते कदर ना पाया हज बीवी अगे हो गई हज मां पीछे हो गई हज बीवी अगे हो गई हज अपा पीछे हो गया आंदा मैं बीवी राजी रखनी है मैं खेलां दिया ना ना सदा बीवियां राजी नहीं हो रहनिया हज मां नाराज कर लिया हज चिट्टी दाड़ी वाला नाराज कर ले आई हज मां नु छिड़क मारिया हज बाप नु छिड़क मारिया सारी रात मां रोंदी रहिया सारी रात बाबा रोंदा रहा ਹਾਂ ਮੌਲਾ ਮੈਂ ਬੜੇ ਔਖੇ ਪੁੱਤਰ ਪਾਲੇ ਨੇ ਯਾਲਾ ਮੈਂ ਮਿਹਨਤਾਂ ਕੀਤੀਆਂ ਨੇ ਯਾਲਾ ਮੈਂ ਮਜ਼ਦੂਰੀਆਂ ਕੀਤੀਆਂ ਨੇ ਹਾਂ ਮੈਂ ਤੈਨੂੰ ਪੀਰ ਮਹੱਲ ਦੀਆਂ ਸੜਕਾਂ ਤੇ ਲੈ ਜਾਣਾ ਬਾਬਾ ਜੀ ਸੱਤਰ ਸੱਤਰ ਸਾਲ ਦੇ ਬਾਬੇ ਨੇ ਹੈ ਮਜ਼ਦੂਰੀਆਂ ਕਰਦੇ ਰੁੱਲ ਗਏ ਨੇ ਸਾਈਕਲਾਂ ਚਲਾਉਂਦੇ ਰੁੱਲ ਗਏ ਨੇ ਫੇਰੀਆਂ ਲਾਉਂਦੇ ਰੁੱਲ ਗਏ ਨੇ ਅੱਜ ਪੁੱਤਰ ਜਵਾਨ ਹੋ ਗਏ ਨੇ ਅੱਜ ਸ਼ਹਿਜ਼ਾਦੇ ਜਵਾਨ ਹੋ ਗਏ ਨੇ ਅੱਜ ਪਿਓ ਨੂੰ ਗਾਲੀਆਂ ਹਜ ਮਾਂ ਨੂੰ ਗਾਲੀਆਂ ਹਜ ਪਿਓ ਨੂੰ ਛਿੜਕਾਂ ਹਜ ਮਾਂ ਨੂੰ ਛਿੜਕਾਂ ਸਜਣਾ ਨਾ ਨਾ ਇਹਨਾਂ ਸਦਾ ਤੇਰੇ ਵੇੜੇ ਨਹੀਂ ਰਹਿਣਾ ਇਹਨਾਂ ਸਦਾ ਤੇਰੇ ਬੜਾ ਸੋਹਣਾ ਚਲਾ ਰਿਹਾ ਏ ਅੱਲਾ ਦੀ ਕਸਮ ਏ ਜੁਮਲੇ ਸੁਣਿਆ ਰਹੇ ਇਹਨਾਂ ਸਦਾ ਤੇਰੇ ਵੇੜੇ ਨਹੀਂ ਰਹਿਣਾ ਤੇਰੀ ਮਾਂ ਨੇ ਤੇਰੇ ਵੇੜੇ ਨਹੀਂ ਰਹਿਣਾ ਤੇਰੇ ਅੱਬੇ ਨੇ ਤੇਰੇ ਵੇੜੇ ਨਹੀਂ ਰਹਿਣਾ ਇੱਕ ਦਿਨ ਇਹਨਾਂ ਦਾ ਜਨਾਜ਼ਾ ਉੱਠ ਜਾਣਾ ਹੈ ਫਿਰ ਕੰਧਾਂ ਨੂੰ ਜਫੇ ਮਾਰ ਮਾਰ ਰੋਏਗਾ ਫਿਰ ਕੱਖਾਂ ਵਿੱਚ ਰੁੱਲ ਜਾਵੇਗਾ ਆਖੇਗਾ ਕਾਸ਼ ਅੱਜ ਕਦੀ ਮੇਰਾ ਅੱਬਾ ਆਉਂਦਾ ਅੱਜ ਕਾਸ਼ ਮੇਰੀ ਅੰਮਾ ਆਉਂਦੀ ਅੱਜ ਮੈਨੂੰ ਸੀਨੇ ਲਾ ਲੈਂਦੀ ਅੱਜ ਮੇਰਾ ਮੱਥਾ ਚੁੰਮ ਲੈਂਦੀ ਅੱਜ ਮੇਰੇ ਨਾਲ ਪਿਆਰ ਕਰ ਜਾਂਦੀ ਸਜਣਾ ਵੇਲੇ ਮੁੜ ਮੁੜ
ਨਹੀਂ ਆਉਣੇ ਸਜਣਾ ਇਹ ਖੁਸ਼ੀਆਂ ਮੁੜ ਮੁੜ ਨਹੀਂ ਆਉਣੀਆਂ ਹਾਜੀ ਅੰਮਾ ਦੇ ਪੈਰ ਚੁੰਮ ਲੈ ਹਾਜੀ ਅੱਬੇ ਦੇ ਪੈਰ ਚੁੰਮ ਲੈ ਅੱਜ ਤੇਰਾ ਪੀਰ ਮਹਲ ਦੱਸੇਗਾ ਸੁਲਤਾਨੀ ਆਇਆ ਹੈ ਰਾਤੀ ਮਾਂ ਦੇ ਪੈਰ ਫੜ ਲਈ ਤੇਰੀ ਮਾਂ ਆਖੇਗੀ ਪੁੱਤਰ ਕਿਉਂ ਆਇਆ ਵੇ ਅੱਜ ਮਾਂ ਦੇ ਪੈਰ ਕਿਉਂ ਚੁੰਮਣਾ ਵੇ ਆਖੀ ਅੰਮੀ ਜੀ ਰਾਤੀ ਇੱਕ ਸਿਆਲਕੋਟੋਂ ਮੌਲਵੀ ਆਇਆ ਇਹ ਸਾਨੂੰ ਦੱਸ ਗਿਆ ਵੇ ਹੈ ਮਾਂ ਦੇ ਪੈਰ ਚੁੰਮੀਏ ਤੇ ਸਕੂਨ ਲੱਭਦਾ ਹੈ ਹੈ ਮਾਂ ਦੇ ਕਦਮ ਚੁੰਮੀਏ ਤੇ ਸਕੂਨ ਲੱਭਦਾ ਹੈ ਮਾਂ ਦੇ ਪੈਰ ਫੜੀਏ ਤੇ ਸਕੂਨ ਲੱਭਦਾ ਹੈ ਸਜਣਾ ਪੈਸੇ ਅੰਦਰ ਸਕੂਨ ਕੋਈ ਨਹੀਂ ਸਜਣਾ ਦੌਲਤ ਅੰਦਰ ਸਕੂਨ ਕੋਈ ਨਹੀਂ ਹੈ ਬਾਬਿਓ ਹੱਲਾ ਦੀ ਕਸਮ ਹੈ ਤੇਰਾ ਮਜਮਾ ਰੋ ਪਵੇਗਾ ਸਾਰੀ ਰਾਤ ਦੁਆਵਾਂ ਮੰਗਦੀ ਹੈ ਆਂਦੀ ਹੈ ਮੌਲਾ ਮੇਰੇ ਸੌਦੀ ਆਲੇ ਦੀ ਖੈਰ ਆਏ ਯਾ ਅੱਲਾ ਮੇਰੇ ਮਸਕਤ ਆਲੇ ਦੀ ਖੈਰ ਸੁਣੀ ਅੱਜ ਮੇਰੇ ਮਸਕਤ ਆਲੇ ਦੀ ਖੈਰ ਆਏ ਅੱਜ ਸ਼ਬੀਰ ਦੁਕਾਨਾਂ ਪਾ ਲਈਆਂ ਨੇ ਅੱਜ ਕਾਰੋਬਾਰ ਬਣਾ ਲਿਆਈ ਪਿੱਛੇ ਮਾਂ ਦੁਆਵਾਂ ਕਰਦੀ ਟੁਰ ਗਈ ਆ ਪਿੱਛੇ ਮਾਂ ਖੈਰਾ ਮੰਗਦੀ ਟੁਰ ਗਈ ਆ ਆਂਦੀ ਆਉਣੀ ਹੈ ਮੌਲਾ ਮੇਰਾ ਸ਼ਬੀਰ ਬੜਾ ਚੰਗਾ ਆਈ ਯਾ ਅੱਲਾ ਮੇਰਾ ਨਸੀਰ ਬੜਾ ਚੰਗਾ ਆਈ ਯਾ ਅੱਲਾ ਮੇਰੇ ਪੁੱਤਰਾਂ ਨੂੰ ਰੰਗ ਲਾਈ ਯਾ ਅੱਲਾ ਮੇਰੇ ਪੁੱਤਰਾਂ ਨੂੰ ਸਦਾ ਆਬਾਦ ਰੱਖੀ ਹੈ ਮਾਵਾਂ ਦੀਆਂ ਦੁਆਵਾਂ ਤਾਰ ਦਿੰਦੀਆਂ ਨੇ ਹੈ ਅੰਮਾ ਦੀਆਂ ਦੁਆਵਾਂ ਤਾਰ ਦਿੰਦੀਆਂ ਨੇ ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ ਅਜ਼ਮ ਕੀ ਬੰਦਾ ਵੇਖਣਾ ਜਿਹਦਾ ਹੱਥ ਥੱਲੇ ਵੇ ਉਹ ਜਿਹੜਾ ਅੰਮਾ ਦੇ ਨਾਂ ਤੇ ਨਾ ਬੋਲੇ ਉੱਠ ਕੇ ਚਲਾ ਜਾਏ ਹਲਲ ਇਲਾਨ ਅਜ਼ਮ ਪੀਰ ਮਾਲਾ ਲਿਓ ਨੰਬਰ ਲੈ ਗਏ ਹੋ ਤਾਰੇ ਦੰਦੀਆਂ ਦੋਵਾਂ ਭਾਵੇਂ ਕੋਈ ਮੰਨੇ ਤੇ ਭਾਵੇਂ ਨਾ ਮੰਨੇ ਇਹ ਮੇਰੇ ਨਬੀ ਦਾ ਫਰਮਾਨ ਹੈ ਤਾਰੇ ਦੰਦੀਆਂ ਦੋਵਾਂ ਦੁਆਵਾਂ ਮਾਂ
ਤੇ ਮਹਾਰਾਜੀ ਏ ਉਹਦੇ ਤੇ ਰੱਬ ਰਾਜੀ ਏ ਸੁਭਾਨ ਤਾਜਧਾਰੇ ਖਤਮੇ ਨਬੂਵਤ ਤਾਜਧਾਰੇ ਖਤਮੇ ਨਬੂਵਤ ਲਬੈਕ 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 ਯਾ ਰਸੂਲ ਅੱਲਾ ਲਬੈਕ 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 ਯਾ ਰਸੂਲ ਅੱਲਾ ਲਬੈਕ 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 ਯਾ ਰਸੂਲ ਅੱਲਾ ਨਾਰੇ ਰਿਸਾਲਤ ਜਿਹਨੂੰ ਅੰਮਾ ਦੀ ਸ਼ਾਨ ਸੁਣ ਕੇ ਸਵਾਦ ਆਇਆ ਹੱਥ ਚੁੱਕ ਕੇ ਬੋਲੇ ਸੁਭਾਨ ਅੱਲਾਹ ਸ਼ਬੀਰ ਮਹਿਫਲ ਦੇਖਦੇ ਐ ਉਹੀ ਲੋਕ ਨੇ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਕੇ ਆਨਾ ਜਿਹਨੇ ਮਾਂ ਨੂੰ ਸਤਾਇਆ ਉਹਨੇ ਸੁੱਖ ਨਹੀਂ ਪਾਇਆ ਜਿਹਨੇ ਪਿਓ ਨੂੰ ਸਤਾਇਆ ਉਹਨੇ ਸੁੱਖ ਨਹੀਂ ਪਾਇਆ ਬਾਬਾ ਜੀ ਬੰਦਾ ਕਰੋੜਪਤੀ ਵੀ ਹੋ ਜਾਏ ਨਾ ਬੰਦਾ ਲੱਖਪਤੀ ਵੀ ਹੋ ਜਾਏ ਨਾ ਪੀਰ ਮਲ ਚ ਬੰਦੇ ਦੀਆਂ 10 ਦੁਕਾਨਾਂ ਵੀ ਹੋ ਜਾਣ ਬੰਦੇ ਦੇ ਮੈਰਿਜ ਹਾਲ ਬਣ ਜਾਣ ਬੰਦੇ ਕੋਠੀਆਂ ਤੇ ਗੱਡੀਆਂ ਲੀਲਣ ਹਲਲ ਐਲਾਨ ਸੁਲਤਾਨ ਇੱਕ ਜੁਮਲਾ ਦੇਣ ਲੱਗਾ ਮੇਰਾ ਜੁਮਲਾ ਦਿਲ ਦੀ ਤਸਦੀ ਤੇ ਲੈ ਲਿਖ ਕੇ ਲੈ ਜਾਈ ਜੇ ਤੇਰੇ ਵਿਹੜੇ ਮਾਂ ਨਹੀਂ ਨਾ ਆਏ ਹਾਏ ਹਾਏ ਜੇ ਤੇਰੇ ਵਿਹੜੇ ਬਾਪ ਨਹੀਂ ਨਾ ਕਸਮ ਖੁਦਾ ਦੀ ਦੌਲਤ ਵੀ ਮਜ਼ਾ ਨਹੀਂ ਜੇ ਦਿੰਦੀ ਦੁਕਾਨਾਂ ਵੀ ਮਜ਼ਾ ਨਹੀਂ ਦਿੰਦੀਆਂ ਇਹ ਤੁਹਾਡੇ ਭਾਈ ਨੇ ਦੁਕਾਨ ਰੱਖੀ ਹੈ ਤੁਸੀਂ ਕਾਰੋਬਾਰ ਪੇ ਕਰਦੇ ਹੋ ਸ਼ਬੀਰ ਮੈਨੂੰ ਇਮਾਨਦਾਰੀ ਨਾਲ ਦੱਸ ਸਾਲ ਹੋ ਚੱਲਿਆ ਤੇਰੀ ਮਾਂ ਨੂੰ ਤੇਰਾ ਬੇੜਾ ਛੱਡ ਕੇ ਗਿਆ ਜਦੋਂ ਲੇਟ ਹੋਣਾ ਸੀ ਮਾਂ ਵਿਹੜੇ ਇੰਤਜ਼ਾਰ ਕਰਦੀ ਹੁੰਦੀ ਸੀ ਕਿ ਨਹੀਂ ਸੀ ਕਸਮ ਖੁਦਾ ਦੀ ਪੀਰ ਮਾਲਾ ਲਿਆ ਬੀਵੀ ਸੌਂ ਜਾਂਦੀ ਆ ਬੱਚੇ ਸੌਂ ਜਾਂਦੇ ਨੇ ਭਰਾ ਸੌਂ ਜਾਂਦੇ ਨੇ ਇੱਕ ਬੁੱਢੀ ਮਾਂ ਆਉਂਦੀ ਏ ਜਿਹੜੀ ਬਾਰ ਬਾਰ ਉੱਠ ਕੇ ਨਾ ਤੇ ਬਿਸਤਰ ਵਹਿੰਦੀ ਏ ਮੇਰਾ ਸ਼ਬੀਰ ਆਇਆ ਕਿ ਕੋਈ ਨਹੀਂ ਮੇਰਾ ਨਸੀਰ ਆਇਆ ਕਿ ਕੋਈ ਨਹੀਂ ਮੇਰਾ ਛੋਟਾ ਆਇਆ ਕਿ ਕੋਈ ਨਹੀਂ ਬਿਸਤਰ ਵਹਿੰਦੀ ਏ ਤੇ ਫਿਰ ਡਰਦੀ ਉਹਦੀ ਬੁੱਢੀ ਨੂੰ ਵੀ ਨਹੀਂ ਆਉਂਦੀ ਵੀ ਫੋਨ ਕਰ ਕਿੱਥੇ ਵੇ ਬਾਬਾ ਫਿਰ ਮੰਜੀ ਤੇ ਕਦੀ ਲੇਟਦੀ ਏ ਕਦੀ ਵਹਿੰਦੀ ਏ ਫਿਰ ਤਸਵੀਰ ਫੜ ਲੈਂਦੀ ਏ ਦੁਆ ਕਰਦੀ ਮੌਲਾ ਰਾਤ ਪੈ ਗਈ ਏ ਮੇਰਾ ਬੱਚਾ ਨਹੀਂ ਆਇਆ ਸ਼ਾਮ ਪੈ ਗਈ ਇਹ ਮੇਰਾ ਪੁੱਤਰ ਨਹੀਂ ਆਇਆ ਰੋਣ ਵਾਲੇ ਸੂਫੀ ਜੀ ਅੱਲਾ ਤੇਰੇ ਅਥਰੂ ਕਬੂਲ ਫਰਮਾਏ ਇਹ ਮਾਂ ਲਾਡ ਨਡਾਉਂਦੀ ਏ ਮਾਂ ਤੋਂ ਬਗੈਰ ਕੋਈ ਨਹੀਂ ਲਾਡ ਕਰਦਾ ਤੂੰ ਪਰੇਸ਼ਾਨ ਵੀ ਹੋਵੇਂ ਤੇ ਲੋਕਾਂ ਨੇ ਆਖਣਾ ਪੈਸੇ ਦੇ ਤੇ ਮਾਂ ਕਦੀ ਪੈਸੇ ਨਹੀਂ ਮੰਗੇ ਮਾਂ ਕਦੀ ਦੌਲਤ ਨਹੀਂ ਮੰਗੀ ਮਾਂ ਕਦੀ ਮਾਲ ਨਹੀਂ ਮੰਗਿਆ ਪੀਰ ਮਹਾਲਾ ਲਿਆ ਮਾਂ ਜਦੋਂ ਮੰਗਦੀ ਏ ਨਾ ਪੁੱਤਰ ਦੀ ਖੈਰ ਹੀ ਮੰਗਦੀ ਹਾਏ ਹਾਏ ਜਦੋਂ ਮੰਗਦੀ ਏ ਪੁੱਤਰ ਦੀ ਯਾ ਅੱਲਾ ਮੇਰੇ ਪੁੱਤਰ ਦੀ ਖੈਰ ਹੋਵੇ ਯਾ ਅੱਲਾ ਮੇਰੇ ਸ਼ਹਿਜ਼ਾਦੇ ਦੀ ਖੈਰ ਹੋਵੇ ਰੱਬੇ ਕਾਬਾ ਦੀ ਕਸਮ ਹੈ ਅੱਲਾ ਦਾ ਕੁਰਾਨ ਕਹਿ ਰਿਹਾ ਰੱਬਾ ਨਗਫਿਰਲੀ ਵਲੀ ਵਾਲਿਦਈਆ ਬੰਦਾ ਦਾ ਯਾ ਅੱਲਾ ਮੈਨੂੰ ਵੀ ਮਾਫ਼ ਕਰ ਮੇਰੀ ਮਾਂ ਨੂੰ ਵੀ ਮਾਫ਼ ਕਰ ਮੇਰੇ ਅੱਬੇ ਨੂੰ ਵੀ ਮਾਫ਼ ਕਰ ਪੀਰ ਮਹੱਲਾ ਲਿਆ ਅਗਲੇ ਦਿਨ ਮੈਨੂੰ ਸਾਊਦੀਆ ਤੋਂ ਫੋਨ ਆਇਆ ਤੇ ਮੁੰਡਾ ਫੋਨ ਕਰਕੇ ਰੋਈ ਜਾ ਰਿਹਾ ਤੁਹਾਡੀ ਮਾਂ ਗਈ ਹੈ ਨਾ ਉਹਦੀ ਵੀ ਮਾਂ ਇਸੇ ਤਰ੍ਹਾਂ ਦੁੱਖ ਸੀ ਉਹਦੇ ਅੰਦਰ ਤੇਰਾ ਸਾਰਾ ਮਜਮਾ ਬੈਠਾ ਤੇਰਾ ਪੀਰ ਮਾਲ ਆਇਆ ਜੁਮਲੇ ਸੁਣੀ ਰੋ ਕੇ ਮੈਨੂੰ ਕਹਿਣ ਲੱਗਾ ਸੁਲਤਾਨੀ ਸਾਹਿਬ ਰੱਬੇ ਕਾਬਾ ਦੀ ਕਸਮ ਇਹ ਗੱਲ ਵੱਡੀ ਹੈ ਸੁਲਤਾਨੀ ਸਾਹਿਬ ਮੈਂ 6 ਸਾਲ ਹੋਏ ਨੇ ਪਰਦੇਸ 'ਚ ਆਇਆ ਸਾਊਦੀਆ 'ਚ ਆਇਆ
ਤੇ ਜਿਹੜੀ ਚੀਜ਼ ਮਾਂ ਨੇ ਮੰਗੀ ਮੈਂ ਲੈ ਕੇ ਦਿੱਤੀ ਹੈ। ਤੇ ਮਾਂ ਬਿਮਾਰ ਹੋ ਗਈ ਨਾ ਬਾਬਾ ਜੀ, ਤੇ ਮਾਂ ਨੇ ਆਖਿਆ ਆਪਣੀਆਂ ਧੀਆਂ ਨੂੰ ਆਖਿਆ, ਪੁੱਤਰਾਂ ਨੂੰ ਆਖਿਆ ਵੀ ਮੇਰੇ ਪਰਦੇਸੀ ਨੂੰ ਨਾ ਦੱਸਿਓ, ਮੇਰੇ ਸੌਦੀ ਵਾਲੇ ਨੂੰ ਨਾ ਦੱਸਿਓ, ਐਵੇਂ ਪਰਦੇਸਾਂ 'ਚ ਪਰੇਸ਼ਾਨ ਹੋਵੇਗਾ, ਐਵੇਂ ਗਮ ਕਰੇਗਾ, ਟੈਨਸ਼ਨ ਲਵੇਗਾ। ਤੇ ਮਾਂ ਬਾਬਾ ਜੀ ਪੁੱਤਰਾਂ ਨੂੰ ਟੈਨਸ਼ਨ ਨਹੀਂ ਦਿੰਦੀ, ਆਪੀ ਟੈਨਸ਼ਨ ਨਹੀਂ ਲੈਂਦੀ ਹੈ, ਵੀ ਉਹ ਆਪੀ ਟੈਨਸ਼ਨ ਨਹੀਂ ਲੈਂਦਾ, ਪੁੱਤਰਾਂ ਨੂੰ ਟੈਨਸ਼ਨ, ਪੁੱਤਰਾਂ ਨੂੰ ਔਲਾਦ ਨੂੰ ਟੈਨਸ਼ਨ ਨਹੀਂ ਦਿੰਦਾ। ਕਹਿੰਦਾ ਕਰ ਸਾਹਿਬ ਅੰਮਾ ਦੀ ਤਬੀਅਤ ਬੜੀ ਖਰਾਬ ਹੋ ਗਈ, ਬਜ਼ੁਰਗੋ ਤੁਹਾਡੇ ਅੱਥਰੂ ਕਬੂਲ ਕਰੇ, ਇਹ ਰੋਣਾ ਇਹਨਾਂ ਦੀ ਵਾਲਦਾ ਦੇ ਕੰਮ ਆਉਣਾ। ਜੁਮਲੇ ਸੁਣਿਓ, ਕਹਿੰਦਾ ਆਖਰੀ ਦਿਨ ਸੀ ਮੇਰੀ ਮਾਂ ਦਾ ਹਸਪਤਾਲ 'ਚ, ਤੇ ਮੈਂ ਆਪਣੀ ਬਾਜੀ ਨੂੰ ਫੋਨ ਕੀਤਾ ਤੇ ਮੈਂ ਕਿਹਾ ਮੇਰੀ ਮਾਂ ਨਾਲ ਗੱਲ ਕਿਉਂ ਨਹੀਂ ਕਰਾਉਂਦੇ, ਤਵੱਜੋ ਕਰੋ, ਮੇਰੀ ਮਾਂ ਨਾਲ ਗੱਲ ਤੇ ਕਰਾਓ, ਗੱਲ ਕਿਉਂ, ਦੋ ਦਿਨ ਹੋ ਗਏ ਤੁਸੀਂ ਗੱਲ ਨਹੀਂ ਕਰਾਉਂਦੇ। ਤੋ ਆਖਿਰ ਨਹੀਂ ਨਹੀਂ ਅੰਮਾ ਠੀਕ ਹੈ, ਅੰਮਾ ਠੀਕ ਹੈ। ਉਹਨੇ ਕਿਹਾ ਵੀ ਮੇਰਾ ਖੁਦਾ ਦਾ ਵਾਸਤਾ ਜੀ, ਮੈਨੂੰ ਇੱਕ ਵਾਰੀ ਗੱਲ ਤੇ ਕਰਾਓ ਮੇਰੀ ਮਾਂ ਨਾਲ। ਬਾਬਾ ਜੀ ਹਸਪਤਾਲ ਦੇ ਬੈੱਡ ਉੱਤੇ ਮਾਂ ਲੇਟੀ ਹੈ, ਬੜੀ ਵੀ ਅੰਮਾ ਬਿਮਾਰ ਹੋਵੇ ਨਾ ਤੇ ਰੋਟੀ ਆਪ ਹੀ ਉੱਠ ਕੇ ਪਕਾ ਕੇ ਦਿੰਦੀ ਹੈ। ਤੁਸੀਂ ਵੀ ਜਵਾਨ ਹੋਏ ਹੋ ਬਾਬਾ, ਬੜੀ ਵੀ ਬਿਮਾਰ ਹੋਵੇ, ਇਹ ਪਿਓ ਟੁਰ ਗਿਆ ਜੇ, ਇੰਨੇ ਸਾਲ ਹੋ ਗਏ ਨੇ, ਮਾਂ ਨੇ ਕਮੀ ਮਹਿਸੂਸ ਕਰਨ ਦਿੱਤੀ, ਮਾਂ ਬਾਪ ਵੀ ਬਣ ਗਏ। ਉਹਨੇ ਕਿਹਾ ਪੁੱਤਰੋ ਟੈਨਸ਼ਨ ਨਾ ਲਿਓ, ਮੇਰੇ ਯਤੀਮ ਬਚਿਓ, ਮੈਂ ਤੁਹਾਡਾ ਬਾਪ ਵੀ ਬਣਾਂਗੀ, ਮੈਂ ਤੁਹਾਡੀ ਮਾਂ ਵੀ ਬਣਾਂਗੀ। ਅੱਜ ਰੰਗ ਲੱਗੇ ਨੀ ਪਰ ਵੇਖਣ ਵਾਲੀ ਕੋਈ ਨੀ ਰਹੀ, ਅੱਜ ਰੰਗ ਲੱਗੇ ਨੇ ਪਰ ਸਕੂਨ ਲੈਣ ਵਾਲੀ ਕਬਰਾਂ 'ਚ ਡੇਰੇ ਲਾ ਲੈ ਨੇ, ਰੱਬੇ ਕਾਬਾ ਦੀ ਕਸਮ ਰੋਣ ਵਾਲੇ ਜੁਮਲੇ ਸੁਣਿਆ ਜੇ। ਹਲਾਲ ਐਲਾਨ ਮੇਰਾ ਤੇ ਇਮਾਨ ਹੈ ਭਾਈ ਸ਼ਬੀਰ ਸਾਹਿਬ ਨਸੀਰ ਸਾਹਿਬ, ਆਪਣੀ ਮਾਂ ਦੀ ਖਬਰ ਦੇ ਖਲੋ ਕੇ ਹੋਈਆਂ ਦੇ ਆਉਣੇ ਨੇ, ਤੁਰ ਗਈਓ ਕਿਹੜੇ ਇਸ ਤੋਂ ਮਾਏ, ਤੁਰ ਗਈਓ ਕਿਹੜੇ ਇਸ ਤੋਂ ਮਾਏ। ਨਸੀਰ ਪੁੱਤਰ ਵੀ ਰੋ ਰਿਹਾ ਏ, ਸ਼ਬੀਰ ਪੁੱਤਰ ਵੀ ਰੋ ਰਿਹਾ ਏ, ਛੋਟੇ ਪੁੱਤਰ ਵੀ ਰੋ ਰਹੇ ਨੇ, ਹਾਜੀ ਪੋਤਰੇ ਦੋਤਰੇ ਵੀ ਰੋ ਰਹੇ ਨੇ, ਹਾਜੀ ਦਾਦੀ ਵੇੜੇ ਕੋਈ ਨਹੀਂ, ਹਾਜੀ ਨਾਨੀ ਵੇੜੇ ਕੋਈ ਨਹੀਂ, ਹਾਜੀ ਦਾਦੀ ਆਉਂਦੀ ਪੋਤਰਿਆਂ ਨੂੰ ਸੀਸੇ ਲਾ ਲੈਂਦੀ, ਹਾਜੀ ਨਾਨੀ ਆਉਂਦੀ ਦੋਤਰਿਆਂ ਨੂੰ ਸੀਸੇ ਲਾ ਲੈਂਦੀ, ਹਾਜੀ ਸਾਰੇ ਪੁੱਤਰ ਰੋ ਕੇ ਕਹਿ ਰਹੇ ਨੇ ਤੁਰ ਗਈਓ ਕਿਹੜੇ ਇਸ ਤੋਂ ਮਾਏ, ਤੁਰ ਗਈਓ ਕਿਹੜੇ ਕਰਦਾ ਹੈ। ਅਥਰੂ ਆ ਜਾਣੇ ਨੇ, ਰੋ ਕੇ ਅੰਮੀ ਦੀ ਕਬਰ ਤੇ ਰੋਂਦੇ ਨੇ, ਰੋਜ਼ਾਨਾ ਮਾਂ ਦੀ ਕਬਰ ਤੇ ਜਾਂਦੇ ਨੇ। ਅੰਮੀ ਜੀ ਸਾਡਾ ਦਿਲ ਨਹੀਂ ਲੱਗਦਾ ਵੀ ਮਾਏ, ਅੱਜ ਤੇਰੇ ਪੋਤਰੇ ਰੋਂਦੇ ਰਹਿ ਗਏ ਨੀ, ਅੱਜ ਤੇਰੀਆਂ ਪੋਤਰੀਆਂ ਰੋਂਦੀਆਂ ਰਹਿ ਗਈਆਂ ਨੀ, ਆਉਂਦੀਆਂ ਆਉਣੀਆਂ ਨੇ ਬਾਬਾ ਇੱਕ ਵਾਰੀ ਦਾਦੀ ਲੈ ਕੇ ਆ ਜਾ, ਇੱਕ ਵਾਰੀ ਸਾਡੀ ਦਾਦੀ ਨੂੰ ਯਾਦ, ਪੋਤਰੀਆਂ ਰੋਂਦੀਆਂ ਨੀ ਹੈ ਪੋਤਰੇ ਰੋਂਦੇ ਨੀ, ਬਾਬਾ ਜੀ ਦਾਦੀਆਂ ਨੂੰ ਬੜੇ ਚਾਅ ਆਉਂਦੇ ਨੇ, ਹੈ ਆਪਣੀਆਂ ਪੋਤਰੀਆਂ ਨੂੰ ਚੁੱਕ ਚੁੱਕ ਪੈਂਦੀਆਂ ਨੇ, ਕਦੀ ਵੱਡੇ ਪੋਤਰੇ ਨੂੰ ਚੁੰਮਦੀ ਏ, ਕਦੀ ਛੋਟੇ ਪੁੱਤਰ ਦੀ ਔਲਾਦ ਨੂੰ ਚੁੰਮਦੀ ਏ, ਹਾਂਜੀ ਇਹ ਮੇਰੇ ਪੁੱਤਰ ਦੀ ਔਲਾਦ ਹੋ, ਸੁਣਿਓ ਲੋਕੋ, ਹੈ ਦਾਦੀ ਚਾਹ ਕਰਦੀ ਜੇ ਖੁਦ ਟੁਰਿਆ ਨਹੀਂ ਜਾ ਰਿਹਾ, ਹੈ ਆਪਣੀਆਂ ਪੋਤਰੀਆਂ ਨੂੰ ਸੀਨੇ ਲਾ ਲੈਂਦੀ ਏ, ਆਪਣੀਆਂ ਪੋਤਰੀਆਂ ਨੂੰ ਕੰਧਿਆਂ ਤੇ ਚੁੱਕ ਲੈਂਦੀ ਏ, ਅੱਜ ਪਿਆਰ ਕਰਨ ਵਾਲੀ ਸ਼ਬੀਰ ਕੋਈ
ਅੱਜ ਦੁਆਵਾਂ ਦੇਣ ਵਾਲੀ ਸ਼ਬੀਰ ਕੋਈ ਨਹੀਂ ਹੋ ਹੈ, ਅੱਜ ਰਾਵਾਂ ਵੇਖਣ ਵਾਲੀ ਕੋਈ ਨਹੀਂ, ਅੱਜ ਖੈਰਾਂ ਮੰਗਣ ਵਾਲੀ ਕੋਈ ਨਹੀਂ, ਲੱਖਾਂ ਰੁਪਏ ਕਮਾਲ ਮਾਂ ਨਹੀਂ ਹੋਈ ਹੋਣੀ, ਲੱਖਾਂ ਦੌਲਤ ਕਮਾਲ ਅੰਮਾ ਨਹੀਂ ਹੋਈ ਹੋਣੀ, ਹੈ ਤੂੰ ਪਰੇਸ਼ਾਨ ਹੋ ਨਾ ਸੈਂ, ਤੇਰੀ ਮਾਂ ਰੋ ਕੇ ਆਉਂਦੀ ਸੀ ਮੌਲਾ ਮੇਰੇ ਪੁੱਤਰਾਂ ਦੀ ਪਰੇਸ਼ਾਨੀ ਦੂਰ ਕਰੀ, ਹੈ ਤੁਸੀਂ ਵੀ ਮਾਵਾਂ ਵਾਲੇ ਬੈਠੇ ਹੋਏ ਹੋ, ਹੈ ਤੁਸੀਂ ਵੀ ਮਾਂ ਵਾਲੇ ਆਏ ਹੋਏ ਹੋ, ਹੈ ਸਜਣਾ ਕਦੀ ਬੀਵੀ ਦੇ ਆਖੇ ਲੱਗ ਗਏ, ਕਦੀ ਮਾਂ ਦਾ ਦਿਲ ਨਾ ਦੁਖਾਇਆ ਰੇ, ਹੈ ਕਦੀ ਬੀਵੀ ਦੇ ਪਿੱਛੇ ਲੱਗ ਗਏ, ਹੈ ਕਦੀ ਅੰਮੀ ਦਾ ਦਿਲ ਨਾ ਦੁਖਾਇਆ ਰੇ, ਹੈ ਬੀਵੀਆਂ ਲੱਭ ਜਾਂਦੀਆਂ ਨੀ, ਹੈ ਪੀਰ ਮਹਲ ਵਾਲਿਆ ਮਾਵਾਂ ਨਹੀਂ ਉਹ ਲੱਭਦੀਆਂ, ਹੈ ਨੌਜਵਾਨੋ ਅੰਮਾ ਨਹੀਂ ਉਹ ਲੱਭਦੀ, ਹੈ ਤੇਰੇ ਵਿਹੜੇ 'ਚ ਦੁਆਵਾਂ ਦੀ ਫੈਕਟਰੀ ਆ, ਜਿਹੜੀ ਸੁਬਾਹ ਵੀ ਰੋ ਰਹੀ ਹੈ, ਜਿਹੜੀ ਰਾਤ ਵੀ ਰੋ ਰਹੀ ਹੈ, ਤੇਰੇ ਵਾਸਤੇ ਖੈਰਾਂ ਵੀ ਮੰਗਦੀ ਹੈ, ਅੱਜ ਬੀਵੀ ਦੇ ਸਾਹਮਣੇ ਪੁੱਤਰ ਨੇ ਗਾਲ ਦਿੱਤੀ ਹੈ, ਅੱਜ ਬੀਵੀ ਨੂੰ ਆਉਂਦਾ, ਅੱਜ ਆਪਣੀ ਮਾਂ ਨੂੰ ਆਉਂਦਾ ਮੇਰੀ ਬੀਵੀ ਦੇ ਸਾਹਮਣੇ ਨਾ ਬੋਲੀ, ਅੱਜ ਆਪਣੀ ਅੱਪੇ ਨੂੰ ਆਉਂਦਾ ਮੇਰੀ ਬੀਵੀ ਦੇ ਸਾਹਮਣੇ ਨਾ ਬੋਲੀ, ਹਾਏ ਮੈਂ ਖਿਆ ਲਾਣਦੀ ਆ, ਅੱਜ ਬੀਵੀ ਅੱਗੇ ਹੋ ਗਈ ਆ, ਅੱਜ ਮਾਂ ਪਿੱਛੇ ਹੋ ਗਈ ਆ, ਅੱਜ ਬੱਚੇ ਅੱਗੇ ਹੋ ਗਏ ਨੀ, ਅੱਜ ਵਡੇਰੀ ਮਾਂ ਪਿੱਛੇ ਹੋ ਗਈ ਆ, ਸ਼ਬੀਰ ਕਿੰਨੇ ਸਾਲ ਹੋਏ ਨੇ ਪਿਓ ਨੂੰ ਦੁਨੀਆਂ ਤੋਂ ਗਿਆ, ਹਾਏ ਤੁਹਾਡੀ ਮਾਂ ਸ਼ੇਰ ਬਣ ਕੇ ਰਹੀ ਆ, ਹੁਣੇ ਪੁੱਤਰਾਂ ਨੂੰ ਜ਼ਲੀਲ ਨਹੀਂ ਆਉਣ ਦਿੱਤਾ, ਹੁਣੇ ਆਖਿਆ ਮੇਰੇ ਉਹ ਸ਼ਹਿਜ਼ਾਦਿਓ, ਇਹ ਨਾ ਸਮਝਿਆ ਜੇ ਅਸੀਂ ਯਤੀਮ ਹੋ ਗਏ ਹਾਂ, ਇਹ ਨਾ ਸਮਝਿਆ ਜੇ ਤੁਹਾਡਾ ਬਾਪ ਟੁਰ ਗਿਆ, ਅੱਲਾ ਦੀ ਕਸਮ ਹੈ ਇਹਨਾਂ ਪੁੱਤਰਾਂ ਨੂੰ ਪੁੱਛਿਆ ਜੇ, ਹਰ ਖੁਸ਼ੀਆਂ ਦਿੰਦੀ ਰਹੀ ਹੈ, ਇਹਨਾਂ ਨੂੰ ਪੜ੍ਹਾਉਂਦੀ ਰਹੀ ਹੈ, ਇਹਨਾਂ ਦੀਆਂ ਕਿਤਾਬਾਂ ਲੈ ਕੇ ਆਉਂਦੀ ਰਹੀ ਹੈ, ਇਹਨਾਂ ਦੀਆਂ ਵਰਦੀਆਂ ਲੈ ਕੇ ਆਉਂਦੀ ਰਹੀ ਹੈ, ਸਜਣਾ ਹੈ ਮਾਂ ਨਾਲ ਬੜੀ ਰੌਣਕ ਆਉਂਦੀ ਆ, ਮੇਰੇ ਨਬੀ ਨੇ ਫਰਮਾਇਆ ਜੁਮਲੇ ਸੁਣਿਆ ਰੇ, ਹਲਲ ਇਲਾਨ ਸੁਲਤਾਨੀ ਕਹਿ ਰਿਹਾ ਹੈ, ਪੀਰ ਮਹਲ ਵਾਲਿਆ ਜ਼ਿੰਦਗੀ ਦਾ ਪਤਾ ਕੋਈ ਨਹੀਂ, ਅੱਗੋਂ ਮਿਲ ਬਹਿਣਾ ਕਿ ਨਹੀਂ ਬਹਿਣਾ, ਹਜ਼ਰਾ ਜੁਮਲੇ ਸੁਣਿਆ ਰੇ, ਹੈ ਮੇਰੇ ਨਬੀ ਦੀ 6 ਸਾਲ ਦੀ ਉਮਰ, ਹਾਂ ਮੈਂ ਤੈਨੂੰ ਨਬੀ ਦੀ ਅੰਮੀ ਦੀ ਗੱਲ ਸੁਣਾ ਰਿਹਾ ਵਾਂ, ਹਾਂ ਮੈਂ ਤੈਨੂੰ ਰਹਿਮਤੁਲ ਆਲਮੀਨ ਦੀ ਮਾਂ ਦੀ ਗੱਲ ਸੁਣਾ ਰਿਹਾ, ਹੈ ਪੀਰ ਮਹਲ 'ਚ ਬਹਿਣ ਵਾਲਿਆ, ਹੈ ਮੇਰੇ ਨਬੀ ਦੀ 6 ਸਾਲ ਦੀ ਉਮਰ, ਹੈ ਮੇਰੇ ਨਬੀ ਦਾ ਬਚਪਨ, ਅੱਜ ਸ਼ਬੀਰ ਤੇਰੇ ਪੁੱਤਰ ਮੇਰੇ ਕੋਲ ਬੈਠੇ ਹੋਏ ਨੇ, ਅੱਜ ਦਾਦੀ ਦੀ ਤਸਵੀਰਾਂ ਵੇਖ ਕੇ ਰੋਂਦੇ ਹੋਣੇ ਨੇ, ਅੱਜ ਦਾਦੀ ਦੀਆਂ ਵੀਡੀਓ ਵੇਖ ਕੇ ਰੋਂਦੇ ਹੋਣੇ ਨੇ, ਦਾਦੀ ਅੰਮਾ ਤੁਹਾਡੇ ਨਾਲ ਵਿਹੜਾ ਸਜਿਆ ਰਹਿੰਦਾ ਸੀ, ਦਾਦੀ ਅੰਮਾ ਤੁਹਾਡੇ ਨਾਲ ਬਹਾਰ ਬੜੀ ਆਉਂਦੀ ਸੀ, ਮੇਰੇ ਨਬੀ ਦੀ 6 ਸਾਲ ਦੀ ਉਮਰ, ਗੱਲ ਸੁਣੀਏ ਹਜ਼ੂਰ ਮਾਂ ਦੀ ਉਂਗਲ ਨਾਲ ਲੱਗੇ ਹੋਏ ਨੇ, ਮੇਰੇ ਨਬੀ ਮਦੀਨੇ ਤੋਂ ਮੱਕੇ ਆ ਰਹੇ ਨੇ, ਹਰ ਰਸਤੇ ਵਿੱਚ ਮਕਾਮੇ ਅਬਵਾਇਆ ਆਏ, ਮੇਰੇ ਨਬੀ ਦੀ ਮਾਂ ਜ਼ਮੀਨ ਦੇ ਲੇਟ ਗਈਆਂ ਨੇ, ਹਜ਼ੂਰ ਥੋੜ੍ਹੀ ਦੂਰ ਗਏ ਨੇ, ਹੈ ਨੌਜਵਾਨਾਂ ਜੁਮਲੇ ਸੁਣ ਜਾਣੇ ਨੇ, ਮੇਰੇ ਨਬੀ ਦੀ ਅੰਮੀ ਨੇ ਫਰਮਾਇਆ ਹੈ, ਫਰਮਾਇਆ ਨੀ ਉਮੇ ਅਮਣੇ ਆ ਜਾ, ਜੀ ਬੀਬੀ ਜੀ ਹੁਕਮ ਕਰਿਆ ਨੇ, ਫਰਮਾਇਆ ਮੇਰਾ ਮੁਹੰਮਦ ਮੇਰੇ ਸਾਹਮਣੇ ਲੈ ਆ, ਮੇਰਾ ਸ਼ਹਿਜ਼ਾਦਾ ਮੇਰੇ ਸਾਹਮਣੇ ਲੈ ਆ, ਸਜਣਾ ਮਾਵਾਂ ਨੂੰ ਬੜੀਆਂ ਟੈਨਸ਼ਨਾਂ ਹੁੰਦੀਆਂ ਨੇ, ਸਜਣਾ ਮਾਵਾਂ ਨੂੰ ਬੜੀਆਂ ਫਿਕਰਾਂ ਹੁੰਦੀਆਂ ਨੇ, ਅੱਜ ਮੇਰੇ ਨਬੀ ਦੀ ਮਾਂ ਜਾ ਰਹੀ ਆ, ਅੱਜ ਕੁੱਲ ਨਬੀਆਂ ਦੇ ਸਰਦਾਰ ਜੀ, ਜੀ ਬਾਬਾ ਉਹ ਚਿੱਟੀ ਦਾੜੀ ਵਾਲਾ ਵੇਖ ਰੋਂਦਾ ਪਿਆ, ਅੱਲਾ ਦੀ ਕਸਮ ਏ ਨਸੀਬ ਦੀ ਗੱਲ ਏ, ਜਿਹਨਾਂ ਬੀਵੀਆਂ ਰੱਖੀਆਂ ਉਹ ਕਦੀ ਨਹੀਂ ਰੋਏਗਾ, ਜਿਹਨਾਂ ਮਾਂ ਜ਼ਲੀਲ ਕੀਤੀ ਉਹ ਕਦੀ ਨਹੀਂ ਰੋਏਗਾ, ਜਿਹਨਾਂ ਮਾਂ ਨੂੰ ਧੱਕੇ ਮਾਰੇ, ਜਿਹਨਾਂ ਮਾਂ ਨੂੰ ਵੇੜੀਓ ਕੱਢਿਆ, ਉਹ ਤੇ ਕਦੀ ਅੱਥਰੂ ਨਹੀਂ ਵਗਾਏਗਾ, ਉਹ ਤੇ ਕਦੀ ਅੱਥਰੂ ਨਹੀਂ ਰੋਏਗਾ, ਹਲਲ ਇਲਾਨ ਸੁਲਤਾਨੀ ਕਹਿ ਰਿਹਾ ਹੈ, ਨਹੀਂ ਉਮੇ ਐਮਣ ਜੀ ਬੀਵੀ ਜੀ
ਫਰਮਾਇਆ ਮੇਰਾ ਮੁਹੰਮਦ ਮੇਰੇ ਸਾਹਮਣੇ ਲੈ ਆਇਆ, ਮੇਰਾ ਪੁੱਤਰ ਮੇਰੇ ਸਾਹਮਣੇ ਲੈ ਆਇਆ। ਹਜ਼ਰਾ ਜੁਮਲੇ ਸੁਣਿਆ ਜੇ ਅਲਲ ਐਲਾਨ ਦੇ ਰਿਹਾ, ਜਨਾਬੇ ਉਮੇ ਐਮਣ ਗਈਆਂ ਨੇ, ਹਰਜ ਕੀਤੀ ਸੋਹਣਿਆ ਮਾਂ ਪੀ ਬੁਲਾਉਂਦੀ ਆ, ਕਮਲੀ ਵਾਲਿਆ ਮਾਂ ਪੀ ਸੱਦਦੀ ਆ, ਸੋਹਣਾ ਮੁਹੰਮਦ ਮਾਂ ਪੀ ਮਹਾਰ ਹੋ ਗਈ ਆ। ਹਾਏ ਬਾਬੀ ਉਹ ਜੁਮਲੇ ਸੁਣਿਆ ਨੇ, ਮੇਰੇ ਨਬੀ ਦੌੜ ਕੇ ਮਾਂ ਦੇ ਸਾਹਮਣੇ ਆਏ ਨੇ। ਭਾਈ ਸ਼ਬੀਰ ਕੈਸਾ ਮੰਜ਼ਰ ਆਉਣਾ ਹੈ, ਤੇਰੀਆਂ ਅੱਖਾਂ 'ਚ ਅੱਥਰੂ ਆ ਜਾਣੇ ਨੇ। ਹਾਜੀ ਵੀ ਮਾਂ ਵੀ ਮਹਾਰ ਹੋਵੇ, ਆਂਦੀ ਹੈ ਮੇਰੇ ਵੱਡੇ ਨੂੰ ਵੀ ਬੁਲਾ ਲਓ, ਆਂਦੀ ਹੈ ਮੇਰੇ ਛੋਟੇ ਨੂੰ ਵੀ ਬੁਲਾ ਲਓ, ਆਂਦੀ ਹੈ ਮੇਰੀਆਂ ਤੀਆਂ ਨੂੰ ਵੀ ਬੁਲਾ ਲਓ। ਜਾਂਦੀ ਵਾਰੀ ਮਾਂ ਨੂੰ ਸੀਨੇ ਲਾ ਲੈਣ, ਜਾਂਦੀ ਵਾਰੀ ਮਾਂ ਦਾ ਮੱਥਾ ਚੁੰਮ ਲੈਣ। ਹੀ ਮੇਰੀ ਉਹ ਪਰਦੇ ਸੁਣੋ ਮਾਂ ਮਰ ਚੱਲੀ ਜੇ, ਹੀ ਮੇਰੀ ਉਹ ਦੀਓ ਅੱਜ ਤੋਂ ਬਾਅਦ ਮਾਂ ਨਜ਼ਰੀ ਨਹੀਂ ਆਏਗੀ, ਅੱਜ ਤੋਂ ਬਾਅਦ ਮਾਂ ਨਜ਼ਰੀ ਨਹੀਂ ਆਏਗੀ। ਹੈ ਮੇਰੀ ਮੁਲਤਾਨ ਵਾਲੀ ਵੀ ਆ ਰਹੇ, ਹੈ ਮੇਰੀ ਲਾਹੌਰ ਵਾਲੀ ਵੀ ਆ ਰਹੇ। ਹੈ ਸਜਣਾ ਜਾਂਦੀ ਵਾਰੀ ਮਾਂ ਆਪਣੀਆਂ ਧੀਆਂ ਨੂੰ ਜਮ੍ਹਾਂ ਕਰ ਲੈਂਦੀ ਆ, ਆਪਣੀਆਂ ਪੁੱਤਰਾਂ ਨੂੰ ਜਮ੍ਹਾਂ ਕਰ ਲੈਂਦੀ ਹੈ। ਆਂਦੀ ਹੈ ਮੇਰੇ ਜਾਣ ਤੋਂ ਬਾਅਦ ਲੜਿਆ ਜੇ ਨਾ, ਮੇਰੇ ਜਾਣ ਤੋਂ ਬਾਅਦ ਲੜਾਈ ਨਾ ਕਰਿਆ ਰੇ, ਮੇਰੇ ਜਾਣ ਤੋਂ ਬਾਅਦ ਝਗੜੇ ਨਾ ਕਰਿਆ ਰੇ। ਅੱਲਾ ਦੀ ਕਸਮ ਹੈ, ਉਹ ਤੇਰੀਆਂ ਭੈਣਾਂ ਵਿਹੜੇ ਬਹਿ ਕੇ ਰੋਂਦੀਆਂ ਪਈਆਂ ਨੇ, ਰੋ ਰੋ ਕੇ ਆਉਂਦੀਆਂ ਆਉਣੀਆਂ ਨੇ। ਅੰਮੀ ਜੀ ਵਿਹੜੇ ਉਜੜ ਗਏ ਜੇ, ਅੰਮੀ ਜੀ ਬਹਾਰਾਂ ਮੁੱਕ ਗਈਆਂ ਜੇ। ਅੱਲਾ ਦੀ ਕਸਮ ਹੈ, ਜੁਮਲੇ ਸੁਣਿਆ ਰੇ, ਧੀਆਂ ਵੀ ਰੋ ਕੇ ਮਾਂ ਦੀ ਮਈਅਤ ਆਉਂਦੀਆਂ ਨੇ। ਮਾਂ ਮਰੀ ਤੇ ਰਿਸ਼ਤੇ ਮੁੱਕ ਗਏ ਜੀ, ਬਾਬਾ ਇੱਧਰ ਮੇਰੇ ਵੱਲ ਵੇਖਣਾ ਹੀ। ਮਾਂ ਮਰੀ ਤੇ ਰਿਸ਼ਤੇ ਮੁੱਕ ਗਏ, ਰਿਸ਼ਤੇ ਮਾਂ ਦੇ ਆਸਾਵਾਂ ਨਾਲ, ਕਿਆ ਬਾਤ ਹੈ ਤੁਹਾਡੀ ਬਾਬੇ ਓ। ਮਾਂ ਮਰੀ ਤੇ ਰਿਸ਼ਤੇ ਮੁੱਕ ਗਏ, ਰਿਸ਼ਤੇ ਮਾਂ ਦੇ ਆਸਾਵਾਂ ਨਾਲ, ਮਾਂ ਮੈਂ ਹੁਣ ਰੋ ਰੋ ਕੇ ਆਉਂਦੀਆਂ ਨੇ। ਮਾਂ ਮਰੀ ਤੇ ਰਿਸ਼ਤੇ ਮੁੱਕ ਗਏ, ਰਿਸ਼ਤੇ ਮਾਂ ਦੇ ਆਸਾਵਾਂ ਨਾਲ, ਮਾਂ ਮੈਂ ਹੁਣ ਨਹੀਂ ਵੇਖੇ ਆਉਣਾ। ਇੱਧਰ ਵੇਖੀ ਯਾਰ ਦਰਦੇ ਦੇ ਨਾ ਸੁਣੀ, ਧੀਆਂ ਆਪਣੀ ਮਾਂ ਦੀ ਮਈਅਤ ਨੂੰ ਜੱਫੇ ਮਾਰ ਲੈਂਦੀਆਂ ਨੇ, ਆਪਣੀ ਅੰਮੀ ਦੀ ਮਈਅਤ ਨੂੰ ਜੱਫੇ ਮਾਰ ਲੈਂਦੀਆਂ ਨੇ। ਆਂਦੀਆਂ ਨੇ ਚਾਚੂ ਜੀ ਹਜੇ ਨਾ ਲੈ ਕੇ ਜਾਇਆ, ਥੋੜ੍ਹੀ ਦੇਰ ਸਾਨੂੰ ਹੋਰ ਵੇਖ ਲੈਣ ਦਿਓ, ਥੋੜ੍ਹੀ ਦੇਰ ਸਾਨੂੰ ਅੰਮਾ ਨਾਲ ਗੱਲਾਂ ਕਰ ਲੈਣ ਦਿਓ। ਹੈ ਸ਼ਬੀਰ ਤੇਰਾ ਮਜਮਾ ਰੋ ਪਿਆ ਹੈ, ਅੱਲਾ ਦੀ ਕਸਮ ਸੁਲਤਾਨੀ ਕਹਿ ਰਿਹਾ ਹੈ। ਹੈ ਕਦੀ ਧੀਆਂ ਨੂੰ ਦੁੱਖ ਨਾ ਦਿਆ ਰੇ, ਹੈ ਕਦੀ ਧੀਆਂ ਨੂੰ ਗਾਲੀ ਨਾ ਦਿਆ, ਹੈ ਕਦੀ ਧੀਆਂ ਨੂੰ ਜ਼ਲੀਲ ਨਾ ਕਰਿਆ। ਇਹਨਾਂ ਨੂੰ ਮਾਵਾਂ ਦੇ ਬੜੇ ਆਸਰੇ ਆਉਂਦੇ, ਇਹਨਾਂ ਨੂੰ ਪਿਓਵਾਂ ਦੇ ਬੜੇ ਆਸਰੇ ਆਉਂਦੇ ਨੇ। ਓਏ ਲੋਕੋ, ਅੱਜ ਸ਼ਬੀਰ ਦੀਆਂ ਭੈਣਾਂ ਦੇ ਬੇਟੀਆਂ ਰੋ ਰੋ ਕੇ ਕਹਿ ਰਹੀਆਂ ਨੇ, ਮਾਂ ਮਰੀ ਤੇ ਰਿਸ਼ਤੇ ਮੁੱਕ ਗਏ, ਰਿਸ਼ਤੇ ਮਾਂ ਦੇ ਆਸਾਵਾਂ ਨਾਲ। ਮੈਂ ਤਕਰੀਰ ਨੇੜੇ ਲੈ ਗਿਆ, ਜੁਮਲੇ ਸੁਣਿਆ ਜੇ। ਮਾਂ ਮਰੀ ਤੇ ਰਿਸ਼ਤੇ ਮੁੱਕ ਗਏ, ਰਿਸ਼ਤੇ ਮਾਂ ਦੇ ਆਸਾਵਾਂ ਨਾਲ, ਮਾਂ ਮੈਂ ਹੁਣ ਨਹੀਂ ਪੇਕੇ ਆਉਣਾ, ਮਾਂ ਮੈਂ ਹੁਣ ਨਹੀਂ ਵੇਖੇ ਆਉਣਾ।
ਫੇਕ ਹੋਂਦੇ ਮਾਵਾਂ ਨਾਲ ਅੱਜ ਦੀ ਰੋ ਰੋ ਕੇ ਆਂਦੀ ਏ ਯਾ ਅੱਲਾ ਮੇਰੀ ਅੰਮੀ ਦੀ ਖੈਰ ਹੋਏ ਯਾ ਅੱਲਾ ਮੇਰੇ ਅੱਬੂ ਦੀ ਖੈਰ ਹੋਏ ਤੇਰਾ ਮਜਮਾ ਰੋ ਰਿਹਾ ਜੁਮਲੇ ਸੁਣਿਆ ਰੇ ਹੈ ਸ਼ਾਲਾ ਕਿਸੇ ਦੀ ਧੀ ਨੂੰ ਦੁਖੀ ਨਾ ਹੋਏ ਸ਼ਾਲਾ ਕਿਸੇ ਪਿਓ ਦੀ ਧੀ ਪਰੇਸ਼ਾਨ ਨਾ ਹੋਏ ਸਜਣਾ ਪਿਓ ਜੂੰਦੇ ਮੁੱਕ ਜਾਂਦੇ ਨੇ ਜਿਨ੍ਹਾਂ ਦੀਆਂ ਧੀਆਂ ਪਰੇਸ਼ਾਨ ਹੁੰਦੀਆਂ ਨੇ ਜਿਨ੍ਹਾਂ ਦੀਆਂ ਧੀਆਂ ਗਮਗੀਨ ਹੁੰਦੀਆਂ ਨੇ ਹਜ਼ਰਾ ਜੁਮਲੇ ਸੁਣਿਆ ਰੇ ਮੇਰੇ ਨਬੀ ਦੀ 6 ਸਾਲ ਦੀ ਉਮਰ ਮੇਰੇ ਨਬੀ ਮਾਂ ਦੇ ਸਾਹਮਣੇ ਇੱਧਰ ਵੇਖਣਾ ਜੇ ਮੇਰੇ ਨਬੀ ਮਾਂ ਦੇ ਸਾਹਮਣੇ ਬਹਿ ਗਏ ਨੇ ਹਰਜ ਕੀਤੀ ਅੰਮੀ ਜੀ ਕਿਉਂ ਰੋਂਦੇ ਹੋ ਫਰਮਾਇਆ ਮੁਹੰਮਦ ਮੇਰੇ ਜਹਾਨ ਦਾ ਵੇਲਾ ਹੋ ਗਿਆ ਏ ਮੇਰਿਆ ਪੁੱਤਰਾ ਮੈਨੂੰ ਇੰਝ ਲੱਗਦਾ ਏ ਮੈਂ ਤੇਰੇ ਨਾਲ ਪੱਕੇ ਜਾ ਨਹੀਂ ਸਕਣਾ ਹੈ ਮੇਰਿਆ ਸ਼ਹਿਜ਼ਾਦਿਆ ਮੇਰੇ ਸੀਨੇ ਲੱਗ ਜਾ ਹੈ ਮੇਰਾ ਮੁਹੰਮਦ ਮੇਰੇ ਨਾਲ ਪਿਆਰ ਕਰ ਜਾ ਸ਼ਬੀਰ ਅੱਲਾ ਦੀ ਕਸਮ ਉਠਾ ਕੇ ਆਉਣਾ ਵਾ ਹਲਲ ਇਲਾਨ ਤੇਰੇ ਮਜਮੇ ਨੂੰ ਜੁਮਲੇ ਦੇਣ ਲਗਾ ਮੇਰੇ ਨਬੀ ਨੇ ਮਾਂ ਨੂੰ ਜੱਫਾ ਮਾਰ ਲਿਆ ਆ ਗੱਲ ਅੰਦਰੂ ਸੁਣੀ ਤੇਰੇ ਅੱਥਰੂ ਆ ਜਾਣੇ ਨੇ ਮੇਰੇ ਨਬੀ ਨੇ ਅੰਮੀ ਨੂੰ ਜੱਫੇ ਮਾਰ ਲੈਣੇ ਹਜ਼ੂਰ ਵੀ ਰੋਂਦੇ ਨੇ ਅੱਜ ਸਜਦਾ ਆਮੀਨਾ ਵੀ ਰੋਂਦੀਆਂ ਨੇ ਅੱਜ ਨਬੀਆਂ ਦੇ ਇਮਾਮ ਦੀ ਮਾਂ ਜਾ ਰਹੀ ਏ ਮੇਰੇ ਨਬੀ ਨੇ ਅੰਮੀ ਦੇ ਸਾਹਮਣੇ ਹੱਥ ਜੋੜੇ ਨੇ ਹਰਜ ਕੀਤੀ ਅੰਮੀ ਜੀ ਨਾ ਜਾਇਆ ਜੇ ਅੰਮੀ ਜੀ ਮੇਰਾ ਤੇ ਬਾਪ ਜੀ ਕੋਈ ਨਹੀਂ ਸ਼ਾਲਾ ਮਰਨ ਕਿਸੇ ਸਜਣਾ ਸ਼ਾਲਾ ਮਰਨ ਸ਼ਾਲਾ ਮਰਨ ਹੈ ਮੈਂ ਯਤੀਮ ਰੁਲਦੇ ਵੇਖੇ ਹੈ ਮੈਂ ਯਤੀਮ ਪੀਰ ਮਹੱਲ ਦੀਆਂ ਸੜਕਾਂ ਤੇ ਰੁਲਦੇ ਵੇਖੇ ਹੈ ਮੈਂ ਯਤੀਮ ਗਾਲੀਆਂ ਖਾਂਦੇ ਵੇਖੇ ਹੈ ਮੈਂ ਯਤੀਮ ਹੋਟਲਾਂ ਤੇ ਬਰਤਨ ਧੋਂਦੇ ਵੇਖੇ ਅੱਜ ਪਿਓ ਆਉਂਦਾ ਕਦੀ ਬਰਤਨ ਨਾ ਧੋਣ ਦਿੰਦਾ ਹੋਏ ਅੱਜ ਅੱਪਾ ਆਉਂਦਾ ਕਦੀ ਥੱਪੜ ਨਾ ਮਾਰਨ ਦਿੰਦਾ ਹੋਏ ਸ਼ਾਲਾ ਮਰਨ ਨਬੀ ਜੀ ਕਿਸੇ ਦੇ ਅੱਲਾ ਦੀ ਕਸਮ ਏ ਬਾਬਿਓ ਰੋਣ ਵਾਲਿਓ ਇਸੇ ਵਾਸਤੇ ਅਲਲ ਐਲਾਨ ਆਖ ਰਿਹਾ ਹੋਏ ਸ਼ਾਲਾ ਮਰਨ ਨਬਾ ਵੀ ਕਿਸੇ ਦੇ ਰੱਬੇ ਕਾਬਾ ਦੀ ਕਸਮ ਹੈ ਤਵੱਜੋ ਕਰੀ ਜ਼ਰਾ ਮੇਰੇ ਵੱਲ ਨਬੀਆਂ ਦੇ ਇਮਾਮ ਦੀ ਮਾਂ ਅੱਜ ਤੇਰੀ ਮਾਂ ਰੋਈ ਤੇ ਤੇਰੇ ਸੀਨੇ ਤੇ ਕੋਈ ਅਸਰ ਨਹੀਂ ਹੋਇਆ ਮੈਨੂੰ ਅਗਲੇ ਦਿਨ ਮਾਈ ਫੋਨ ਕਰਕੇ ਆਂਦੀ ਕਹਿੰਦੀ ਘਰ ਸਾਹਿਬ ਮੇਰੇ 5 ਪੁੱਤਰ ਨੇ ਸ਼ਬੀਰ ਸਾਹਿਬ 5 ਪੁੱਤਰ ਨੇ ਤੇ 5ਾਂ ਵਿੱਚੋਂ ਕਿਸੇ ਵੀ ਕਦੀ ਮਾਂ ਦਾ ਹਾਲ ਨਹੀਂ ਪੁੱਛਿਆ ਪੀਰ ਮਾਲਾ ਲਿਆ ਉਸ ਔਲਾਦ ਨੂੰ ਕੀ ਕਰਨਾ ਇੱਕੋ ਜ਼ਰਾ ਬੰਦ ਕਰਿਓ ਬਿਲਕੁਲ ਸੋਹਣਾ ਚਲਾ ਰਿਹਾ ਸਾਊਂਡ ਅੱਲਾ ਤੁਹਾਨੂੰ ਸਲਾਮਤ ਰੱਖੇ ਗੱਲ ਸਮਝਾ ਛੱਡਾ ਤਵੱਜੋ ਕਰਿਓ ਬਾਬਾ 5 ਪੁੱਤਰ ਹੋਣ ਜਿਸ ਮਾਂ ਦੇ ਤੇ ਮਾਂ ਗੁਆਂਢੀਆਂ ਘਰੋਂ ਰੋਟੀ ਮੰਗ ਕੇ ਖਾਵੇ
ਸੁਣ ਮਾਂ ਗਵਾਂਢੀਆਂ ਤੋਂ ਜੀ ਸਾਹਿਬ ਰੋਟੀ ਮੰਗ ਕੇ ਖਾਂਦੀ ਪਈ ਏ ਤੇ ਪੰਜ ਪੁੱਤਰ ਨੇ ਤੇ ਪਿੰਡ ਤੇ ਚੌਧਰੀ ਬਣੇ ਨੇ। ਮੈਂ ਤਾਂ ਉਹਨਾਂ ਦੇ ਪਿੰਡ ਜਾ ਕੇ ਬਾਬਾ ਜੀ ਮੈਂ ਅਲਲ ਐਲਾਨ ਆਖਿਆ, ਮੈਂ ਕਿਹਾ ਚੌਧਰੀ ਸਾਹਿਬ ਇਹ ਜਿਹੜੇ ਪੈਸੇ ਮੁਸੀਬਤਾਂ 'ਚ ਦਿੰਦੇ ਹੋ ਤੁਹਾਡੇ ਕੋਈ ਕਬੂਲ ਨਹੀਂ, ਇਹ ਜਿਹੜੇ ਸੜਕਾਂ ਬਣਾਉਂਦੇ ਪਏ ਤੁਹਾਡੇ ਕੋਈ ਕਬੂਲ ਨਹੀਂ। ਮੈਨੂੰ ਕਹਿਣ ਲੱਗਾ ਮੌਲਵੀ ਜੀ ਉਹ ਕਿਉਂ? ਮੈਂ ਕਿਹਾ ਜਿਹੜੀ ਜੰਨਤ ਜੀ ਉਹਨੂੰ ਤੇ ਸੜਕਾਂ ਤੇ ਰੋਲ ਛੱਡਿਆ ਜਾ, ਜਿਹਨੂੰ ਸਮਝ ਆਈ ਹੈ ਉਹ ਜਿਹੜੀ ਜੰਨਤ ਹੈ। ਉਹ ਬਾਬੇ ਉਹ ਮਾਂ ਦੇ ਪੈਰਾਂ ਥੱਲੇ ਕੀ ਹੈ? ਉੱਚੀ ਬੋਲੋ, ਮਾਂ ਦੇ ਪੈਰਾਂ ਥੱਲੇ ਜਿਹੜਾ ਮੰਨਦਾ ਉਹ ਹੱਥ ਚੁੱਕ ਕੇ ਆਖੇ ਮਾਂ ਦੇ ਪੈਰਾਂ ਥੱਲੇ, ਤੇ ਪਿਓ ਜੰਨਤ ਦਾ, ਹਾਏ ਹਾਏ ਬਾਪ ਜੰਨਤ ਦਾ। ਜੇ ਮਾਂ ਦੀ ਖਿਦਮਤ ਕੀਤੀ ਆ ਤੇ ਫਿਰ ਅੱਬੇ ਦੀ ਵੀ ਕਰ, ਮਾਂ ਦੀ ਸੇਵਾ ਕਰ, ਅੱਬੇ ਦੀ ਸੇਵਾ ਕਰ। ਜੇ ਤੂੰ ਮਾਂ ਪਿਓ ਦਾ ਨਾ ਫਰਮਾਨ ਹੈ ਨਾ, ਤੇਰੀ ਕੋਈ ਨਮਾਜ਼ ਕਬੂਲ ਨਹੀਂ। ਮੁਫਤੀ ਸਾਹਿਬ ਬੈਠੇ, ਜੇ ਤੂੰ ਮਾਂ ਪਿਓ ਨੂੰ ਤੰਗ ਕਰਨਾ, ਮਾਂ ਪਿਓ ਨੂੰ ਝਿੜਕਾਂ ਮਾਰੀਆਂ ਨੇ। ਨਬੀ ਪਾਕ ਦੀ ਹਦੀਸ ਦਾ ਮਫਹੂਮ ਸੁਣੋ, ਮੈਂ ਹਦੀਸ ਪੜ੍ਹਨ ਲੱਗਾ ਤਵੱਜੋ ਕਰਿਆ ਜੇ। ਨਬੀ ਪਾਕ ਨੇ ਫਰਮਾਇਆ ਹਰ ਅਮਲ ਦੀ ਸਜ਼ਾ ਜਿਹੜਾ ਬੰਦਾ ਛੱਡੇਗਾ ਉਹ ਕਿਆਮਤ ਵਾਲੇ ਦਿਨ ਮਿਲੇਗੀ। ਇੱਕ ਅਮਲ ਐਸਾ ਹੀ ਪੀਰ ਮਹੱਲਾ ਲਿਆ ਜਿਹਦੀ ਸਜ਼ਾ ਦੁਨੀਆਂ ਤੇ ਮਿਲਦੀ ਆ, ਤਵੱਜੋ ਬੱਚਿਓ ਖਮੋਸ਼ ਪੁੱਤਰ। ਇੱਕ ਐਸਾ ਅਮਲ ਹੈ ਜਿਹਦੀ ਸਜ਼ਾ ਦੁਨੀਆਂ ਤੇ ਮਿਲਦੀ ਹੈ, ਗੱਲ ਸੁਣਿਓ, ਪਤਾ ਜੇ ਕਿਹੜਾ? ਮਾਂ ਪਿਓ ਦੀ ਨਾ ਫਰਮਾਨੀ। ਅੱਜ ਮੁੰਡਾ ਅੱਬੇ ਨੂੰ ਆਂਦਾ, ਅੱਬਾ ਤੈਨੂੰ ਤਾਂ ਪਤਾ ਹੀ ਨਹੀਂ, ਅੱਬਾ ਤੇਰਾ ਤੇ ਦਿਮਾਗ ਹੀ ਨਹੀਂ ਕੰਮ ਕਰਦਾ। ਮੈਂ ਕਿਹਾ ਜਿਹਦੀ ਚਿੱਟੀ ਦਾੜੀ ਹੋ ਗਈ ਉਹਦਾ ਦਿਮਾਗ ਹੀ ਨਹੀਂ ਕੰਮ ਪਿਆ ਕਰਦਾ। ਹਾਏ 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 ਹੈਂ, ਜਿਹਦੇ 60 ਸਾਲ ਉਮਰ ਹੋ ਗਈ, 70 ਸਾਲ ਉਮਰ ਹੋ ਗਈ, ਉਹਦਾ ਦਿਮਾਗ ਨਹੀਂ ਕੰਮ ਪਿਆ ਕਰਦਾ। ਅੱਜ ਮੁੰਡੇ ਦਾ ਦਿਮਾਗ ਜ਼ਿਆਦਾ ਪਿਆ ਕੰਮ ਕਰਦਾ, ਅੱਜ ਮੁੰਡਾ ਜ਼ਿਆਦਾ ਹੁਸ਼ਿਆਰ ਹੋ ਗਿਆ। ਬਾਬਾ ਜੀ ਕਸਮ ਖੁਦਾ ਦੀ, ਬੰਦਾ ਕਰੋੜਪਤੀ ਵੀ ਹੋ ਜਾਏ ਨਾ, ਰਹਿੰਦਾ ਮਾਂ ਪਿਓ ਦਾ ਨੌਕਰ ਹੀ, ਰਹਿੰਦਾ ਮਾਂ ਪਿਓ ਦਾ ਨੌਕਰ ਹੀ ਹੈ, ਮਾਂ ਪਿਓ ਦਾ ਗੁਲਾਮ ਹੈ। ਬਹਿ ਜਾ ਯਾਰ ਖੁਸ਼ਬੂ ਵਾਲਿਆ, ਇੱਧਰ ਮੇਰਾ ਭਾਈ, ਤੈਨੂੰ ਬਾਅਦ ਚੋਂ ਤੇਰੀ ਖਿਦਮਤ ਕਰ ਦੇਣਗੇ ਯਾਰ, ਪਿਛਲੇ ਬੰਦੇ ਡਿਸਟਰਬ ਨਾ ਹੋਣ, ਮਿਹਰਬਾਨੀ, ਨਾਰਾਜ਼ ਨਹੀਂ ਹੋਣਾ। ਚੱਲ ਠੀਕ ਹੈ, ਇੱਧਰ ਮੇਰੇ ਵੱਲ। ਪੰਜ ਪੁੱਤਰ ਤੇ ਮਾਂ ਲੋਕਾਂ ਦੇ ਘਰੋਂ ਰੋਟੀ ਵੀ ਖਾਂਦੀ ਹੈ, ਤੇ ਪੁੱਤਰ ਚੌਧਰੀ ਬਣੇ ਜੇ, ਕਾਟਨ ਦੇ ਸੂਟ ਪਾਏ ਨੇ ਤੇ ਜਨਾਬ ਪੱਗਾਂ ਬੰਨੀਆਂ ਨੇ ਤੇ ਜੀ ਅਸੀਂ ਚੌਧਰੀ ਹੁੰਦੇ ਹਾਂ। ਮੈਂ ਕਿਹਾ ਕਿਹੜੀ ਚਦਰਾ ਆਈ? ਚਦਰਾ ਹਮੇਸ਼ਾ ਮਾਂ ਪਿਓ ਨਾਲ ਆਉਂਦੀ ਹੈ। ਕਿਹਦੇ ਨਾਲ ਆਉਂਦੀ ਹੈ? ਕਿਹਦੇ ਨਾਲ ਆਉਂਦੀ ਹੈ? ਉਹ ਮਾਂ ਪਿਓ ਨਾਲ ਚਦਰਾ ਆਉਂਦੀ ਜੇ, ਮਾਂ ਪਿਓ ਨੂੰ ਛੱਡ ਕੇ ਚਦਰਾ ਨਹੀਂ ਆਉਂਦੀ। ਇਹ ਤੁਹਾਡਾ ਰਾਵਲਪਿੰਡੀ ਰੋਡ, ਰਾਵਲਪਿੰਡੀ ਰੋਡ, ਸਲਾਮਾਬਾਦ ਰੋਡ, ਉਹ ਸਿਆਲਕੋਟ ਨਿਕਲਦਾ। ਤਵੱਜੋ ਕਰਿਓ, ਗੱਲ ਬੜੀ ਸੁਣਨ ਵਾਲੀ ਹੈ। ਸ਼ਬੀਰ ਸਾਹਿਬ, ਇਹ ਤੁਹਾਡੇ ਉਲਾਮਾ ਤਸ਼ਰੀਫ ਫਰਮਾ ਨੇ, ਜਨਾਬ ਤਸ਼ਰੀਫ ਫਰਮਾ, ਉਹ ਸਾਰਾ ਮਜਮਾ ਬੈਠਾ। ਮੈਂ ਉੱਥੇ ਤਕਰੀਰ ਕਰਨ ਗਿਆ ਗੁਜਰ ਖਾਂ। ਕਿੱਥੇ? ਉਹ ਪਿੱਛੇ ਆਵਾਜ਼ ਆ ਰਹੀ ਹੈ ਜੀ ਮੇਰੀ, ਉਹ ਜਿਹੜੇ ਪਿੱਛੇ ਬੰਦੇ ਬੈਠੇ ਹੋ ਜੀ, ਆ ਰਹੇ ਤੇ ਹੱਥ ਬੁਲੰਦ ਕਰਿਆ ਜੇ ਇੱਕ ਵਾਰੀ ਜੀ। ਮਿਹਰਬਾਨੀ, ਠੀਕ ਹੈ, ਇੱਧਰ ਤਵੱਜੋ ਕਰਿਆ ਜੇ। ਬਾਬਾ ਜੀ ਮੈਂ ਤਕਰੀਰ ਕਰਨ ਗਿਆ ਤੇ ਸ਼ਬੀਰ ਸਾਹਿਬ ਮੈਨੂੰ ਉਹ ਅੱਬੇ ਨੇ ਗੱਲ ਸੁਣਾਈ। ਉਹ ਪਿੰਡ ਦਾ ਲੰਬੜਦਾਰ ਸੀ ਬਾਪ, ਮਾਂ ਵੀ ਹੱਲ ਹੈ ਤੇ ਪਿਓ ਵੀ ਹੱਲ ਹੈ। ਕਈ ਆਂਦੇ ਨੇ ਅੰਮਾ ਦੀ ਸ਼ਾਨ ਸੁਣਾਓ ਤੇ ਅੱਬੇ ਨੂੰ ਕਿੱਥੇ ਛੱਡਣਾ ਜੀ? ਅੱਬੇ ਦੀ ਬਦੌਲਤ ਅਸੀਂ ਜੰਮੇ ਆ। ਉਹ ਨਹੀਂ ਸਮਝ ਆਈ? ਓਏ ਅੱਬਾ ਬਣਿਆ, ਅੱਬਾ ਬਣਿਆ ਤੇ ਅਸੀਂ ਪੁੱਤਰ ਬਣੇ ਆ, ਅਸੀਂ ਦੁਨੀਆਂ ਤੇ ਆਏ ਆ। ਪਿਓ ਨਾਲ ਬਹਾਰ ਹੁੰਦੀ ਜੇ, ਬਾਪ ਨਾਲ ਬਹਾਰ ਹੁੰਦੀ ਜੇ। ਮਾਂ ਦੀ ਸ਼ਾਨ ਸੁਣੀ ਆ ਸਾਰੀ ਜ਼ਿੰਦਗੀ, ਅੱਬੇ ਦੀ ਸ਼ਾਨ ਵੀ ਸੁਣੀ। ਗੱਲ ਬੜੀ ਵੱਡੀ ਦੇਣ ਲੱਗਾ। ਆਂਦਾ ਮੈਂ ਪਿੰਡ ਦਾ ਲੰਬੜਦਾਰ ਸਾਂ, ਗੱਲ ਬੜੀ ਸੁਣਨ ਵਾਲੀ ਹੈ, ਮੈਂ ਤਾਂ ਇਹ ਗੱਲਾਂ ਸੁਣਾਉਣਾ ਕਿ ਸਾਡੇ ਘਰਾਂ ਵਿੱਚ ਲੜਾਈ ਹੈ। ਲੋਕ ਬੁੱਢੀ ਦੀ ਗੱਲ ਸੁਣ ਕੇ ਅੰਮਾ ਨੂੰ ਝੂਠਾ ਕਰ ਛੱਡਦੇ। ਮੈਂ ਤੈਨੂੰ ਬਹਾਨਾ ਪੀਰ ਮਹੱਲ ਜੈਸੇ, ਲੋਕ ਬੁੱਢੀ ਦੀ ਗੱਲ ਸੁਣ ਕੇ ਅੱਬੇ ਨੂੰ ਝਿੜਕ ਮਾਰ ਛੱਡਦੇ। ਅੱਬਾ ਜੀ ਮੇਰੀ ਬੁੱਢੀ ਨਾਲ ਨਾ ਗੱਲ ਕਰੋ। ਮੈਂ ਕਿਹਾ ਤੇਰੀ ਬੁੱਢੀ ਕੌਣ ਹੈ?
ਤੇਰੀ ਬੁੱਢੀ ਕੀ ਚੀਜ਼ ਏ? ਔਰਤਾਂ ਵੀ ਮੇਰੀ ਤਕਰੀਰ ਤੇ ਸੁਣਦੀਆਂ ਨੇ ਅਕਸਰ, ਬੁੱਢੀਆਂ ਮੈਨੂੰ ਫੋਨ ਕਰਕੇ ਆਉਂਦੀਆਂ, ਮੌਲਵੀ ਜੀ ਤੁਸੀਂ ਬੁੱਢੀਆਂ ਦੇ ਖਿਲਾਫ ਕਿਉਂ ਹੋ? ਮੈਂ ਕਿਹਾ ਮੈਂ ਬੁੱਢੀਆਂ ਦੇ ਖਿਲਾਫ ਨਹੀਂ, ਮੈਂ ਭੈੜੀਆਂ ਬੁੱਢੀਆਂ ਦੇ ਖਿਲਾਫ। ਬਾਬਾ ਜਿਹੜੀ ਔਰਤ ਆ ਕੇ ਭਰਾਵਾਂ ਨੂੰ ਭਰਾਵਾਂ ਤੂੰ ਜੁਦਾ ਕਰ ਛੱਡੇ ਉਹ ਚੰਗੀ ਹੁੰਦੀ? ਓਏ ਡਰੋ ਨਾ, ਇੱਥੇ ਨਹੀਂ ਘਰਾਂ 'ਚ ਬੈਠੀਆਂ ਨੇ, ਤੁਸੀਂ ਤਾਂ ਇੱਥੇ ਪੇ ਡਰਦੇ ਹੋ, ਤਾਂ ਗੱਲ ਮੈਂ ਤੁਹਾਨੂੰ ਕੀ ਸੁਣਾਉਣੀ। ਮੈਂ ਕਹਿੰਦਾ ਬਈ ਤੁਸੀਂ ਬੰਦੇ ਵਿੱਚ ਸਹਿਮ ਗਏ ਨੇ ਵੀ ਲੋਕੀ ਤੇ ਮੇਰੀ ਬੁੱਢੀ ਵੀ ਨਾ ਸੁਣਦੀ ਹੋਵੇ ਤੇ ਉੱਥੇ ਆ ਕੇ ਮਹਿਫਲ 'ਚ ਬੜਾ ਪਿਆਨਾ ਸੀ ਉੱਥੇ। ਹੁਣ ਸੁਣਾ, ਡਰੋ ਨਾ, ਘਬਰਾਓ ਨਾ, ਕੋਈ ਡਰ ਨਹੀਂ। ਕਸਮ ਖੁਦਾ ਦੀ ਬੰਦੇ ਬੜੇ ਬੜੇ ਡਰਦੇ ਨੇ ਬੁੱਢੀਆਂ ਕੋਲ। ਅਗਲੇ ਦਿਨ ਮੈਨੂੰ ਇੱਕ ਕਹਿਣ ਲੱਗਾ, ਕਹਿੰਦਾ ਕਾਕੇ ਸਾਹਿਬ ਮੇਰੀ ਬੁੱਢੀ ਮੈਨੂੰ ਬੜਾ ਮਾਰਦੀ ਹੈ। ਮੈਂ ਕਿਹਾ ਫਿਰ ਤੂੰ ਬੰਦਾ ਤੇ ਨਹੀਂ? ਸ਼ਬੀਰ ਜੀ ਦੀ ਬੁੱਢੀ ਹੋ ਕੇ ਬੰਦੇ ਨੂੰ ਮਾਰੇ, ਉਹ ਬੰਦਾ ਤੇ ਨਹੀਂ, ਉਹ ਮਰਦ ਤੇ ਨਹੀਂ। ਮਰਦ ਕਿਹਨੂੰ ਕਹਿੰਦੇ ਨੇ? ਬੁੱਢੀ ਕੋ ਜੁੱਤੀਆਂ ਪਿਆ ਖਾਵੇ, ਬੁੱਢੀ ਕੋ ਮਾਰ ਪਿਆ ਖਾਵੇ? ਐਦਾਂ ਤਵੱਜੋ ਕਰ। ਆਂਦਾ ਮੈਂ ਪਤਾ ਕੀ ਆਨਾ, ਮੈਂ ਲੜਾਈ ਨਾ ਲੱਗੇ। ਮੈਂ ਕਿਹਾ ਫਿਰ ਸਾਰੀ ਜ਼ਿੰਦਗੀ ਮਾਰ ਖਾਈ ਆ, ਲੜਾਈ ਤੂੰ ਬਚੀ ਜਾ ਤੇ ਜੁੱਤੀਆਂ ਖਾਈ ਜਾ। ਔਰਤ ਕੀ ਜੁਰਤ ਹੈ? ਉਹ ਮਰਦ ਦੇ ਸਾਹਮਣੇ ਉੱਚੀ ਵੀ ਬੋਲੇ, ਅਰਨੀ ਜਾਲ ਕਵਾ ਮੂਨ ਅਲਨ ਨਿਸਾ। ਮੁਫਤੀ ਸਾਹਿਬ ਬੈਠੇ ਨੇ, ਅੱਲਾ ਦਾ ਕੁਰਾਨ ਕਹਿ ਰਿਹਾ ਸੀ ਮਰਦਾਂ ਨੂੰ ਔਰਤਾਂ ਦਾ ਅਫੀਸਰ ਬਣਾਇਆ, ਔਰਤਾਂ ਦੇ ਹੁਕਮਰਾਨ ਬਣਾਇਆ। ਔਰਤ ਨਹੀਂ ਮਰਦ ਹੁਕਮਰਾਨ ਹੈ, ਤੇ ਜਿਨ੍ਹਾਂ ਦੀਆਂ ਗੱਲਾਂ ਬੁੱਢੀਆਂ ਮਕਾਨ ਨਾ ਉਹ ਚੌਧਰੀ ਨਹੀਂ ਹੁੰਦੇ। ਕਈ ਬੰਦੇ ਗਾਰ ਬਾਹਰ ਗੱਲ ਕਰ ਆਉਂਦੇ ਨੇ ਤੇ ਫਿਰ ਆਉਂਦੇ ਨੇ ਮੈਂ ਬੁੱਢੀ ਕੋਲ ਨਹੀਂ ਜੀ ਪੁੱਛਿਆ। ਮਰਦ ਉਹ ਨਹੀਂ ਹੁੰਦਾ ਜਿਹੜਾ ਬੁੱਢੀ ਨੂੰ ਜਾ ਕੇ ਆਖਿਆ ਜੀ ਮੈਂ ਕਰਾਂਗੇ ਜੀ ਨਾ ਕਰਾਂ ਜੀ, ਜੇ ਤੁਹਾਡੀ ਇਜਾਜ਼ਤ ਹੈ ਤੇ ਫਿਰ ਕਰ ਲਈਏ। ਨਹੀਂ, ਮਰਦ ਦਾ ਫੈਸਲਾ, ਮਰਦ ਦਾ ਫੈਸਲਾ। ਉਹ ਬੰਦਾ ਮਰਦ ਜਿਹੜਾ ਫੈਸਲਾ ਕਰੇ, ਆਖੇ ਮੈਂ ਕਰ ਆਇਆ ਫੈਸਲਾ, ਨਹੀਂ ਪੇ ਬੋਲਦੇ ਤੁਸੀਂ ਭਾਵੇਂ ਨਾ ਕਰਿਓ ਪਰ ਮੇਰੇ ਨਾਲ ਬੋਲੋ ਤੇ ਸਹੀ ਆ। ਹੈਂ ਬਾਬਾ, ਔਰਤ ਜਿਹੜੀ ਆ ਕੇ ਮਾਂ ਪਿਓ ਕੋਲ ਪੁੱਤਰ ਜੁਦਾ ਕਰ ਛੱਡੇ ਉਹ ਚੰਗੀ ਹੈ? ਬੋਲੋ, ਅਜੇ ਵੀ ਸ਼ਬੀਰ ਸਾਰੇ ਨਹੀਂ ਪੇ ਬੋਲਦੇ? ਕਿਤੇ ਐਲਸੀਡੀ ਤੇ ਨਹੀਂ ਲਾਈ ਔਰਤਾਂ ਨੇ? ਲੱਗੀ ਹੈ? ਫੇਰ ਨਹੀਂ ਮੈਂ ਨਾ ਬੋਲਦਾ, ਪਰ ਮੈਂ ਤੁਹਾਨੂੰ ਬਿਆਨਾ ਵੀ ਅੱਜ ਹਿੰਮਤ ਕਰੋਗੇ ਤੇ ਬਚ ਜਾਓਗੇ। ਹਿੰਮਤ ਕਰੋ, ਔਰਤ ਦੀ ਜ਼ਰੂਰਤ ਨਹੀਂ ਉਹ ਆਖੇ ਵੀ ਤੂੰ ਭਰਾ ਨੂੰ ਮਿਲਣਾ ਕਿ ਨਹੀਂ ਮਿਲਣਾ। ਦੱਸੋ, ਚਲੋ ਕਿਸੇ ਔਰਤ ਨੂੰ ਤੇ ਹੋ ਸਕਦਾ ਹਦਾਇਤ ਆ ਜਾਏ ਇਸ ਮੌਲਵੀ ਦੀ ਗੱਲ ਸੁਣ ਕੇ। ਬਾਬਾ ਔਰਤ ਕੌਣ ਹੈ, ਬੀਵੀ ਕੌਣ ਹੈ ਜਿਹੜੀ ਸ਼ਬੀਰ ਨੂੰ ਆਖੇ ਵੀ ਤੂੰ ਨਸੀਰ ਨੂੰ ਨਹੀਂ ਮਿਲਣਾ? ਮੈਂ ਇੱਕ ਮਿਸਾਲ ਦੇ ਰਿਹਾ, ਵੈਸੇ ਇਹਨਾਂ ਦੀਆਂ ਦਛੀਆਂ ਨੇ ਨੇਕ ਨੇ। ਜੁਮਲੇ ਸੁਣਿਓ, ਔਰਤ ਦਾ ਕੀ ਕੰਮ ਬਣਦਾ? ਵੱਡੇ ਭਰਾ ਨੂੰ ਆਖੇ ਤੂੰ ਛੋਟੇ ਨੂੰ ਨਹੀਂ ਬੁਲਾਉਣਾ, ਛੋਟੇ ਨੂੰ ਆਖੇ ਤੂੰ ਵੱਡੇ ਨੂੰ ਨਹੀਂ ਬੁਲਾਉਣਾ? ਬਾਬਾ ਔਰਤ ਦਾ ਕੰਮ ਨਹੀਂ, ਮਰਦ ਜਿਹੜੇ ਨਾ, ਮਰਦ ਕਦੀ ਬੀਵੀ ਦੇ ਪਿੱਛੇ ਲੱਗ ਕੇ ਭਰਾ ਨਹੀਂ ਛੱਡਦੇ ਕਿ ਛੱਡ ਦਿੰਦੇ ਨੇ, ਭਰਾ ਨਹੀਂ ਛੱਡਦੇ। ਆ ਸੁਣਿਓ ਗੱਲ, ਆ ਗੱਲ ਬੜੇ ਧਿਆਨ ਨਾਲ ਸੁਣਿਓ। ਬਾਬਾ ਜੀ ਲੰਬੜਦਾਰ ਸੀ ਪਿੰਡ ਦਾ, ਫੈਸਲੇ ਕਰਨ ਵਾਲਾ, ਚਿੱਟੀ ਦਾੜੀ ਹੋ ਗਈ ਉਹਦਾ ਪੁੱਤਰ ਸੀ। ਬਹਿ ਜਾ ਪੁੱਤਰ, ਗੱਲ ਸੁਣਿਓ, ਗੱਲ ਬੜੀ। ਪੈਸੇ ਸ਼ਬੀਰ ਨੇ ਬੜੇ ਦੇ ਛੱਡੇ, ਕੋਈ ਨੀ ਸੁਣਦੇ ਇੱਧਰ ਮੇਰੇ ਵੱਲ। ਹੁਣ ਮੇਰੀ ਗੱਲ ਬਦਲਾ, ਬਹਿ ਕੇ ਸੁਣੀਏ ਦੋ ਮਿੰਟ। ਪੈਸੇ ਬੜੇ ਹੋ ਗਏ ਨੇ, ਗੱਲ ਮੈਂ ਕੁਝ ਦੇ ਕੇ ਜਾਣਾ ਚਾਹੁੰਦਾ, ਕੋਈ ਬੰਦਾ ਨਾ ਉੱਠੇ। ਹੁਣ ਦੋ ਚਾਰ ਮਿੰਟ ਜਿਹੜੀ ਮੈਂ ਗੱਲ ਮੁਕੰਮਲ ਸੁਣਾਉਣੀ। ਬਾਬਾ ਜੀ ਪੁੱਤਰ ਨੂੰ ਜਗ੍ਹਾ ਵੀ ਮਿਲਦੀ ਸੀ ਪਿੰਡ ਦੇ ਨਾਲ ਨਾ, ਪੰਜ ਮਰਲੇ ਦੀ ਜਗ੍ਹਾ ਸੀ। ਇਹ ਜ਼ਰਾ ਕੰਨ ਖੋਲ ਕੇ ਜ਼ਰਾ ਮੇਰੇ ਵੱਲ ਵੇਖਿਓ।
ਹੁਣ ਪੁੱਤਰ ਨੂੰ ਜਗ੍ਹਾ ਵੀ ਮਿਲੇ ਸ਼ਬੀਰ ਤੇ ਜਗ੍ਹਾ ਵੀ ਬੜੀ ਸਸਤੀ ਵੀ ਮਿਲੇ ਵੀ ਜਿਹੜੀ 4 ਲੱਖ ਤੋਂ ਮਰਲਾ ਸੀ ਉਹ 2 ਲੱਖ ਤੋਂ ਮੈਂ ਅੱਬੇ ਦੇ ਦੱਸਣ ਲੱਗਾ ਵੀ ਅੱਬਾ ਕੀ ਚੀਜ਼ ਹੈ ਪਿਓ ਕੀ ਚੀਜ਼ ਹੈ ਤੁਹਾਡੇ ਮੁੰਡਿਆਂ ਦੇ ਕੰਨ ਖੁੱਲ ਜਾਣਗੇ ਉਹ ਜ਼ਮੀਨ ਵੀ ਮਿਲਦੀ ਸੀ 4 ਲੱਖ ਤੋਂ ਮਰਲਾ ਸੀ ਉਹਨੂੰ 2 ਲੱਖ ਤੋਂ ਮਿਲੇ ਵੀ ਉਹਦੇ ਯਾਰ ਨੇ ਆਖਿਆ ਯਾਰ ਤੇਰੇ ਕੋਲ ਪੈਸੇ ਵੀ ਆਏ ਨੇ ਤੇ ਜਗ੍ਹਾ ਮੈਂ ਦੇਣੀ ਹੈ ਤੇ ਅਗਰ ਤੂੰ ਲੈਣੀ ਹੈ ਤੇ ਲੈ ਲੈ ਉਹਨੇ ਕਿਹਾ ਤੈਨੂੰ ਮੈਂ ਦੱਸਾਂਗਾ ਕੱਲ ਉਹ ਭਾਈ ਜਾਨ ਉਹ ਆਪਣੇ ਅੱਬੇ ਕੋਲ ਆ ਗਿਆ ਅਲਾਮਾ ਸਾਹਿਬ ਅੱਬਾ ਲੰਬੜਦਾਰ ਸੀ ਪਿੰਡ ਦਾ ਫਿਰ ਅੱਬੇ ਜ਼ਿੰਦਗੀ ਗੁਜ਼ਾਰੀ ਸੀ ਉਹਨੂੰ ਪਤਾ ਸੀ ਆਂਦਾ ਅੱਬੇ ਦੇ ਪੈਰਾਂ 'ਚ ਬਹਿ ਗਿਆ ਨਾ ਆਂਦਾ ਅੱਬਾ ਜੀ ਮੈਂ ਤੁਹਾਡੇ ਨਾਲ ਮਸ਼ਵਰਾ ਕਰਨਾ ਬਾਪ ਨੇ ਆਖਿਆ ਪੁੱਤਰ ਕਰ ਆਂਦਾ ਅੱਬਾ ਜੀ ਇਹ ਜਿਹੜੀ ਕੋਨੇ ਤੇ ਜਗ੍ਹਾ ਨਾ ਪਿੰਡ ਤੇ ਪਿੰਡ ਨਿਕਲਦਿਆਂ ਸਾਰ ਕੋਨੇ ਤੇ ਕਾਰਨਰ ਪਲਾਟ ਅੱਬੇ ਨੇ ਆਖਿਆ ਜੀ ਪੁੱਤਰ ਅੱਬਾ ਜੀ ਮੈਨੂੰ ਲੱਭਦਾ ਪਿਆ ਅੱਬੇ ਨੇ ਆਖਿਆ ਫੇਰ ਆਂਦਾ ਅੱਬਾ ਜੀ ਵੈਸੇ 4 ਲੱਖ ਰੁਪਇਆ ਮੁੱਲ ਮਰਲੇ ਦਾ ਤੇ ਮੈਨੂੰ 2 ਲੱਖ ਰੁਪਇਆ ਪਿਆ ਦਿੰਦਾ ਤੇ ਜਗਾੜ ਬੜਾ ਸੋਹਣਾ ਪਿਆ ਲੱਗਦਾ ਹੈ ਆ ਜਗਾੜ ਲਾਣ ਵਾਲੇ ਸੁਣ ਲਓ ਅੱਬੇ ਕੋਲ ਚੋਰੀ ਜਗਾੜ ਲਾਣ ਵਾਲੇ ਹੋ ਅੱਬੇ ਕੋਲ ਛੁਪਾ ਕੇ ਜ਼ਮੀਨਾਂ ਖਰੀਦਣ ਵਾਲੇ ਹੋ ਸੁਣੋ ਉਹਨੇ ਕਿਹਾ ਜਗਾੜ ਬੜਾ ਸੋਹਣਾ ਪਿਆ ਲੱਗਦਾ ਅੱਬਾ ਜੀ 4 ਲੱਖ ਤੂੰ ਨਹੀਂ 2 ਲੱਖ ਤੂੰ ਪਿਆ ਮਿਲਦਾ ਕਿੰਨਾ ਫਾਇਦਾ ਫਾਇਦਾ ਹੈ ਕਿ ਨਹੀਂ ਹੈ ਜੀ ਬੋਲੋ ਹੈ ਕਿ ਨਹੀਂ ਹੈ ਫਾਇਦਾ ਹੈ ਅੱਬਾ ਜੀ ਲੀਲਾ ਸ਼ਬੀਰ ਪਿਓ ਸਮਝਦਾਰ ਸੀ ਉਹਨੇ ਆਖਿਆ ਨਾ ਲੈਣਾ ਕੀ ਆਖਿਆ ਉਸੀ ਬੋਲੋ ਕੀ ਆਖਿਆ ਨਾ ਲਈ ਉਹਨੇ ਅੱਬੇ ਦੇ ਚਿਹਰੇ ਵੱਲ ਵੇਖੀ ਜਾ ਜਾਂਦਾ ਅੱਬਾ ਵੇਖ ਮੇਰਾ ਜਗਾੜ ਪਿਆ ਲੱਗਦਾ ਹੀ ਇੰਜ ਦੀਆਂ ਸੌਦੇ ਬਾਰ ਬਾਰ ਹੁੰਦੇ ਨੀ ਤੇ ਵੇਖ ਮੇਰਾ ਅੱਬਾ ਵੇਖ ਕਿੱਡਾ ਸ਼ਰੀਫ ਆਦਮੀ ਆ ਆਂਦਾ ਨਾ ਲਈ ਆ ਗੱਲ ਸੁਣਿਓ ਤੇਰੇ ਦਿਲ 'ਚ ਨਕਸ਼ ਕਰ ਜਾਂਗਾ ਸੁਲਤਾਨੀ ਅਲਲ ਐਲਾਨ ਜੁਮਲੇ ਜ਼ਾਇਆ ਨਾ ਕਰੀ ਉਹਨੇ ਕਿਹਾ ਠੀਕ ਹੈ ਬਾਹਰ ਗਿਆ ਨਾ ਤੇ ਬਾਹਰ ਜਾ ਕੇ ਕਹਿਣ ਲੱਗਾ ਵੀ ਮੈਂ ਅੱਬੇ ਖਰੀਦ ਕੇ ਤੇ ਅੱਬੇ ਨੂੰ ਦੱਸ ਛੱਡਾਂਗਾ ਵੀ ਜਗ੍ਹਾ ਲੈ ਕੇ ਤੇ ਅੱਬੇ ਨੂੰ ਆਖਾਂਗਾ ਅੱਬਾ ਲੀਲੀ ਹੈ ਮੈਨੂੰ ਸਮਝ ਵਿੱਚ ਆਈ ਸੀ ਅੱਬਾ ਉਹਦੀ ਤੇਰਾ ਦਿਮਾਗ ਨਹੀਂ ਸੀ ਕੰਮ ਪਿਆ ਕਰਦਾ ਸੁਣੋ ਸੁਣੋ ਪੀਰ ਮਹਾਲਾ ਲਿਓ ਸੁਣੋ ਉਹਨੇ ਜਗ੍ਹਾ ਲੀਲੀ ਪੈਸੇ ਸਾਰੇ ਦੇ ਛੱਡੇ ਯਾਰ ਸੀ ਉਹਨੂੰ ਜ਼ਰੂਰਤ ਸੀ ਪੈਸੇ ਦੇ ਛੱਡੇ 2 ਮਹੀਨੇ ਗੁਜ਼ਰ ਗਏ ਇੱਧਰ ਵੇਖੋ ਜੀ 2 ਮਹੀਨੇ ਗੁਜ਼ਰ ਗਏ ਤੇ ਉਹਨੂੰ ਆਂਦਾ ਯਾਰ ਰਜਿਸਟਰੀ ਤੇ ਕਰਵਾ ਛੱਡ ਆਂਦਾ ਯਾਰ ਮੈਨੂੰ ਅਜੇ ਮੈਂ ਮਸਰੂਫਾਂ ਤੇ 10-15 ਦਿਨਾਂ ਬਾਅਦ ਕਰਵਾ ਦਿਆਂਗਾ ਉਹਨੇ ਕਿਹਾ ਠੀਕ ਹੈ ਉਹਨੂੰ ਵੀ ਪਤਾ ਯਾਰ ਸੱਜਣ ਸੀ ਬਾਬਾ ਜੀ 1 ਮਹੀਨਾ ਹੋਰ ਗੁਜ਼ਰ ਗਿਆ ਕਿੰਨੇ ਮਹੀਨੇ ਹੋ ਗਏ 3 ਮਹੀਨੇ 2 ਮਹੀਨੇ ਉਹਦੇ 1 ਮਹੀਨਾ ਹੋਰ 3 ਮਹੀਨੇ ਉਹਨੇ ਕਿਹਾ ਰਜਿਸਟਰੀ ਉਹਨੇ ਕਿਹਾ ਵੀ ਗੱਲ ਯਾਰ ਤੈਨੂੰ ਸੱਚੀ ਦੱਸਾਂ ਜਗ੍ਹਾ ਵਿੱਚ ਰੋਲਾ ਆਏ ਹਾਏ ਹਾਏ ਜਿਹੜੇ ਸੌਂ ਗਏ ਉਹਨਾਂ ਨੂੰ ਕੀ ਪਤਾ ਮੈਂ ਕੀ ਪਿਆ ਪੜਨਾ ਜਗ੍ਹਾ ਵਿੱਚ ਕੀ ਹੈ ਜਗ੍ਹਾ ਵਿੱਚ ਕੀ ਹੈ ਉਹਨੇ ਕਿਹਾ ਚੱਲ ਕੋਈ ਗੱਲ ਨੀ ਤੂੰ ਮੇਰਾ ਯਾਰ ਚੱਲ ਜਗ੍ਹਾ ਚ ਰੋਲਾ ਨਿਕਲ ਗਿਆ ਫੇਰ ਵੀ ਗੱਲ ਕੋਈ ਨੀ ਪੈਸਾ ਹੀ ਦੇ ਛੱਡ ਹੁਣ ਨਾ ਉਹ ਪੈਸੇ ਦੇਵੇ ਤੇ ਨਾ ਜਗ੍ਹਾ ਦੇਵੇ ਐ ਜੇ ਸਿਹਾਰ ਚੌਧਰੀ ਹਾਂ ਐ ਜੇ ਪਿਓ ਨੂੰ ਛੱਡ ਕੇ ਫੈਸਲੇ ਕਰਨ ਵਾਲਿਆਂ ਦਾ ਤਵੱਜੋ ਕਰਿਓ ਤੁਸੀਂ ਛੋਟੇ ਛੋਟੇ ਸੋ ਜਦੋਂ ਬਾਪ ਤੁਰ ਗਿਆ ਕਸਮ ਖੁਦਾ ਦੀ ਅੱਜ ਹੁੰਦਾ ਤੇ ਤੁਸੀਂ ਵੀ ਬਾਬਾ ਜੀ ਉਹ ਬੜਾ ਚਾਅ ਕਰਨੇ ਸਨ ਉਹਨੇ ਤੁਹਾਡੇ ਕਸਮ ਖੁਦਾ ਦੀ ਵੱਡੇ ਭਰਾ ਨੂੰ ਪੁੱਛ ਕਿਵੇਂ ਖਡਾਉਂਦਾ ਹੋਣਾ ਛੋਟਿਆਂ ਨੂੰ ਪੁੱਛ ਕਿਵੇਂ ਪਿਆਰ ਕਰਦਾ ਹੋਣਾ ਰੋਂਦਾ ਪਿਆ ਬਹਿ ਕੇ ਜੁਮਲੇ ਸੁਣੀ ਬਾਬਾ ਜੀ ਨਾ ਪੈਸੇ ਤੇ ਨਾ ਨਾ ਪੈਸੇ ਤੇ ਨਾ ਜਗ੍ਹਾ ਹੁਣ ਉਹ ਡਰਦਾ ਅੱਬੇ ਕੋਲ ਨਾ ਆਵੇ ਵੀ ਅੱਬੇ ਨੇ ਮੇਰੀ ਜੁੱਤੀਆਂ ਫੇਰਨੀਆਂ ਨੇ ਵੀ ਮੈਂ ਤੈਨੂੰ ਕਿਹਾ ਸੀ ਨਾ ਲਈ ਤੇ ਤੂੰ ਆਪਣੀ ਆਪ ਉਤਰੀ ਕੀਤੀ ਆਪਣੀ ਮਰਜ਼ੀ ਕੀਤੀ ਆ ਤੇ ਹੁਣ ਮੈਨੂੰ ਕੀ ਆਣਾ ਸੁਣੋ ਪੀਰ ਮਹਾਲਾ ਲਿਓ ਉਹ ਵਿਚਾਰਾ ਜ਼ਲੀਲ ਹੋ ਕੇ ਨਾ 6 ਮਹੀਨੇ ਇੱਧਰ ਵੇਖਿਓ ਅੱਬਾ ਮੰਜੀ ਤੇ ਬੈਠਾ ਇੱਧਰ ਚੌਧਰੀ ਬਣ ਕੇ ਇੱਧਰ ਵੇਖਿਓ ਡਰਦਾ ਡਰਦਾ ਹਵੇਲੀ ਆਇਆ ਹਵੇਲੀ ਆ ਕੇ ਨਾ ਅੱਬੇ ਦੇ ਦੋਣ ਵਾਲੇ ਪਾਸੇ ਬਹਿ ਗਿਆ ਆਂਦਾ ਅੱਬਾ ਜੀ ਮੈਂ ਗੱਲ ਕਰਨੀ ਹੈ ਅੱਬਾ ਆਂਦਾ ਮੈਨੂੰ ਪਤਾ ਜਿਹੜੀ ਕਰਨੀ ਹੈ ਆਏ ਹਾਏ 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 ਜੀ ਬਾਬੇ ਉਹ ਮਿਹਰਬਾਨੀ ਆ ਮਜਮਾ ਸੁਣਦਾ ਪਿਆ ਪਿਓ ਨੇ ਆਖਿਆ ਮੈਨੂੰ ਪਤਾ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਹੈ ਮੈਂ ਤੈਨੂੰ ਆਪ ਹੀ ਦੱਸ ਦਿਆਂ ਆਏ ਹਾਏ 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 ਕਦੀ ਪਿਓਵਾਂ ਨੂੰ ਵੀ ਛੱਡ ਕੇ ਪਲਾਟ ਸੋਹਣੇ ਮਿਲੇ ਨੇ ਆਂਦਾ ਅੱਬੇ ਨੂੰ ਨਾ ਦੱਸੀ
ਤੇ ਬੁੱਢੀ ਵੀ ਆਂਦੀ ਪਿਓ ਨੂੰ ਨਾ ਦੱਸੀ, ਅੰਮਾ ਨੂੰ ਨਾ ਦੱਸੀ, ਚੋਰੀ ਚੋਰੀ ਕੰਮ ਕਰ ਚੋਰੀ ਚੋਰੀ, ਤੇ ਜਿਹੜੇ ਕੰਮ ਮਾਂ ਪਿਓ ਤੂੰ ਚੋਰੀ ਕੀਤੇ ਜਾਣ ਉਹ ਕਦੀ ਕਾਮਯਾਬ ਹੁੰਦੇ। ਚੱਲ ਪੀਰ ਮਹੱਲੇ ਵਾਲਿਆ ਮੈਨੂੰ ਇੱਕ ਬੰਦਾ ਵਿਖਾ, ਇੱਥੇ ਮਗਾ ਛੱਡਣੇ ਗੱਲ, ਮੈਨੂੰ ਪੂਰੇ ਪੀਰ ਮਹੱਲ 'ਚ ਇੱਕ ਬੰਦਾ ਵਿਖਾ ਜਿਹਨੇ ਮਾਂ ਪਿਓ ਨੂੰ ਛੱਡਿਆ ਹੋਵੇ ਤੇ ਕਾਮਯਾਬ ਵਿਖਾ ਮੈਨੂੰ। ਹੋਇਆ ਜੇ ਮਹਿਫਲ ਵਿੱਚ ਉੱਠ ਕੇ ਖਲੋਵੇ ਮੈਂ ਮੈਂਬਰ ਤੋਂ ਥੱਲੇ ਆ ਜਾਂਗਾ, ਇਸ ਤੋਂ ਵੱਡਾ ਜੁਮਲਾ ਕੋਈ ਨਹੀਂ। ਪਿਓ ਨੇ ਆਖਿਆ ਪੁੱਤਰ ਮੈਨੂੰ ਪਤਾ ਸੀ, ਉਹਨੇ ਆਖਿਆ ਅੱਬਾ ਹੁਣ ਕੋ ਹੁਣ ਕੋ ਹੱਲ ਹੋ ਸਕਦਾ ਹੈ, ਨਸੀਰ ਸਾਹਿਬ ਹੁਣ ਕੋ ਹੱਲ ਹੋ ਸਕਦਾ। ਅੱਬੇ ਨੇ ਆਖਿਆ ਹੋ ਸਕਦਾ, ਮੈਂ ਕਰਾਂਗਾ ਤੇਰਾ ਹੱਲ। ਉਹਨੇ ਕਿਹਾ ਅੱਬਾ ਮਿਹਰਬਾਨੀ ਯਾਰ, ਪੈਸੇ ਤੇ ਦਵਾਛੜ ਜਗ੍ਹਾ ਤੇ ਲੱਭਣੀ ਕੋਈ ਨਹੀਂ, ਜਗ੍ਹਾ ਦੇ ਵਿੱਚ ਤੇ ਰੋਲਾ ਸੀ। ਉਹਨੇ ਕਿਹਾ ਪੁੱਤਰ ਤੈਨੂੰ ਪਹਿਲਾਂ ਆਖਿਆ ਸੀ ਜਗ੍ਹਾ ਨਾ ਲਈ, ਤੂੰ ਬਾਹਰ ਜਾ ਕੇ ਫੈਸਲਾ ਕੀਤਾ, ਹੁਣ ਮੈਂ ਤੇਰਾ ਫੈਸਲਾ ਕਰਾਂਗਾ, ਪੈਸੇ ਲੈ ਦਿਆਂਗਾ, ਪਰ ਮੇਰੀ ਇੱਕ ਸ਼ਰਤ ਹੈ। ਮੇਰੀ ਇੱਕ ਬਾਪ ਨੇ ਆਖਿਆ ਬਜ਼ੁਰਗੋ ਮੇਰੀ ਇੱਕ ਸ਼ਰਤ ਹੈ। ਆਂਦਾ ਅੱਬਾ ਤੇਰੀ ਕਿਹੜੀ ਸ਼ਰਤ ਹੈ? ਆਂਦਾ ਸੁਬਾ ਪੂਰੇ ਪਿੰਡ ਦੀਆਂ ਗਲੀਆਂ ਫਿਰਨੀਆਂ ਨੇ ਤੇ ਉੱਚੀ ਉੱਚੀ ਆਖਣਾ ਮੈਂ ਪੁੱਤਰ ਹਾਂ ਤੇ ਮੇਰਾ ਪਿਓ ਮੇਰਾ ਅੱਬਾ ਹੈ। ਨਹੀਂ ਸਮਝੇ ਗੱਲ ਨੂੰ? ਆ ਗੱਲ ਨੂੰ ਸਮਝੋ, ਮੈਂ ਪੁੱਤਰ ਹਾਂ ਤੇ ਮੇਰਾ ਪਿਓ ਮੇਰਾ ਬਾਪ ਹੈ, ਮੇਰਾ ਵਾਲਦ ਹੈ। ਆ ਪੂਰੇ ਪਿੰਡ 'ਚ ਆਵਾਜ਼ ਲਾਈ ਤੇ ਤੈਨੂੰ ਪਰਸੋਂ ਪੈਸੇ ਲੈ ਦਿਆਂਗਾ। ਤਵੱਜੋ ਕਰੀ, ਉਹਨੇ ਆਖਿਆ ਚਲੋ ਪੈਸੇ ਤੇ ਲੱਭਣ ਨਾ। ਉਹਨੇ ਆਵਾਜ਼ ਲਾਈ, ਬਾਪ ਉਹਦੇ ਕੋਲ ਗਿਆ, ਉਹਨੇ ਕਿਹਾ ਪੁੱਤਰ ਪੈਸੇ ਦੇਣੇ ਨੇ ਕਿ ਜਾਂ ਦੂਸਰੀ ਜਗ੍ਹਾ ਵੀ ਮੈਂ ਲੈ ਲੈਣੀ, ਮੈਨੂੰ ਪਤਾ ਤੇਰੇ ਅੱਬੇ ਦਾ ਖਾਤਾ ਕਿੱਥੇ ਕਿੱਥੇ। ਹਾਏ ਹਾਏ ਹਾਏ, ਇਹ ਪੁੱਤਰਾਂ ਨੂੰ ਨਹੀਂ ਪਤਾ ਹੁੰਦਾ, ਵਡੇਰਿਆਂ ਨੂੰ ਪਤਾ ਹੁੰਦਾ। ਉਹਨੇ ਕਿਹਾ ਮੈਂ ਤੇਰੇ ਅੱਬੇ ਨੂੰ ਵੀ ਜਾਣਨਾ, ਮੈਂ ਤੇਰੇ ਦਾਦੇ ਨੂੰ ਵੀ ਜਾਣਨਾ ਵਾ, ਮੈਂ ਤੇਰੀਆਂ ਜ਼ਮੀਨਾਂ ਤੇਰੇ ਪਿਓ ਦੀ ਵਿਰਾਸਤ ਨੂੰ ਵੀ ਜਾਣਨਾ। ਸੁਣ, ਪੈਸੇ ਦੇਣੇ ਨੇ ਕਿ ਜਗ੍ਹਾ ਦੇਣੀ ਆ? ਉਹਨੇ ਕਿਹਾ ਲੰਬੜਦਾਰ ਸਾਹਿਬ ਰੋਲਾ ਨਾ ਪਾਇਓ, ਸੁਬਾ ਪੈਸੇ ਲੱਭ ਜਾਣਗੇ। ਆਏ ਹਾਏ ਹਾਏ, ਸੁਬਾ ਪੈਸੇ, ਸੁਬਾ ਪੈਸੇ ਇਸੇ ਵਾਸਤੇ ਆ ਲਲੇ ਐਲਾਨ ਸੁਲਤਾਨੀ, ਅੱਜ ਪੀਰ ਮਹੱਲ ਦੇ ਮਜਮੀ ਅੰਦਰ ਬਹਿ ਗਏ, ਅੱਜ ਸ਼ਬੀਰ ਨਸੀਰ ਤੇਰੀ ਮਹਿਫਲ ਅੰਦਰ ਬਹਿ ਕੇ ਕਹਿ ਰਿਹਾ ਏ ਹੋਏ ਵੀਰ ਵੀਰਾਂ ਦਾ ਸਾਲ ਹੋ ਗਿਆ ਮਾਂ ਜੁਦਾਈਆਂ ਪਾ ਗਈ ਆ, ਅੱਜ ਮਾਂ ਦੀ ਮੰਜੀ ਵੇਖ ਕੇ ਰੋਂਦੇ ਪਏ ਨੇ, ਅੱਜ ਮਾਂ ਦੇ ਕੱਪੜੇ ਚੁੰਮ ਚੁੰਮ ਰੋ ਰਹੇ ਨੇ, ਅੱਜ ਮਾਂ ਦੀਆਂ ਜੁੱਤੀਆਂ ਚੁੰਮ ਚੁੰਮ ਰੋ ਰਹੇ ਨੇ, ਆਂਦੇ ਆਉਣੇ ਨੇ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ
ਮਾਰੀ ਜਾਣ ਜਿਨਾ ਬਾਬਾ ਜੀ ਤਕਰੀਰ ਮੁਕਾਨ ਲਗਾ ਜੁਮਲੇ ਸੁਣਿਆ ਰੇ ਹੁਣਾਂ ਬੱਚਿਆਂ ਨੂੰ ਪੁੱਛਿਆ ਰੇ ਜਿਨ੍ਹਾਂ ਦੀ ਮਾਂ ਟੁਰ ਗਈ ਉਹ ਪੁੱਤਰਾਂ ਨੂੰ ਪੁੱਛਿਆ ਰੇ ਜਿਨ੍ਹਾਂ ਦੇ ਵੇਲੇ ਮਾਂ ਕੋਈ ਨਹੀਂ ਆਪਣੀ ਮਾਂ ਦੀਆਂ ਚੀਜ਼ਾਂ ਨੂੰ ਲੁੱਕ ਲੁੱਕ ਰੋਂਦੇ ਆਪਣੀ ਮਾਂ ਦੀ ਤਸਵੀਰ ਮੋਬਾਈਲ 'ਚ ਲੈ ਕੇ ਰੋਂਦੇ ਨੇ ਕੱਲਿਆਂ ਬਹਿ ਕੇ ਰੋਂਦਾ ਏ ਬੀਵੀ ਆਉਂਦੀ ਏ ਕਿਉਂ ਰੋਣਾ ਏ ਹਾਲਾਂ ਚੱਲੀਏ ਮੈਨੂੰ ਅੰਮੀ ਯਾਦ ਆਉਂਦੀ ਆ ਮੈਨੂੰ ਮਾਂ ਯਾਦ ਆਉਂਦੀ ਆ ਅੱਜ ਜਦੋਂ ਵੇੜੇ ਆਉਣਾ ਵਾ ਹੈ ਮੰਜੀ ਤੇ ਮਾਂ ਨਹੀਂ ਨਜ਼ਰ ਆਉਂਦੀ ਹੈ ਮੈਨੂੰ ਮਾਂ ਨਜ਼ਰੀ ਨਹੀਂ ਜੇ ਆਉਂਦੀ ਚੱਲੀਏ ਮੈਂ ਅੰਦਰੋਂ ਮੁੱਕ ਗਿਆ ਵਾਂ ਮੈਂ ਅੰਦਰੋਂ ਮੁੱਕ ਗਿਆ ਵਾਂ ਇਸੇ ਵਾਸਤੇ ਸੁਲਤਾਨੀ ਕਹਿ ਰਿਹਾ ਏ ਹੈ ਮਾਰੀ ਜਾਣ ਜਿਨਾ ਧੀਆਂ ਮਾਵਾਂ ਜੀ ਜੀ ਹੈ ਮਾਰੀ ਜਾਣ ਜਿਨਾ ਧੀਆਂ ਮਾਵਾਂ ਮਾਰੀ ਜਾਣ ਜਿਨਾ ਧੀਆਂ ਮਾਵਾਂ ਮੈਨੂੰ ਸ਼ਬੀਰਾਂ ਦਾ ਕਾਰੀ ਸਾਡਾ ਵੀਰ ਵੀ ਤੁਰ ਗਿਆ ਹੈ ਮਾਂ ਗਈ ਹੈ ਪਿੱਛੇ ਪਿੱਛੇ ਵੀਰ ਵੀ ਤੁਰ ਗਿਆ ਸਾਡੇ ਵੀਰ ਨੇ ਮਾਂ ਨਾਲ ਡੇਰੇ ਲਾ ਲੈਣੇ ਸਾਡੇ ਵੀਰਾਂ ਨੇ ਅੰਮਾ ਨਾਲ ਡੇਰੇ ਲਾ ਲੈਣੇ ਸੱਜਣਾ ਵੀਰਾਂ ਨਾਲ ਬੜੇ ਮਕਾਮ ਆਉਂਦੇ ਨੇ ਸੱਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ ਸੱਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ ਹੈ ਵੀਰ ਵੀਰਾਂ ਦੀ ਜਾਣ ਆਉਂਦੇ ਨੇ ਅੱਜ ਸੁਣ ਜਾ ਵੀਰ ਦੀ ਸ਼ਾਨ ਹੈ ਵੀਰ ਵੀਰਾਂ ਦੀ ਜਾਣ ਆਉਂਦੇ ਨੇ ਹੈ ਵੀਰ ਵੀਰਾਂ ਦੀ ਆਣ ਆਉਂਦੇ ਨੇ ਹੈ ਵੀਰ ਵੀਰਾਂ ਦੇ ਮਾਣ ਆਉਂਦੇ ਨੇ ਸ਼ਬੀਰ ਅੱਜ ਬਾਜ਼ਾਰ ਲੜਾਈ ਲੱਗ ਜਾਏ ਹੈ ਅੱਜ ਵੱਡਾ ਵੀ ਨਸ ਪੈਂਦਾ ਆਈ ਅੱਜ ਛੋਟਾ ਵੀ ਦੌੜ ਪੈਂਦਾ ਆਏ ਆਂਦਾ ਖਬਰਦਾਰ ਸਾਡੇ ਵੀਰ ਨੂੰ ਹੱਥ ਨਾ ਲਾਇਆ ਰੇ ਖਬਰਦਾਰ ਸਾਡੇ ਪੀਰਾਂ ਦੇ ਹੱਥ ਨਾ ਚੁਕਿਆ ਰੇ ਸੱਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ ਸੱਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ ਅੱਜ ਸ਼ਬੀਰ ਨਸੀਰ ਅੱਜ ਜਿਹੜਾ ਵੀਰ ਟੁਰ ਗਿਆ ਏ ਅੱਜ ਕਬਰ ਤੇ ਚਲੇ ਜਾਇਆ ਜੇ ਅੱਜ ਮਾਂ ਦੀ ਕਬਰ ਤੇ ਚਲੇ ਜਾਇਆ ਜੀ ਹਰ ਬੇਕਾਬਾ ਦੀ ਕਸਮ ਹੈ ਲੋਕੋ ਕਦੀ ਵੀਰਾਂ ਨਾਲ ਲੜਾਈ ਨਾ ਲਿਆ ਰੇ ਕਦੀ ਵੀਰਾਂ ਨਾਲ ਝਗੜਾ ਨਾ ਕਰਿਆ ਰੇ ਕਦੀ ਵੀਰਾਂ ਨਾਲ ਮਰਨ ਜਿਉਂ ਨਾ ਮਕਾਇਆ ਰੇ ਹੈ ਜਿਹਦੇ ਨਾਲ ਵੀਰ ਆਉਂਦੇ ਨੇ ਉਹਦੇ ਨਾਲ ਹੀ ਦੁਨੀਆ ਹੁੰਦੀ ਜਿਹਦੇ ਨਾਲ ਵੀਰ ਉਹਦੇ ਨਾਲ ਰੱਬ ਸੁਣਿਓ ਸੁਣਿਓ ਮੈਂ ਮਕਾਨ ਲਗਾ ਜਿਹਦੇ ਨਾਲ ਮਾਂ ਉਹਦੇ ਨਾਲ ਰੱਬ ਨਬੀਆਂ ਦਾ ਇਮਾਮ ਆਖਰੀ ਗੱਲ ਸੁਣਿਓ ਮੇਰੇ ਨਬੀ ਅੰਮਾ ਨੂੰ ਜੱਫੇ ਮਾਰੇ ਨੇ ਆਏ ਹਾਏ ਮੇਰੇ ਨਬੀ ਮਾਂ ਦੀਆਂ ਲੱਭਾਂ ਦੇ ਲੱਭ ਰੱਖੇ ਰੋਂਦੇ ਆਂਦੇ ਨੀ ਮਾਏ ਬੀਆ ਬਾਣ ਵਿੱਚ ਛੱਡ ਚੱਲੀ ਨੀ ਮਾਏ ਮੇਰਾ ਤੇ ਦਾਦਾ ਵੀ ਕੋਲ ਕੋਈ ਨਹੀਂ ਨੀ ਮਾਏ ਮੇਰਾ ਤੇ ਚਾਚੂ ਵੀ ਕੋਲ ਕੋਈ ਨਹੀਂ ਅੰਮੀ ਜੀ ਹੇ ਜੁਦਾਈਆਂ ਪਾ ਚੱਲਿਓ ਹੋਏ ਅੱਜ ਜ਼ਮੀਨਾਂ ਪੱਥਰੀ ਦੀਆਂ ਜੀ ਪੁੱਤਰ ਛੱਡ ਚੱਲਿਓ ਸ਼ਬੀਰ ਸਾਹਿਬ ਬੜਾ ਔਖਾ ਆਉਂਦਾ ਆਪਣੀ ਮਾਂ ਦੀ ਮਈਅਤ ਚੁਕਣੀ ਬੜੀ ਔਖੀ ਆਉਂਦੀ ਆ ਆਪਣੀ ਮਾਂ ਦੀ ਕਬਰ ਬਣਾਉਣੀ ਬੜੀ ਔਖੀ ਆਉਂਦੀ ਆ ਆਪਣੀ ਮਾਂ ਨੂੰ ਕਬਰ 'ਚ ਰੱਖਣਾ ਬੜਾ ਔਖਾ ਆਉਂਦਾ ਮੇਰੇ ਨਬੀ ਨੇ ਮਾਂ ਨੂੰ ਗੋਦ ਵਿੱਚ ਲੈ ਲਿਆ ਆਖਰੀ ਜੁਮਲੇ ਤਕਰੀਰ ਛੱਡ
ਛੱਡਣ ਲਗਾ ਹੈ ਪੀਰ ਮਹਾਲੀ ਵਿੱਚ ਬਹਿਣ ਆ ਲਿਆ ਮੇਰੇ ਨਬੀ ਨੇ ਮਾਂ ਨੂੰ ਗੋਦ ਵਿੱਚ ਬਿਠਾ ਲਿਆ ਲਟਾ ਲਿਆ ਹਰਜ ਕੀਤੀ ਅੰਮਾ ਕਿੱਥੇ ਚੱਲੇ ਫਰਮਾਇਆ ਪੁੱਤਰਾ ਜਿੰਨੇ ਆਇਆ ਉਹਨੇ ਜਾਣਾ ਹੈ ਮੇਰਾ ਮੁਹੰਮਦ ਪੁੱਤਰਾ ਮੇਰੀ ਜੁਦਾਈ ਵਿੱਚ ਰੋਣਾ ਨਹੀਂ ਹੋ ਤੇਰਾ ਬਾਪ ਵੀ ਸਿਰ ਦੇ ਕੋਈ ਨਹੀਂ ਹੈ ਮੇਰਿਆ ਸ਼ਹਿਜ਼ਾਦਿਆ ਤੇਰਾ ਵੀਰ ਵੀ ਕੋਈ ਨਹੀਂ ਹੈ ਮੇਰਿਆ ਸ਼ਹਿਜ਼ਾਦਿਆ ਤੇਰੀ ਹਮਸ਼ੀਰ ਵੀ ਕੋਈ ਨਹੀਂ ਅੱਜ ਮਹਾਂ ਮਰ ਜਾਏ ਅੱਜ ਚਾਚੇ ਸੀਨੇ ਲਾ ਲੈਂਦੇ ਨੇ ਅੱਜ ਮਾਮੇ ਸੀਨੇ ਲਾ ਲੈਂਦੇ ਨੇ ਅੱਜ ਤਾਏ ਸੀਨੇ ਲਾ ਲੈਂਦੇ ਨੇ ਅੱਜ ਬਰਾਦਰੀ ਵਾਲੇ ਸੀਨੇ ਲਾ ਲੈਂਦੇ ਨੇ ਆਂਦੇ ਨੇ ਨਸੀਰ ਰੋਮੀਨ ਆਂਦੇ ਨੇ ਸ਼ਬੀਰ ਰੋਮੀਨ ਹੋਏ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਸਿਰ ਤੇ ਸਾਇਆ ਬਣ ਜਾਵਾਂਗੇ ਅੱਲਾ ਦੀ ਕਸਮ ਹੈ ਮੇਰਾ ਨਬੀ ਕੱਲਾ ਏ ਹੋਏ ਮੇਰਾ ਨਬੀ ਕੱਲਾ ਜੇ ਅੱਜ ਮਕਾਮੇ ਅਬਵਾਜੇ ਅੱਜ ਮੇਰਾ ਨਬੀ ਮਾਂ ਦੇ ਸਿਰ ਪਿਆ ਚੁੰਮਦਾ ਹੋਏ ਪੀਰ ਮਹਲ ਚ ਬਹਿਣ ਵਾਲਿਆ ਅੱਜ ਜੁਮਲੇ ਜ਼ਾਇਆ ਨਾ ਕਰ ਜਾਇਆ ਨੇ ਅੱਲਾ ਦੀ ਕਸਮ ਹੈ ਬੜਾ ਵੱਡਾ ਤੇਰੇ ਮਜਮਾ ਰੋ ਪਿਆ ਚਿੱਠੀਆਂ ਦਾੜੀਆਂ ਵਾਲੇ ਬਾਬੇ ਰੋ ਪੇ ਨੇ ਮੇਰੇ ਨਬੀ ਮਾਂ ਦਾ ਮੱਥਾ ਚੁੰਮਦੇ ਨੇ ਹੰਮੀ ਜੀ ਅੱਖਾਂ ਬੰਦ ਨਾ ਕਰਿਆ ਹੰਮੀ ਜੀ ਅੱਖਾਂ ਬੰਦ ਨਾ ਕਰਿਆ ਹੈ ਰੋਣ ਵਾਲਿਆ ਆਖਰੀ ਵਾਰੀ ਜਨਾਬੇ ਆਮੀਨਾ ਨੇ ਆਪਣੇ ਪੁੱਤਰ ਮੁਹੰਮਦ ਨੂੰ ਵੇਖਿਆ ਏ ਫਰਮਾਇਆ ਸ਼ਹਿਜ਼ਾਦਿਆ ਮੈਂ ਤੁਰ ਚੱਲੀ ਆ ਮੇਰਿਆ ਪੁੱਤਰਾ ਮੈਂ ਜੁਦਾਈਆਂ ਪਾ ਚੱਲੀ ਆ ਮੇਰਿਆ ਸ਼ਹਿਜ਼ਾਦਿਆ ਮੈਂ ਤੇਰੇ ਨਾਲ ਮੱਕੇ ਨਹੀਂ ਜਾ ਸਕਦੀ ਹੈ ਰੋਣ ਵਾਲਿਆ ਮੇਰੇ ਨਬੀ ਦੀ ਗੋਦ ਵਿੱਚ ਮਾਂ ਦੀਆਂ ਅੱਖਾਂ ਬੰਦ ਹੋ ਗਈਆਂ ਨੇ ਮੇਰੇ ਨਬੀ ਰੋਂਦੇ ਪਏ ਨੇ ਹੁਮੇ ਐ ਬਣਾਉਂਦੇ ਨੇ ਮੈਂ ਹਜ਼ੂਰ ਨੂੰ ਚੁੱਪ ਕਰਾ ਰਹੀ ਹਾਂ ਮੈਂ ਮੁਹੰਮਦ ਨੂੰ ਸੀਨੇ ਲਾ ਰਹੀ ਹਾਂ ਮੈਂ ਕਿਹਾ ਸ਼ਹਿਜ਼ਾਦਿਆ ਨਾ ਰੋ ਹੁਮੇ ਐ ਮਨੋ ਮੇਰੇ ਨਬੀ ਹੱਥ ਜੋੜਦੇ ਨੇ ਆਂਦੇ ਨੇ ਅੰਮੀ ਜੀ ਮਾਂ ਠੁਰ ਗਈ ਜੇ ਹਜ ਮਹਾਂ ਜੁਦਾਈਆਂ ਪਾ ਗਈ ਜੇ ਹਜ ਮਹਾਂ ਤੁਰ ਗਈ ਜੇ ਤਾਈਓ ਤੇ ਰੋਮੀਏ ਕਸ਼ਮੀਰ ਬੋਲਿਆ ਏ ਤਾਈਓ ਤੇ ਮੀਆਂ ਮੁਹੰਮਦ ਬਖਸ਼ ਬੋਲਿਆ ਏ ਮੀਆਂ ਸਾਹ ਫਰਮਾਉਂਦੇ ਨੇ ਸਦਾ ਨਾ ਪਾਗੀ ਹੈ ਬਲ ਬਲ ਬੋਲੇ ਸੁਣੋ ਯਾਰ ਪੀਰ ਮਾਲਾ ਲਿਓ ਸਦਾ ਨਾ ਪਾਗੀ ਹੈ ਬੁਲ ਬੁਲ ਬੋਲੇ ਸਦਾ ਨਾ ਬਾਗ ਬਹਾਰਾਂ ਇਹ ਸਦਾ ਕੋਠੀਆਂ ਤੇਰੇ ਕੋਲ ਨਹੀਂ ਰਹਿਣੀਆਂ ਇਹ ਸਦਾ ਦੁਕਾਨਾਂ ਦਾ ਮਾਲਕ ਤੋਂ ਨਹੀਂ ਰਹਿਣਾ ਇਹ ਸਦਾ ਜ਼ਮੀਨਾਂ ਤੇਰੇ ਕੋਲ ਨਹੀਂ ਰਹਿਣੀਆਂ ਬਾਬਾ ਜੀ ਕਦੀ ਪਿਓ ਨੂੰ ਨਾ ਛੱਡਿਆ ਰੇ ਹੈ ਕਦੀ ਮਹਾਂ ਨੂੰ ਨਾ ਛੱਡਿਆ ਰੇ ਅੱਜ ਮਹਾਂ ਜ਼ਿੰਦਾ ਏ ਅੱਜ ਮਹਾਂ ਨੂੰ ਜੱਫਾ ਮਾਰ ਲੈਣਾ ਈ ਅੱਜ ਅੱਬਾ ਜ਼ਿੰਦਾ ਏ ਅੱਜ ਅੱਬੇ ਨੂੰ ਜੱਫਾ ਮਾਰ ਲੈਣਾ ਈ ਅੱਜ ਅੱਬੇ ਦੇ ਹੱਥ ਚੁੰਮਣੇ ਹਜੇ ਅੱਬੇ ਦੀ ਤਾੜੀ ਚੁੰਮਣੀ ਹਲਲ ਲਾਣਾ ਨਾ ਸਦਾ ਨਾ ਬਾਗੇ ਹੈ ਬੋਲੇ ਭੁੱਲ ਬੋਲੇ ਸਦਾ ਨਾ ਬਾਗ ਜੀ ਸੂਫੀ ਜੀ ਸਦਾ ਨਾ ਬਾਗ ਬਹਾਰਾਂ ਸਦਾ ਨਾ ਮਹਾਪੇ ਸਦਾ ਨਾ ਮਹਾਪੇ ਸਦਾ ਨਾ ਮਹਾਪੇ ਹੋਏ ਹੁਸੈਨ ਜਵਾਨੇ ਸਦਾ ਨਾ ਸੋਹਬਤ ਯਾਰਾ।
ਸਾਰੀ ਤਕਰੀਰ ਸਾਰੇ ਬਿਆਨ ਦਾ ਖੁਲਾਸਾ ਆਪਣੀ ਮਾਂ ਨੂੰ ਰਾਜ਼ੀ ਰੱਖੋ। ਰੱਖੋਗੇ ਕਿ ਨਹੀਂ ਰੱਖੋਗੇ? ਐ ਹੱਥ ਚੁੱਕੋ ਹਾਂ ਜਿਹੜੇ ਰੱਖਣਗੇ। ਐ ਨੀਯਤ ਕਰੋ ਯਾਰ, ਆਪਣੇ ਅੱਬੇ ਨੂੰ ਰਾਜ਼ੀ ਰੱਖੋ ਯਾਰ। ਐ ਨਾ ਸਮਝੀ ਕਿ ਮੈਂ ਗਰੀਬ ਹਾਂ, ਜਿਹਦੇ ਵਿਹੜੇ ਮਾਂ ਪਿਓ ਹੋਵੇ ਉਹ ਗਰੀਬ ਨਹੀਂ ਜਿਉਂਦਾ। ਹਾਏ ਹਾਏ ਹਾਏ, ਜਿਹਦੇ ਵਿਹੜੇ ਬਾਪ ਹੋਵੇ ਉਹ ਗਰੀਬ ਨਹੀਂ ਜਿਉਂਦਾ ਜੀ। ਐਲਲ ਐਲਾਨ ਤੇ ਗੱਲ ਕਰਨਾ, ਜਿਵੇਂ ਸੁਣਿਆ ਜੇ ਮਾਵਾਂ ਠੰਡੀਆਂ, ਮਾਵਾਂ ਠੰਡੀਆਂ। ਉਹ ਯਾਰ ਬੋਲਦੇ ਕਿਉਂ ਨਹੀਂ ਉੱਚੀ? ਬੋਲੋ ਮਾਵਾਂ ਠੰਡੀਆਂ, ਫੇਰ ਬੋਲੋ ਮਾਵਾਂ ਠੰਡੀਆਂ। ਇੱਧਰ ਤਵੱਜੋ ਕਰਿਓ, ਕਦਾਈ ਕਦਵਾਈ ਸੌਂਡ ਆ ਮਾਸ਼ਾਅੱਲਾ, ਅੱਲਾ ਸਲਾਮਤ ਰੱਖੇ, ਸੋਹਣਾ ਸੌਂਡ ਚਲਾ ਰਿਹਾ। ਤਵੱਜੋ ਕਰੀ, ਮੈਂ ਆਖਰੀ ਗੱਲ, ਮੇਰੀ ਤਕਰੀਰ ਮੁੱਕ ਗਈ ਸੀ ਬਾਈ ਜਾਣ ਦਾ ਹੁਕਮ ਹੈ, ਮੈਂ ਆਖਰੀ ਗੱਲ ਕਰਨ ਲੱਗਾ। ਮੈਂ ਮਾਂ ਵੀ ਦੱਸੀ ਤੇ ਬਾਪ ਵੀ ਦੱਸਿਆ ਤੇ ਭਰਾ ਵੀ ਦੱਸੇ। ਸੱਗੇ ਭਰਾ ਹੁੰਦੇ ਨੇ ਬਾਬਾ ਜੀ, ਜ਼ਮੀਨਾਂ ਜਦੋਂ ਵੰਡੀਆਂ ਜਾਂਦੀਆਂ ਨਾ, ਸੱਗੇ ਭਰਾ ਭਰਾਵਾਂ ਨਾਲ ਲੜਾਈ ਲੈ ਲੈਂਦੇ ਨੇ। ਆਂਦੇ ਨੇ ਮੈਨੂੰ ਥੋੜੀ ਦਿੱਤੀ ਆ, ਤੂੰ ਜ਼ਿਆਦਾ ਲਈ ਆ। ਪੀਰ ਮਾਲਾ ਲਿਆ, ਕਦੀ ਵੀ ਭਰਾਵਾਂ ਨਾਲ ਲੜਾਈ ਨਾ ਲਿਓ ਯਾਰ, ਕਦੀ ਵੀ ਭਰਾਵਾਂ ਨਾਲ ਝਗੜਾ ਨਾ ਕਰਿਓ। ਇਹ ਜ਼ਮੀਨਾਂ ਪਿੱਛੇ ਨਹੀਂ ਲੜੀਦਾ। ਅਗਲੇ ਦਿਨ ਸ਼ਬੀਰ, ਇਹ ਸਿਆਲਕੋਟ ਦਾ ਵਾਕਿਆ ਹੋਇਆ, ਸਿਆਲਕੋਟ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ। ਬਾਬਾ ਜੀ ਡੇਢ ਫੁੱਟ ਜਗ੍ਹਾ ਸੀ, ਡੇਢ ਫੁੱਟ, ਡੇਢ ਫੁੱਟ ਜਗ੍ਹਾ ਤੋਂ ਪੰਜ ਕਤਲ ਹੋ ਗਏ। ਅੱਲਾਹੁ ਅਕਬਰ, ਡੇਢ ਫੁੱਟ ਜਗ੍ਹਾ ਤੋਂ ਕਿੰਨੇ ਕਤਲ? ਮੁਫਤੀ ਸਾਹਿਬ ਉਹ ਖਬਰ ਤੁਸੀਂ ਪੜ੍ਹੀ ਹੋਣੀ, ਪੰਜ ਕਤਲ। ਪਤਾ ਕੀ? ਇੱਧਰ ਵੇਖਿਓ, ਇੱਕ ਬੰਨਾ ਸੀ ਨਾ ਤੇ ਗਰੀਬ ਸੀ ਤੇ ਨਾਲ ਅਮੀਰ ਸੀ। ਉਹ ਗਰੀਬ ਦੇ ਬੰਨਾ ਜਿਹੜਾ ਸੀ ਨਾ, ਉਹ ਜ਼ਰਾ ਆਪਣੀ ਪੈਲੀ ਚ ਸੀ, ਉਹ ਬੰਨਾ ਸਿੱਧਾ ਕਰਨ ਲੱਗਾ। ਇੱਧਰ ਵੇਖਿਓ, ਉਹ ਜੂ ਹੀ ਬੰਨਾ ਸਿੱਧਾ ਕਰਨ ਲੱਗਾ ਤੇ ਨਾਲ ਉਹ ਫੌਜੀ ਸੀ ਲਟੈਰ, ਉਹਨੂੰ ਗੁੱਸਾ ਲੱਗਾ, ਉਹਨੇ ਕਿਹਾ ਠਹਿਰ ਜਾਏ। ਉਹ ਅੰਦਰ ਗਿਆ, ਉਹਨੇ ਰਾਈਫਲ ਲੈ ਕੇ ਆਇਆ ਬਾਬਾ ਜੀ, ਉਹ ਗਰੀਬ ਨੂੰ ਵੀ ਮਾਰੀ, ਉਹਦੀ ਬੀਵੀ ਨੂੰ ਵੀ ਮਾਰੀ। ਬਾਬਾ ਉਹ ਤੇ ਦੁੱਖ ਆਪਣੀ ਜਗ੍ਹਾ ਤੇ, ਜਦੋਂ ਧੀਆਂ ਨੂੰ ਪਤਾ ਲੱਗਾ ਨਾ। ਹਾਏ ਹਾਏ ਹਾਏ, ਸੁਣ ਮੈਂ ਜਾਂਦਿਆਂ ਧੀ ਦੀ ਵੀ ਸ਼ਾਨ ਸੁਣਾ ਜਾ, ਕੀ ਪਤਾ ਅੱਗੋਂ ਆਉਣਾ ਕਿ ਨਹੀਂ ਆਉਣਾ। ਬਾਬਾ ਜਦੋਂ ਧੀਆਂ ਨੂੰ ਪਤਾ ਲੱਗਾ ਨਾ ਕਿ ਮਾਂ ਮੁੱਕ ਗਈ, ਸਾਡੇ ਪਿਓ ਨੂੰ ਗੋਲੀ ਲੱਗ ਗਈ ਹੈ, ਖੂਨ ਵਿੱਚ ਲੱਤ ਪੱਤ ਨੇ, ਜਵਾਨ ਦੋ ਧੀਆਂ ਸ਼ਬੀਰ, ਜਵਾਨ ਧੀ ਦੀ ਕਦਰ ਪੁੱਛਣੀ ਆ ਤੇ ਉਹਨੂੰ ਪੁੱਛ ਜਿਹਦੇ ਵਿਹੜੇ ਧੀ ਕੋਈ ਨਹੀਂ। ਇਹ ਪੁੱਤਰ ਬਾਬਾ ਜੀ ਓਨਾ ਪਿਆਰ ਨਹੀਂ ਜੇ ਕਰਦੇ ਜਿੰਨੀਆਂ ਧੀਆਂ ਪਿਆਰ ਕਰਦੀਆਂ। ਕਸਮ ਖੁਦਾ ਦੀ, ਅੱਧੀ ਰਾਤ ਨੂੰ ਬੁੱਢਾ ਪਿਓ ਵਿਹੜੇ ਆਵੇ ਨਾ ਤੇ ਆਂਦੀ ਅੱਬੂ ਜੀ ਰੋਟੀ ਰੋਟੀ ਗਰਮ ਕਰਕੇ ਲਿਆਵਾਂ, ਅੱਬੂ ਜੀ ਦੁੱਧ ਰੱਖਿਆ ਪੀਣਾ ਜੇ, ਅੱਬੂ ਜੀ ਦਵਾਈ ਖਾਧੀ ਜੇ ਕਿ ਕੋਈ ਨਹੀਂ। ਇਹ ਪੁੱਤਰ ਨਹੀਂ ਜੇ ਪੁੱਛਦੇ ਸਜਣੋ, ਧੀਆਂ ਪੁੱਛਦੀਆਂ ਜੇ, ਕੌਣ ਪੁੱਛਦੀਆਂ ਨੇ? ਉਹ ਜਦੋਂ ਜਵਾਨ ਧੀਆਂ ਨੂੰ, ਬਾਬਾ ਜੀ ਪੰਜ ਤੋਂ ਛੇ ਮਿੰਟ ਦੀ ਤਕਰੀਰ ਆ ਗਈ, ਜੁਮਲੇ ਸੁਣਿਓ। ਜਦੋਂ ਜਵਾਨ ਧੀਆਂ ਨੂੰ ਪਤਾ ਲੱਗਾ ਨਾ ਜੀ, ਸਾਡੇ ਬਾਪ ਨੂੰ ਗੋਲੀ ਵੱਜ ਗਈ, ਸਾਡੀ ਮਾਂ ਕਤਲ ਹੋ ਗਈ, ਉਹ ਵਿਹੜੇ ਨਹੀਂ ਖਲੋਤੀਆਂ, ਜੁਮਲੇ ਸੁਣੀ, ਜੁੱਤੀਆਂ ਲੱਥੀਆਂ ਨੇ, ਸਿਰਾਂ ਤੋਂ ਚਾਦਰਾਂ ਲੱਥੀਆਂ ਨੇ, ਦੌੜ ਕੇ ਆਈਆਂ ਨੇ। ਜਿਹੜਾ ਬੰਦਾ ਫੈਰ ਪਿਆ ਮਾਰਦਾ ਨਾ, ਉਹਦੇ ਸਾਹਮਣੇ ਹੱਥ ਬੰਨ ਕੇ ਮੇਰਾ ਪਿਓ ਬੜੀ ਗਰੀਬੀ ਵਿੱਚ ਸਾਨੂੰ ਪਾਲਿਆ, ਸਾਡੀ ਮਾਂ ਨੂੰ ਨਾ ਮਾਰ। ਉਹ ਏਡਾ ਕੋਈ ਜ਼ਾਲਮ ਸੀ ਇਨਸਾਨ, ਉਹਨਾਂ ਉਹ ਜਵਾਨ ਧੀਆਂ ਨੂੰ ਵੀ ਫੈਰ ਮਾਰ ਕੱਢੇ। ਉੱਥੇ ਹੀ ਬਾਬਾ ਜੀ ਜਵਾਨ ਧੀਆਂ ਮੁੱਕ ਗਈਆਂ, ਉੱਥੇ ਹੀ ਰੋਂਦੀਆਂ ਅਥਰੂ। ਕਸਮ ਖੁਦਾ ਦੀ ਉਹ ਤਸਵੀਰ ਨਹੀਂ ਵੇਖੀ ਜਾਂਦੀ ਬਾਬਾ ਜੀ, ਉਹ ਕਤਲ ਹੋਈਆਂ ਨੇ ਤੇ ਅੱਖਾਂ ਵਿੱਚ ਅਥਰੂ ਸਨ, ਰੋਂਦੀਆਂ ਪਈਆਂ ਸਨ ਬਾਪ ਨੂੰ ਵੇਖ ਕੇ, ਮਾਂ ਨੂੰ ਵੇਖ ਕੇ। ਤਾਈਓ ਤੇ ਆਲੇ ਆਲੇ ਐਲਾਨ ਸੁਲਤਾਨੀ, ਅੱਜ ਤੇਰੇ ਸ਼ਹਿਰ ਵਿੱਚ ਆ ਕੇ ਕਹਿ ਰਿਹਾ ਅੱਲਾ ਹਾਦੀ ਰਹਿਮਤ ਹੁੰਦੀਆਂ
ਜਿਹਦੇ ਵੇੜੇ ਧੀ ਉਹ ਹੱਥ ਚੁੱਕੇਗਾ ਦੂਸਰਾ ਨਹੀਂ। ਜਿਹੜਾ ਸ਼ਬੀਰ ਤੈਨੂੰ ਧੀ ਦੇਵੇ ਤੇ ਫਿਰ ਪਤਾ ਲੱਗੇ ਸੁਲਤਾਨੀ ਕੀ ਕਹਿ ਰਿਹਾ ਏ। ਹੱਲਾ ਹਾਦੀ ਰਹਿਮਤ ਹੁੰਦੀਆਂ ਨੇ ਧੀਆਂ ਪਰੋਣੀਆਂ ਹੁੰਦੀ। ਆਖਰੀ ਮਿਸਰੇ ਨੀ ਇੱਕ ਵਾਰੀ ਸਾਰਾ ਮਜਮਾ ਮੇਰਾ ਮਿਲ ਗਿਆ ਖੇ। ਹੱਲਾ ਹਾਦੀ ਰਹਿ ਧੀਆਂ ਵਾਲੇ ਬੋਲੋ ਸਜਣੋ ਧੀਆਂ ਵਾਲੇ। ਹੱਲਾ ਹਾਦੀ ਰਹਿਮਤ ਹੁੰਦੀਆਂ ਨੇ ਤੂੰ ਉਦੋਂ ਦਾ ਰੋ ਰਿਹਾ ਮੈਂ ਤੇਰੀਆਂ ਅੱਖਾਂ ਦੀ ਅੱਥਰੂ ਵੇਖ ਰਿਹਾ। ਸਜਣਾ ਧੀਆਂ ਨਾਲ ਵੇੜੇ ਦੀ ਰੌਣਕ ਆਉਂਦੀ ਆ, ਸਜਣਾ ਧੀਆਂ ਨਾਲ ਵੇੜੇ ਦੀ ਬਹਾਰ ਆਉਂਦੀ ਆ। ਹੋਏ ਅੱਲਾ ਤੈਨੂੰ ਦੀ ਦਵੇ ਬਾਬਾ ਜੀ ਦੀ ਛੋਟੀ ਜੀ ਆਉਂਦੀ ਏ ਆਪਣੇ ਅੱਬੇ ਨੂੰ ਸੀਨ ਲਾ ਲੈਂਦੀ ਏ। ਆਉਂਦੀ ਏ ਮੌਲਾ ਮੇਰੇ ਬਾਬੇ ਦੀ ਖੈਰ ਹੋਏ, ਯਾ ਅੱਲਾ ਮੇਰੇ ਅੱਬੂ ਦੀ ਖੈਰ ਹੋਏ, ਯਾ ਅੱਲਾ ਮੇਰੇ ਬਾਬਾ ਜਾਨੀ ਦੀ ਖੈਰ ਹੋਏ। ਧੀਆਂ ਸਾਰੀ ਜ਼ਿੰਦਗੀ ਖੈਰਾਂ ਮੰਗਦੀਆਂ ਨੇ, ਧੀਆਂ ਸਾਰੀ ਜ਼ਿੰਦਗੀ ਦੁਆਵਾਂ ਮੰਗਦੀਆਂ ਨੇ। ਅੱਲਾ ਇਸ ਮਹਿਫਲ ਦਾ ਸਦਕਾ ਸ਼ਬੀਰ ਨੂੰ ਦੀ ਅਤਾ ਫਰਮਾ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ। ਅੱਲਾ ਦੀ ਰਹਿਮਤ ਹੁੰਦੀਆਂ, ਮਿਲ ਕੇ ਖੁਦ ਛੱਡੀਏ। ਹੱਲਾ ਹਾਦੀ ਰਹਿਮਤ ਹੁੰਦੀਆਂ ਨੇ ਪਰੋਣੀਆਂ ਹੁੰਦੀਆਂ ਨੇ ਤੀਆਂ ਪਰੋਣੀਆਂ ਹੁੰਦੀਆਂ ਨੇ। ਮਿਲ ਕੇ ਯਾਰ ਆਖਰੀ ਵਾਰੀ। ਹੱਲਾ ਹਾਦੀ ਰਹਿਮਤ ਹੁੰਦੀਆਂ ਪਰੋਣੀਆਂ ਹੁੰਦੀਆਂ ਨੇ ਧੀਆਂ ਪਰੋਣੀਆਂ ਹੁੰਦੀਆਂ ਨੇ ਨਾ ਸ਼ਿਜਵਾ। ਬੜਾ ਵੱਡਾ ਸ਼ੇਰ ਦੇਣ ਲੱਗਾ ਤੇਰੀ ਮਹਿਫਲ ਨੂੰ, ਬੜਾ ਵੱਡਾ। ਨਾ ਸ਼ਿਜਵਾ ਕਰ ਤਕਦੀਰਾਂ ਦਾ ਬੜਾ ਮਾਣ ਇਹਨਾਂ ਬੁਲੰਦ ਕਰਕੇ। ਬੜਾ ਮਾਣ ਹੈ ਨਾਨੋ ਵੀਰਾਂ ਦਾ, ਬੜਾ ਮਾਣ ਹੈ ਨਾਨੋ ਵੀਰਾਂ। ਮੇਰੀਆਂ ਮਾਵਾਂ ਭੈਣਾਂ ਪੀਆਂ ਸੁਣਦੀਆਂ ਨੇ ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ। ਵੀਰਾਂ ਦੀ ਇੱਜ਼ਤ ਹੁੰਦੀਆਂ ਨੇ ਧੀਆਂ ਪਰੋਣੀ ਇਲਾਨ ਕਹਿ ਰਿਹਾ ਲੈ ਓ ਯਾਰ ਜੀ। ਜਨਾਬ ਤਵੱਜੋ ਕਰਿਓ, ਜ਼ਿੰਦਗੀ ਰਹੀ ਤੇ ਲੱਖਾਂ ਮੌਲਵੀ ਸੁਣ, ਕਰੋੜਾਂ ਖਤੀਬ ਸੁਣ, ਨਿਕੰਮੇ ਨੂੰ ਦੁਆ ਚ ਯਾਦ ਰੱਖਿਆ। ਤੁਰ ਚੱਲਾ ਮੈਂ ਸਿਆਲਕੋਟ ਤੇ ਜਾਂਦਿਆਂ ਤੇਰੇ ਮਜਮੇ ਨੂੰ ਕਹਿ ਚੱਲਾ ਲੈ ਓ ਯਾਰ ਹਵਾ ਹੋ ਸੀ
ਮੇਰਾ ਪੜ੍ਹਨਾ ਤੁਹਾਡਾ ਸੁਣਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਹੁਣ ਦੁਆ ਕਰਨੀ ਹੈ, ਕੀ ਕਰਨਾ? ਸਲਾਮ ਦੇ ਦੋ ਸ਼ੇਰ, ਉਸ ਤੋਂ ਬਾਅਦ ਇਨਸ਼ਾਅੱਲਾ।